ਪੰਜਾਬ ਦੀ ਧਰਤੀ ਨੂੰ ਛੱਡ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੈ ਮੇਨ? ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ। ਅਸੀਂ ਖੜੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਭੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ, ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋਊਗੀ, ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ, ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ, ਇਹਨਾਂ ਕਾਲਜਾਂ ਨੂੰ। ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ, ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਏ ਹਾਂ ਕਾਲਜ ਦੇ। ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ। ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ, ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ, ਤੇ ਕੱਲੇ ਪੰਜਾਬ ਦੇ ਨਹੀਂ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ, ਹਰਿਆਣਾ, ਹਿਮਾਚਲ, ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ। ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ, ਜਿਵੇਂ ਜੀ ਐਨ ਈ ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਆ ਜਿਹੜਾ ਲੁਧਿਆਣੇ ਵਾਲਾ, ਜੀ ਐਨ ਈ ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ, ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ। ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ, ਬਾਬਾ ਹੀਰਾ ਸਿੰਘ ਭੱਠਲ, ਬੀਬੀ ਰਜਿੰਦਰ ਕੌਰ ਭੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ। ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ, ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ, ਇਹਨੇ ਭੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਭੱਠਲ। ਜੇ ਕਾਲਜ ਚੱਲਦਾ ਤਾਂ ਭੱਠਲ ਪਰਿਵਾਰ ਦਾ ਨਾਮ ਚੱਲਦਾ। ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ, ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ। ਅੱਛਾ ਬਾਈ ਜੀ, ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ, ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ, ਇਸੇ ਟੈਕਨੀਕਲ ਕਾਲਜ ਚ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ, 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ, ਇਕੱਲੇ ਉਹਨੂੰ ਨੀ ਸਾਰੇ ਸਟਾਫ ਨੂੰ, ਬੰਦਾ ਗਲ ਚ ਗਲ ਫਰਾਹਾ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਈਡ ਕਰ ਗਿਆ ਸੀ। ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ, 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ, ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ, ਕੁੜੀਆਂ ਇੱਥੇ ਪੜ੍ਹਦੀਆਂ ਸੀ, ਖੇਡਦੀਆਂ ਸੀ। ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ, ਉਹ ਏਸੀ ਲੱਗਿਆ ਜਿੱਥੇ, ਉਹ ਦਿਖਾਓ ਸਾਰਿਆਂ ਨੂੰ। ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ, ਮਤਲਬ ਜਿਹੜੇ ਇੱਥੇ ਪੜ੍ਹਾਉਣ ਵਾਲਾ ਸਟਾਫ ਸੀ ਨਾ ਉਹਨਾਂ ਵਾਸਤੇ, ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ। ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ, ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ। ਪਰ ਅੱਜ ਕੀ ਬਣ ਗਿਆ, ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ, ਟੀਚਰਾਂ ਦਾ ਬੁਰਾ ਹਾਲ ਹੋ ਗਿਆ। ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ, ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ। ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਤੇ ਬੈਠੇ ਨੇ, ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ। ਇੱਕ ਬਾਈ ਦਵਿੰਦਰਪਾਲ ਹੁੰਦਾ ਸੀ ਕਲਰਕ, ਉਹ ਸੁਸਾਇਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ। ਬੜਾ ਰੌਲਾ ਚੱਲਿਆ ਇਸ ਕਾਲਜ ਦਾ, ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ, ਖਿੜਕੀਆਂ ਖੜਕਦੀਆਂ ਨੇ ਯਾਰ, ਹਨਾ ਖਿੜਕੀਆਂ ਖੜਕਦੇ ਨੇ। ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ, ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ, ਐ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕ ਰਹੀਆਂ ਨੇ, ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ। ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ? ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ, ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਬਾਹਰ ਨਾ ਜਾਵੇ। ਉਹ ਛੱਕੂ, ਉਹ ਪੜ੍ਹਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ? ਪੈਦਾ ਤਾਂ ਇਹਨਾਂ ਕਾਲਜਾਂ 'ਚ ਹੋਣਾ ਪੜ੍ਹਿਆ ਲਿਖਿਆ ਵਰਗ। ਤੇ ਤੁਸੀਂ ਕਾਲਜ, ਐਡੇ ਐਡੇ ਕਾਲਜ, ਸਰਕਾਰੀ ਕਾਲਜ, ਇਹ 20 ਏਕੜ ਦੇ ਵਿੱਚ ਬਣਿਆ ਹੋਇਆ ਕਾਲਜ ਹੈ, 20 ਏਕੜ ਦੇ ਵਿੱਚ, ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ, ਜੀ ਐਨ ਈ ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ, ਇਹ ਲਹਿਰੇ ਗਾਗੇ ਦਾ ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ਤੇ ਬਣਾਇਆ ਸੀ। ਪਰ ਕਾਂਗਰਸ ਸਰਕਾਰ ਨੇ, ਕੈਪਟਨ ਨੇ ਹੀ ਭੱਠਲ ਨੂੰ ਖਤਮ ਕਰਦੇ ਕਰਦੇ ਇਹ ਹੀਰਾ ਸਿੰਘ ਭੱਠਲ ਕਾਲਜ ਨੂੰ ਹੀ ਖਤਮ ਕਰਤਾ, ਕਾਲਜ ਹੀ ਖਤਮ ਕਰਤਾ। ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ, ਟੀਚਰ ਭੱਜ ਗਏ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ, ਮਹਾਰਾਸ਼ਟਰ ਤੋਂ ਬੱਚੇ
ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ ਅੰਦਰ ਪੰਜ ਪੰਜ ਮੈਸਾਂ ਚੱਲਦੀਆਂ ਸੀ ਪੰਜ ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ ਹਾਂ ਉਹ ਨਹੀਂ ਪੂਰਾ ਹੁੰਦਾ ਸੀ ਬੱਚੇ ਬਾਹਰ ਨਾ ਪੀਜੀ ਲੈ ਕੇ ਰਹਿੰਦੇ ਸੀਗੇ ਤੇ ਹੁਣ ਇੱਥੇ ਕੀ ਹੈ ਨਵਾਂ ਦਾਖਲੇ ਬੰਦ ਨੇ ਕੋਈ ਬੱਚਾ ਨਵਾਂ ਨਹੀਂ ਆ ਰਿਹਾ ਇੱਥੇ ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ ਹੈ ਨਾ ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਐਡਮਿਸ਼ਨ ਨਹੀਂ ਮਿਲਦੀ ਸੀ ਐਡਮਿਸ਼ਨ ਲੈਣੀ ਔਖੀ ਸੀ ਇੱਥੇ ਦਾਖਲਾ ਲੈਣਾ ਔਖਾ ਸੀ ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਈਏ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ ਜੋ ਪਹਿਲਾਂ ਪੇਪਰ ਦੇਣਾ ਪੈਂਦਾ ਫੇਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ 'ਚ ਨੰਬਰ ਆ ਜਾਂਦਾ ਨਾ ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀਓ ਮਿਲੀ ਲਓ ਮੈਂ ਵੱਡਾ ਇੰਜੀਨੀਅਰ ਬਣ ਗਿਆ ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ ਉਹ ਲਿਖਿਆ ਹੋਇਆ ਦੇਖੋ ਇਹ ਸਟਾਫ ਕਲੋਨੀ ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ ਜਿਹੜਾ ਸਰਕਾਰੀ ਟੀਚਰ ਸੀਗੇ ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ ਇੱਥੇ ਏਸੀ ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ ਸੁਸਾਇਡ ਕਰਕੇ ਮਰਨ ਲੱਗੇ ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਇਡ ਕੀਤਾ ਸੀਗਾ ਬਿਲਕੁਲ ਉਹ ਦਫ਼ਤਰ 'ਚ ਕੀਤਾ ਸੀ ਉਹ ਉੱਥੇ ਸੁਸਾਇਡ ਕੀਤਾ ਸੀਗਾ ਮੁੰਡੇ ਨੇ ਤਨਖਾਹ ਉਹਨੂੰ ਮਿਲੀ ਨਹੀਂ ਆਹ ਹੁਣ ਕਬਜ਼ਾ ਦੇਖ ਲਓ ਕਿਹੜਾ ਹੋ ਗਿਆ ਆਹ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ ਇਹ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ ਤੁਸੀਂ ਬਾਈ ਆਹ ਪੌਦੇ ਸੁੱਕੀ ਜਾਂਦੇ ਆ ਹਨਾ ਦਰਖਤ ਸੁੱਕੀ ਜਾਂਦੇ ਆ ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖ ਦੇ ਨਾ ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ ਅਕਾਲੀਆਂ ਤੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ ਹੁਣ ਆਪਾਂ ਬੇਨਤੀ ਕਰਦੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਸਰਕਾਰ ਦੋ ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ ਐਜੂਕੇਸ਼ਨ ਤੇ ਮੈਡੀਕਲ ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਰ ਹੈ ਮਾਲਵੇ ਦਾ ਜੇ ਆਪਾਂ ਕਹੀਏ ਤਾਂ ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ ਜਿਹੜਾ ਜਿਹੜਾ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ 2,2500 ਬੱਚਾ ਇੱਥੋਂ ਇੰਜੀਨੀਅਰ ਕਰਕੇ ਨਿਕਲਦਾ ਸੀ ਤੇ ਹੁਣ ਇੱਥੇ ਦਾਖਲੇ ਬੰਦ ਨੇ ਸੁਣ ਸਰਾਂ ਪਈ ਆ ਬਈਏ ਬਿਲਕੁਲ ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ ਪੀਣ ਨਹੀਂ ਤਨਖਾਹ ਹੀ ਨਹੀਂ ਦਿੰਦੇ ਤਨਖਾਹ ਦਿੱਤੀ ਨਹੀਂ ਕਿਸੇ ਨੂੰ ਲੋਕ ਇਹ ਸਮਝ ਲਓ ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਇਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ ਕਿਉਂ 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾਂ ਮਾਰਨ ਲੱਗ ਜਾਂਦਾ ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ ਆਹ ਦੇਖ ਸਕਦੇ ਹੋ ਬਈ ਹਾਲਾਤ ਹਨਾ ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ ਆਹ ਦੇਖੋ ਆਹ ਸਾਰਾ ਗਰਾਊਂਡ ਖਾਲੀ ਹੈ ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ ਹੈ ਤੇ ਆਹ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ ਆਹ ਪਾਰਕਿੰਗ ਏਰੀਆ ਉਹ ਦੇਖੋ ਆਹ ਪਿੱਛੇ ਦੇਖੋ ਆਹ ਦੇਖੋ ਕੀ ਬਣਿਆ ਪਿਆ ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ ਇੱਥੋਂ ਨੀ ਨਾ ਕੋਈ ਦੇਖੋ ਮੁੰਡੇ ਟੱਪਦੇ ਆ ਬਾਈ ਜਿਹੜੇ ਨਸ਼ੇ ਪੱਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਆ ਲੈ ਥੋੜੇ ਉੱਪਰ ਕਰਕੇ ਦਿਖਾ ਦੋ ਆਹ ਖਾਲੀ ਪਿਆ ਏਡਾ ਵੱਡਾ ਕਾਲਜ ਆਹ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਨਾਲ ਇੱਕ ਗੱਲ ਹੋਰ ਬਾਈ ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ ਉਹਦਾ ਹਲਕਾ ਵੀ ਹੈ ਪਹਿਲੀ ਵਾਰੀ ਹਾਂ ਜਦੋਂ ਪੀਪੀ 'ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲੇ ਆਪਣੇ ਮਨਪ੍ਰੀਤ ਬਾਦਲ ਨਾਲ ਪਹਿਲੀ ਚੋਣ ਵਿਧਾਇਕੀ ਦਾ ਪੈਰ ਪਹਿਲਾਂ ਜਿਵੇਂ ਆਪਾਂ ਕਹਿ ਦਿੰਦੇ ਨਾ ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ ਤੇ ਭਗਵੰਤ ਮਾਨ ਨੂੰ ਚਾਹੀਦਾ ਕਿ ਆਹ ਜਿਹੜਾ ਮਤਲਬ ਬਰਾਨ ਹੁੰਦਾ ਜਾਂਦਾ ਭੂਤ ਬੰਗਲਾ ਬਣਦਾ ਜਾ ਰਿਹਾ ਉਹ ਐਡਾ ਵੱਡਾ ਕਾਲਜ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ ਜੇਕਰ ਇਹ ਕਾਲਜ ਚੱਲਦਾ ਤਾਂ ਸਾਡੇ ਬੱਚੇ ਬਾਹਰੋਂ ਜਾਣੋਂ ਘੱਟ ਸਕਦੇ ਆ ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ ਆ ਗਰਾਊਂਡ ਸੀ ਦੇਖੋ ਕਿਵੇਂ ਖੰਜੜ ਬਣ ਕੇ ਰਹਿ ਗਏ ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆ ਨਹੀਂ ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ ਬਾਬਾ ਹੀਰਾ ਸਿੰਘ ਭੱਠਲਿਆਂ ਟੈਕਨੀਕਲ ਕਾਲਜ ਦੀ ਆਓ ਤੁਹਾਨੂੰ ਬੱਸਾਂ ਦਿਖਾਉਂਦੇ ਹਾਂ ਬਾਈ ਬੱਸਾਂ 'ਤੇ ਕਿਵੇਂ ਧੂੜ ਜੰਮੀ ਪਈ ਆ ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ ਉਹ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਾਲਣ ਲੱਗ ਰਹੀਆਂ ਨੇ ਐਡੀ ਐਡੀਆਂ ਬਿਲਡਿੰਗਾਂ ਮੈਂ ਕਹਿੰਦਾ PGI ਤੋਂ ਵੱਡਾ ਇਹ PGI ਤੋਂ ਵੱਡਾ ਕਾਲਜ ਹੈ ਇਹ ਹਾਂ ਤੇ ਆਹ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ ਇਹ ਪੋਲੀਟੈਕਨਿਕ ਵਿੰਗ ਸੀਗਾ ਤੇ ਇਹਦੀ ਆਹ ਜਿਹੜੀ ਆਹ ਕੁੜੀਆਂ ਨੂੰ ਨਾ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਹੁੰਦੀਆਂ ਸੀ ਕਿਸੇ ਟਾਈਮ ਕਿਵੇਂ ਮਤਲਬ ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਹੁੰਦੀਆਂ ਸੀ ਹੁਣ ਅੰਦਰ ਦੇਖ ਲੈ ਵੀ ਕਾਂ ਬੋਲਦੇ ਨੇ ਪੁਲਿਸ ਇੱਥੇ ਪੁਲਿਸ ਮੁਲਾਜ਼ਮ ਅੰਦਰ ਗਏ ਬੈਠੇ ਨੇ ਮੈਨੂੰ ਇਹ ਨਹੀਂ ਸਮਝੇਗੀ
ਆ ਦੇਖੋ ਬਈ ਕਿਵੇਂ ਗਰਦ ਜੰਮੀ ਪਈ ਇਹਨਾਂ ਦੇ ਕਿਹੜੇ ਹਿਸਾਬ ਨਾਲ ਉਹ ਉਹ ਬੁੱਤ ਲੱਗਿਆ ਹੋਇਆ ਅੱਗੇ ਹਨਾ ਉਹ ਬਾਬਾ ਹੀਰਾ ਸਿੰਘ ਭੱਠਲ ਦਾ ਬੁੱਤ ਹੈ ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਭੱਠਲ ਰੱਖਣ ਕਰਕੇ ਇਹ ਕਾਲਜ ਬਲੀ ਬਲੀ ਜੜ ਗਿਆ ਸਰਕਾਰਾਂ ਦੀ ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ ਟੀਚਰ ਕੋਈ ਨਹੀਂ ਸੀ ਬੱਚਾ ਇੱਥੇ 700-800 ਹੈਗਾ ਸੀ ਪਰ ਉਦੋਂ ਬਾਅਦ ਬੱਚੇ ਵੀ ਆਉਣ ਵਾਲੇ ਗਏ ਇਹਨੂੰ ਮਤਲਬ ਕਾਲਜ ਨੂੰ ਸਾਹਮਣੇ ਦਿਖਾਓ ਬਾਬਾ ਹੀਰਾ ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ ਇਹਨੂੰ ਬਣਾਉਣ ਚ ਵੀ ਕਾਂਗਰਸ ਦਾ ਹੱਥ ਰਿਹਾ ਬਾਬਾ ਹੀਰਾ ਸਿੰਘ ਭੱਠਲ ਰਜਿੰਦਰ ਕੌਰ ਭੱਠਲ ਦੇ ਪਰਿਵਾਰ ਚ ਉਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 ਜਨਮ ਹੈ 1984 ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰਤਾ ਸੈਨਾਨੀ ਰਹੇ ਨੇ ਤੁਹਾਨੂੰ ਇਹ ਵੀ ਦੱਸਦਾ ਮੈਂ ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ ਜੇਲ੍ਹਾਂ ਵੀ ਕੱਟੀਆਂ ਨੇ ਇਹਨਾਂ ਨੇ ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਭੱਠਲ ਕਾਲਜ ਪਰ ਭੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ ਚ ਇਹ ਨਾ ਹੋਵੇ ਵੀ ਭੱਠਲ ਨੇ ਏਡਾ ਕਾਲਜ ਬਣਾਤਾ ਹੁਣ ਲਹਿਰੇ ਹਲਕੇ ਚ ਲੋਕ ਇਹ ਕਹਿ ਦਿੰਦੇ ਨੇ ਭੱਠਲ ਦੀ ਕੋਈ ਦੇਣ ਨਹੀਂ ਆ ਇੱਕ ਦੇਣ ਸੀ ਇਹ ਇਹ ਕੈਪਟਨ ਨੇ ਖਤਮ ਕਰਤੀ ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ ਇੱਧਰਲਾ ਇਲਾਕਾ ਲਾ ਲਓ ਆਹ ਸੁਨਾਮ ਤਹਿਸੀਲ ਮੂਨਕ ਤਹਿਸੀਲ ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ ਤੇ ਹੁਣ ਅੱਗੇ ਮੂਨਕ ਤਹਿਸੀਲ ਏਦੂ ਹੋਰ ਅੱਗੇ ਬਣ ਗਈ ਇਹ ਲਹਿਰੇ ਦਾ ਇਲਾਕਾ ਸੈਂਟਰ ਚ ਆ ਗਿਆ ਮੂਨਕ ਤੇ ਸੁਨਾਮ ਦੇ ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿੱਥੇ ਹਜ਼ਾਰਾਂ ਦੀ ਸੰਖਿਆ ਚ ਬੱਚੇ ਬਾਹਰ ਦੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ ਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਟੀਚਰ ਨਹੀਂ ਤਨਖਾਹਾਂ ਨਹੀਂ ਦਿੱਤੀਆਂ ਇੱਥੋਂ ਟੀਚਰ ਗੱਲ ਫਰਾਹੇ ਲੈ ਕੇ ਮਰਨ ਲੱਗੇ ਦੂਜਾ ਨੰਬਰ ਇੱਕ ਹੋਰ ਹੋ ਗਿਆ ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ ਕਿ ਜੇ ਬੰਦਾ ਇਹ ਪੂਰੀ ਪੂਰੀ ਮੰਨ ਲਓ ਉਹਨੇ ਐਮ ਟੈਕ ਕਰਨੀ ਹੈ ਐਮ ਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ ਅਗਲਾ ਕਹਿੰਦਾ 3 ਲੱਖ ਹੋਰ ਪਾਓ ਕੈਨੇਡਾ ਜਾਓ 18 ਲੱਖ ਰੁਪਏ ਚ ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨੀ ਨੌਕਰੀ ਮਿਲੂ ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮ ਟੈਕ ਕਰ ਲੈਂਦੇ ਨੇ 15-15 ਹਜ਼ਾਰ ਤੇ ਨੌਕਰੀ ਲੱਗ ਗਏ ਮੈਂ ਦੇਖੇ ਨੇ ਮੁੰਡੇ ਬਿਲਕੁਲ ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮਟੈਕ ਕਰਨ ਤੇ 3 ਲੱਖ ਹੋਰ ਪਾਓ 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ ਜੇ ਜਦੋਂ ਇਸ ਕਾਲਜ ਚ ਜਵਾਕ ਪੜ੍ਹ ਰਹੇ ਸੀਗੇ 2022 ਤੋਂ ਬੱਚਾ ਪੜ੍ਹ ਰਿਹਾ ਸੀ ਉਹ ਇਕਦਮ ਨਹੀਂ ਘਟੇ ਹਰ ਸਾਲ ਘਟਦੇ 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 ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ ਆਹ ਦੇਖੋ ਅਲੱਗ ਆਹ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ ਇਹ ਇੰਜੀਨੀਅਰ ਵਿੰਗ ਹੈ ਉਹ ਪੋਲੀਟੈਕਨੀਕਲ ਵਿੰਗ ਸੀਗਾ ਇਹ ਇੰਜੀਨੀਅਰਿੰਗ ਦਾ ਵਿੰਗ ਹੈ ਕਿੱਡੀਆਂ ਵੱਡੀਆਂ ਬਿਲਡਿੰਗਾਂ ਬਈ ਹਨਾ ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ ਚਿੜੀਆਂ ਰਹਿਣ ਲੱਗੀਆਂ ਘੁੱਗੀਆਂ ਨੇ ਆਲਣੇ ਪਾਲੇ ਯਾਰ ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ ਅਰਬਾਂ ਰੁਪਇਆ ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ ਬਿਲਕੁਲ ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36-36 ਮਹੀਨੇ ਹੋ ਗਏ ਟੀਚਰ ਇੱਥੇ ਗੱਲ ਫਰਾਹੇ ਲੈ ਕੇ ਮਰੇ ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਈ ਨੌਜਵਾਨੀ ਬਾਹਰ ਜਾਈ ਜਾਂਦੀ ਹੈ ਹਨਾ ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ ਬਿਲਕੁਲ ਨੌਜਵਾਨੀ ਵੀ ਨਹੀਂ ਇੱਥੇ ਟਿਕ ਰਹੀ ਆ ਸਾਹਮਣੇ ਦੇਖੋ ਏਸੀ ਦੇਖ ਲਓ ਬਈ ਹਨਾ ਏਸੀ ਲੱਗੇ ਨੇ ਗੰਦਗੀ ਨਾਲ ਭਰਿਆ ਸਾਰਾ ਕੁਝ ਕਾਰਨ ਕੀ ਹੈ ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ ਬੱਚੇ ਬਾਹਰ ਨੂੰ ਭੱਜ ਰਹੇ ਨੇ ਉਹ ਕਿਉਂ ਭੱਜਣੇ ਸ਼ੁਰੂ ਹੋਏ ਇੱਥੇ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮ ਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮ ਟੈਕ ਕਰਦਾ ਨਾ ਉਦੋਂ ਤੱਕ 12-15 ਲੱਖ ਰੁਪਏ ਲਾ ਦਿੰਦਾ ਔਰ ਫਿਰ ਵੀ ਉਸ ਤੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ ਸਿਰਫ 15-18 ਹਜ਼ਾਰ ਤੇ 20 ਹਜ਼ਾਰ ਤੇ ਔਰ ਉਹ ਵੀ ਪਤਾ ਨਹੀਂ ਸਾਹਮਣੇ ਕੰਟੀਨ ਦੇਖ ਰਹੇ ਹੋ ਬਈ ਕਿਸੇ ਟਾਈਮ ਇੱਥੇ ਮੁੰਡੇ ਹਨਾ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ ਮੈਂ ਕਹਿੰਦਾ ਕੈਫੇਟੇਰੀਆ ਸੀ ਇਹ ਪੂਰਾ ਵਧੀਆ ਕੈਫੇਟੇਰੀਆ ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ ਪਿੱਪਲ ਉੱਗ ਚੁੱਕੇ ਨੇ ਬਈ ਯਾਰ ਅੱਜ ਜਿਵੇਂ ਆਪਾਂ ਕਹਿ ਦਈਏ ਨਾ ਹਾਲਾਤ ਕਿਤੇ ਕਤਲ ਹੋ ਜਾਂਦਾ ਸੀ ਨਾ ਜੇ ਕਿਸੇ ਪਰਿਵਾਰ 'ਚ ਕਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਇਦਾਂ ਦਾ ਹੁੰਦਾ ਸੀ ਅੱਜ ਜਿੱਦਾਂ ਇਸ ਘਰ ਦਾ ਹਾਲ ਇਸ ਵਿਦਿਆ ਦੇ ਮੰਦਿਰ ਦਾ ਹਾਲ ਹੋਇਆ ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ
ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ। ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ। ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ ਕਿ ਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ ਜਾਂ ਕੋਈ ਹੋਰ ਕਾਰਨ? ਇਹ ਸਪਸ਼ਟ ਕਰਨਾ ਚਾਹੀਦਾ। ਹੁਣ ਬਜਟ ਆਇਆ ਸੀਗਾ, ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ, ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ, ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ, ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ 'ਤੇ ਨਵੀਂ ਸਰਕਾਰ ਬਣੀ ਆ। ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ, ਮਰ ਗਈਆਂ, ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾਤੀ ਵੀ ਉਹਨਾਂ ਦੀ, ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ। ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰ ਦੇ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾਂ ਤੋਂ ਹੋਈ ਸੀ। ਔਰ ਹੋਰ ਦੇਖੋ, ਹੁਣ ਐਮ ਪੀ ਇਲੈਕਸ਼ਨ ਹੋ ਕੇ ਹਟੀ ਹੈ, ਪਹਿਲਾਂ ਲਹਿਰੇ ਤੋਂ ਵੋਟਾਂ ਘੱਟਦੀਆਂ ਹੁੰਦੀਆਂ ਸੀਗੀਆਂ, ਇੱਥੇ ਐਮ ਐਲ ਏ ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ, ਔਰ ਹੁਣ ਐਮ ਪੀ ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ, 2,2500 ਵੋਟ ਵਧੀਆ ਸਿਮਰਜੀਤ ਸਿੰਘ ਮਾਨ, ਵਧੀਆ ਵਧੀਆ ਬਿਲਕੁਲ। ਫੇਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ, ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਤੇ ਫੇਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ। ਚਲੋ ਆਪਾਂ ਅਪੀਲ ਹੀ ਕਰ ਸਕਦੇ, ਕਈ ਭਰਾ ਕਹਿ ਜਾਂਦੇ ਬਈ ਇਹ ਤਾਂ ਨਹੀਂ ਭਗਵੰਤ ਮਾਨ ਨੇ ਕਰਤਾ, ਬਈ ਭਗਵੰਤ ਮਾਨ ਨੇ ਨਹੀਂ ਕੀਤਾ, ਮੰਨਦਿਆਂ ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ, ਹਨਾ, ਪੱਠਾ ਬਿਠਾਤਾ। ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਈ ਹੁਣ ਸੱਤਾ ਦੇ ਵਿੱਚ ਹੈ, ਉਹ ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ। ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਜਿਵੇਂ ਲੋਕੀ। ਹਾਂ, ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ। ਹੁਣ ਕੈਪਟਨ ਨੂੰ ਕੌਣ ਕਹੂਗਾ, ਰੀੜ ਦੀ ਹੱਡੀ ਤੜਾ ਹੀ ਬੈਠਾ ਹੋ, ਉਹਨੂੰ ਕੌਣ ਕਹੂ ਜਾ ਕੇ? ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ ਕਿ ਜੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ, ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 ਏਕੜ ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਕਾਕਾ ਦਾ, ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ, ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰ ਕਰਦੇ ਸੀਗੇ, ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰ ਕਰਕੇ, ਆਹ ਭੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ, ਉੱਥੇ ਮਕੈਨਿਕ ਲੱਗੇ ਹੋਏ ਨੇ, 50-50, 45-45 ਹਜ਼ਾਰ ਤਨਖਾਹ ਲੈਂਦੇ ਨੇ, ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ 'ਤੇ ਲੱਗ ਗਏ। ਪਰ ਹੁਣ ਕਾਰਨ ਕੀ ਹੈ, ਹੁਣ ਜਾਂ ਤਾਂ ਪ੍ਰਾਈਵੇਟ ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ, ਰਿੰਕ 'ਚ ਜਾਣਗੇ, ਗੋਬਿੰਦਗੜ੍ਹ ਜਾਣਗੇ, ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰ ਕਰਨੀ ਹੈ ਤਾਂ ਉੱਥੇ 25-30 ਲੱਖ ਤੋਂ ਘੱਟ ਨਹੀਂ ਹੁੰਦੀ ਐਮ ਟੈਕ, ਜਦੋਂ ਤੱਕ ਬੱਚਾ 12ਵੀਂ ਤੋਂ ਬਾਅਦ ਐਮ ਟੈਕ ਕਰੂਗਾ। ਇਸ ਕਰਕੇ ਅਗਲਾ ਸੋਚਦਾ ਯਾਰ 18 ਲੱਖ ਲਾ ਕੇ ਕੈਨੇਡਾ ਜਾਂਦੇ ਹਾਂ, ਇੱਥੇ ਫੇਰ ਨਹੀਂ ਰੋਜ਼ੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ। ਕਿਸੇ ਟਾਈਮ ਬਾਈ ਇੱਥੇ ਖਾੜੇ ਲੱਗਦੇ ਹੋਣੇ ਆਹ ਸਟੇਜ ਤੇ, ਹਨਾ, ਆਹ ਸਟੇਜ ਤੇ ਜੀ, ਆਹ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਏ ਹੋਣੇ, ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡ, ਤੁਸੀਂ ਮੰਨ ਕੇ ਚੱਲੋ ਵੀ ਜਿੱਥੇ 2025 ਤੇ ਅੱਜ ਤੁਹਾਨੂੰ ਆਹ ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ, ਪਰ ਅੱਜ ਟੈਂਟਾਂ ਨੇ ਆਪਣੀਆਂ ਚਾਦਰਾਂ ਪਾ ਲਈਆਂ। ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਅਤੇ ਇਹਨਾਂ ਕਾਲਜਾਂ ਦੇ, ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ, ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਬਈ ਇਹ ਕਾਲਜਾਂ ਨਾਲ ਬਲੀ ਚਾੜਤਾ। ਅਤੇ ਅੱਜ ਆਹ ਦੇਖ ਸਕਦੇ ਹੋ ਤੁਸੀਂ, ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ, ਵਾਲੀਬਾਲ ਖੇਡਣਾ ਸੀ, ਕ੍ਰਿਕਟ ਖੇਡਣਾ ਸੀ, ਹਨਾ, ਹਾਕੀ ਖੇਡਣਾ ਸੀ। ਸਰ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ, ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ, GNE ਦੇਖੋ ਬਹੁਤ ਵਧੀਆ ਕਾਲਜ ਹੈ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, GNE ਤੋਂ ਬਾਅਦ ਦੂਜੇ ਨੰਬਰ 'ਤੇ ਇਹ ਕਾਲਜ ਸੀ ਕਿਉਂਕਿ 20-25 ਏਕੜ 'ਚ ਫੈਲਿਆ ਹੋਇਆ, ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ, ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ, ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ, 5 ਮੈਸਾਂ ਸੀ, 5 ਜਗ੍ਹਾ ਖਾਣਾ ਬਣਦਾ ਸੀ, ਬੱਚਿਆਂ ਨੂੰ ਅੰਦਰ ਹੋਸਟਲ 'ਚ ਨਾ ਉਹ ਮਤਲਬ ਕਮਰਾ ਨਹੀਂ ਮਿਲਦਾ ਸੀ, ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ। ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 PG ਚੱਲਦਾ ਸੀ, ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ, ਆਹ ਕਾਲਜ ਤਾਂ ਖਤਮ ਹੋਇਆ ਹੋਇਆ, ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ। ਬਿਲਕੁਲ, ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ, ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ, ਆਹ ਬਾਹਰੇ, ਕਿਉਂਕਿ ਇੱਥੋਂ ਇੱਥੇ ਕੀ ਹੁੰਦਾ ਬਾਈ, ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ, ਬਿਹਾਰ, ਮਹਾਰਾਸ਼ਟਰ, ਹੈ ਨਾ, ਇੱਥੇ ਮੁੰਡੇ ਹੁੰਦੇ ਸੀ ਅਤੇ ਖਾਂਦੇ ਪੀਂਦੇ ਸੀ, ਖੜ੍ਹਦੇ ਸੀ, ਹੈ ਨਾ, ਅਤੇ ਪਰ ਅੱਜ ਬਾਈ ਵਿਹਲਾ ਪਿਆ ਅਤੇ ਆ ਕੱਖ ਹੋ ਗਏ। ਮੈਂ ਕਹਿਣਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ, ਨਹੀਂ ਚਲਾ ਸਕਦੀ, ਬਜਟ ਨਹੀਂ ਤੁਹਾਡੇ ਕੋਲ, ਪੈਸੇ, ਪਰ ਆਹ ਦਰੱਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਉ, ਇਹਨਾਂ ਤੋਂ ਕੀ ਬੁਰਾ ਹੋ ਗਿਆ। ਆਹ ਸੁੱਕਣੇ ਸ਼ੁਰੂ ਹੋ ਗਏ, ਵੱਢਣ ਲੋਕ ਆਉਂਦੇ ਨੇ ਯਾਰ, ਰਾਤ ਨੂੰ ਇੱਥੇ ਕੋਈ ਰੱਖ ਹੀ ਨਹੀਂ, ਆਹ ਦੇਖੋ ਆਹ ਸਾਰੇ ਵੱਢੇ ਹੋਏ ਨੇ, ਇਹਨਾਂ ਵੱਢ ਕੇ ਲੈ ਗਿਆ ਕੋਈ, ਵੱਢ ਕੇ ਲੈ ਗਿਆ, ਬਾਅਦ 'ਚ ਫੁੱਟੇ ਹੋਏ ਨੇ, ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ, ਆਹ ਬਸ ਇਹ ਦੁਬਾਰਾ ਉੱਗੇ ਹੋਏ ਨੇ, ਹੋਰ ਕੋਈ ਇੱਦਾਂ ਨਹੀਂ ਹੈਗਾ।
ਇੱਕ ਹੋਰ ਤੁਹਾਨੂੰ ਦੱਸਦਾ ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ ਮੈਂ ਹੈਰਾਨ ਆ ਯਾਰ 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨਹੀਂ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ ਹਾਂ ਦੇਖ ਲਓ ਉਹਨਾਂ ਦੀ ਰੋਜੀ ਰੋਟੀ ਠੱਪ ਹੋ ਗਈ ਉਹਨਾਂ ਦੇ ਬੱਚੇ ਭੁੱਖੇ ਮਰਨਗੇ ਉਹਨਾਂ ਦੀ ਕੋਈ ਨਹੀਂ ਜਾਤ ਪੁੱਛ ਰਿਹਾ ਤਨਖਾਹ ਨਾ ਮਿਲਣ ਕਰਕੇ 36 ਮਹੀਨੇ ਹੋ ਗਏ ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫੇਰ ਵੀ ਕੰਨ ਤੇ ਉਹ ਜੂਨੀ ਸਰਕਦੀ ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ ਪਰ ਹੁਣ ਲੱਗਦਾ ਵੀ ਜੇ ਉਮੀਦ ਹੈ ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ ਹੈ ਇਹ ਸਿੱਖਿਆ ਦਾ ਆਧਾਰ ਹੈ ਇੱਧਰ ਜੇ ਧਿਆਨ ਦਿੱਤਾ ਜਾਵੇ ਨਾ ਜੇ ਹੋਰ ਕੁਛ ਨਹੀਂ ਤਾਂ 20-25 ਕਿੱਲਿਆਂ 'ਚ ਫੈਲਿਆ ਹੋਇਆ ਹੈ ਇੱਥੇ ਕੋਈ ਹਸਪਤਾਲ ਹੀ ਖੋਲ੍ਹ ਦਿਓ PGI ਵਰਗਾ ਹਾਂ ਹਸਪਤਾਲ ਖੋਲ੍ਹ ਸਕਦਾ ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ ਅਸੀਂ ਸਾਂਭ ਸਕਦੇ ਅਸੀਂ ਨਹੀਂ ਟੀਚਰ ਦੇ ਸਕਦੇ ਡਾਕਟਰ ਤਾਂ ਦੇ ਦੋਗੇ PGI ਤੋਂ ਵੱਡੀ ਜਗ੍ਹਾ ਪਈ ਇਹੀ ਬਿਲਡਿੰਗ ਕੰਮ ਆ ਜੋ ਇਹਨੂੰ ਸਵਾਰ ਕੇ ਨਾ ਸਾਰੀ ਬਿਲਡਿੰਗ ਕੰਮ ਆ ਸਕਦੀ ਹੈ ਨਹੀਂ ਇਹ ਪਤਾ ਕੀ ਇਹ ਖੰਡਰ ਬਣ ਜੂਗੀ ਇੱਥੇ ਨਸ਼ੇ ਕਰਨਗੇ ਮੰਡੀਰ ਆ ਕੇ ਔਰ ਫਿਰ ਕੀ ਹੁੰਦਾ ਜੀ ਫਿਰ ਇੱਥੇ ਕੱਲ ਨੂੰ ਕੋਈ ਏਦਾਂ ਦੀ ਘਟਨਾ ਵੀ ਵਾਪਰ ਸਕਦੇ ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ ਕਿਸੇ ਨੂੰ ਪਤਾ ਲੱਗੂਗਾ ਵੀ ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ ਕੁਛ ਵੀ ਹੋ ਸਕਦਾ ਇੱਥੇ ਯਾਰ ਬਿਲਡਿੰਗਾਂ ਪਈਆਂ ਨੇ ਆਈ ਮੈਂ ਕਹਿੰਦਾ ਇੰਨੇ ਏਡੇ AC ਲੱਗੇ ਪਏ ਨੇ ਐਡੀਆਂ ਐਡੀਆਂ ਬਿਲਡਿੰਗਾਂ ਨੇ ਸਾਹਮਣੇ ਐਡੀਆਂ ਐਡੀਆਂ ਬੱਸਾਂ ਖੜੀਆਂ ਨੇ ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ ਪ੍ਰਾਈਵੇਟ ਬੱਸਾਂ ਖੜਾਉਂਦੇ ਨੇ ਇੱਥੇ ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਕਬਜ਼ਾ ਹੀ ਹੋ ਜਾਏ ਕਿਸੇ ਕਬਜ਼ਾ ਹੀ ਹੋ ਜਾਊਗਾ ਬਿਲਕੁਲ 25 ਕਿੱਲਿਆਂ ਦੀ ਜਗ੍ਹਾ ਇਹ ਪਰ ਜੇ ਸਰਕਾਰ ਚਾਹੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਹੁੰਦੀਆਂ ਸੀ ਮੇਰੇ ਅੱਖੀ ਦੇਖੀ ਗੱਲ ਹੈ ਅੱਜ ਤੋਂ 7-8 ਸਾਲ ਦੀ ਗੱਲ ਹੈ ਕੰਪਨੀਆਂ ਆਉਂਦੀਆਂ ਇੱਥੋਂ ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਆ ਉਹਨਾਂ ਦਾ ਟਾਈਮ ਹੁੰਦਾ ਕੰਪਨੀਆਂ ਬਾਹਰੋਂ ਆਉਂਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ ਔਰ ਉਹਨਾਂ ਨੂੰ ਸਾਲ ਦਾ ਕਿਸੇ ਨੂੰ 8 ਲੱਖ ਦਾ ਕਿਸੇ ਨੂੰ 10 ਲੱਖ ਦਾ ਕਿਸੇ ਨੂੰ ਸਾਲ ਦਾ 12 ਲੱਖ ਦਾ ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ ਵੀ ਤੁਸੀਂ MTech ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ ਆਨਸਰ ਨੌਕਰੀ ਲਓ ਬਿਲਕੁਲ ਆਹ ਹਾਲ ਸੀ ਇਹ ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ ਬਾਬਾ ਹੀਰਾ ਸਿੰਘ ਪੱਠਲ ਕਾਲਜ ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ ਅਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆਂ ਨੇ ਆਪਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ ਕੀ ਕਾਰਨ ਹੈ ਮੇਨ ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ ਅਸੀਂ ਖੜ੍ਹੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਪੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋਊਗੀ ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ ਹੈ ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ ਇਹਨਾਂ ਕਾਲਜਾਂ ਨੂੰ ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਏ ਹਾਂ ਕਾਲਜ ਦੇ ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ ਤੇ ਕੱਲੇ ਪੰਜਾਬ ਦੇ ਨਹੀਂ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ ਹਰਿਆਣਾ ਹਿਮਾਚਲ ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ ਜਿਵੇਂ GNE ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਆ ਜਿਹੜਾ ਲੁਧਿਆਣੇ ਵਾਲਾ GNE ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ ਬਾਬਾ ਹੀਰਾ ਸਿੰਘ ਪੱਠਲ ਬੀਬੀ ਰਜਿੰਦਰ ਕੌਰ ਪੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ ਇਹਨੇ ਪੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਪੱਠਲ ਜੇ ਕਾਲਜ ਚੱਲਦਾ ਤਾਂ ਪੱਠਲ ਪਰਿਵਾਰ ਦਾ ਨਾਮ ਚੱਲਦਾ ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ ਅੱਛਾ
ਬਾਈ ਜੀ ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ ਇਸੇ ਟੈਕਨੀਕਲ ਕਾਲਜ ਚ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ ਥੱਲੇ ਉਹਨੂੰ ਨੀ ਸਾਰੇ ਸਟਾਫ ਨੂੰ ਬੰਦਾ ਗਲ ਚ ਫਰਾਹਾ ਗਲ ਫਰਾਹਾ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਇਡ ਕਰ ਗਿਆ ਸੀ ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ ਕੁੜੀਆਂ ਇੱਥੇ ਪੜ੍ਹਦੀਆਂ ਸੀ ਖੇਡਦੀਆਂ ਸੀ ਸਾਹਮਣੇ ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ ਉਹ ਏਸੀ ਲੱਗਿਆ ਜਿੱਥੇ ਉਹ ਦਿਖਾਓ ਸਾਰਿਆਂ ਨੂੰ ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ ਮਤਲਬ ਜਿਹੜੇ ਇੱਥੇ ਪੜ੍ਹਾਉਣ ਵਾਲਾ ਸਟਾਫ ਸੀ ਨਾ ਉਹਨਾਂ ਵਾਸਤੇ ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ ਪਰ ਅੱਜ ਕੀ ਬਣ ਗਿਆ ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ ਟੀਚਰਾਂ ਦਾ ਬੁਰਾ ਹਾਲ ਹੋ ਗਿਆ ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਤੇ ਬੈਠੇ ਨੇ ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ ਇੱਕ ਬਾਈ ਦਵਿੰਦਰਪਾਲ ਹੁੰਦਾ ਸੀ ਕਲਰਕ ਉਹ ਸੁਸਾਇਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ ਬੜਾ ਰੌਲਾ ਚੱਲਿਆ ਇਸ ਕਾਲਜ ਦਾ ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ ਖਿੜਕੀਆਂ ਖੜਕਦੀਆਂ ਨੇ ਯਾਰ ਹਨਾ ਖਿੜਕੀਆਂ ਖੜਕਦੇ ਨੇ ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ ਐ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕਰੀਆਂ ਨੇ ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਬਾਹਰ ਨਾ ਜਾਵੇ ਉਹ ਛੱਕੂ ਉਹ ਪੜ੍ਹਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ ਪੈਦਾ ਤਾਂ ਇਹਨਾਂ ਕਾਲਜਾਂ ਤੋਂ ਹੋਣਾ ਪੜ੍ਹਿਆ ਲਿਖਿਆ ਵਰਗ ਤੇ ਤੁਸੀਂ ਕਾਲਜ ਐਡੇ ਐਡੇ ਕਾਲਜ ਸਰਕਾਰੀ ਕਾਲਜ ਇਹ 20 ਏਕੜ ਦੇ ਵਿੱਚ ਬਣਿਆ ਹੋਇਆ ਕਾਲਜ ਹੈ 20 ਏਕੜ ਦੇ ਵਿੱਚ ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ GNE ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ ਇਹ ਲਹਿਰੇ ਗਾਗੇ ਦਾ ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ਤੇ ਬਣਾਇਆ ਸੀ ਪਰ ਕਾਂਗਰਸ ਸਰਕਾਰ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਦੇ ਕਰਦੇ ਇਹ ਹੀਰਾ ਸਿੰਘ ਭੱਠਲ ਕਾਲਜ ਨੂੰ ਹੀ ਖਤਮ ਕਰਤਾ ਕਾਲਜ ਹੀ ਖਤਮ ਕਰਤਾ ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਟੀਚਰ ਭੱਜ ਗਏ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ ਮਹਾਰਾਸ਼ਟਰ ਤੋਂ ਬੱਚੇ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ ਅੰਦਰ 5 ਮੈਸਾਂ ਚੱਲਦੀਆਂ ਸੀ 5 ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ ਹਾਂ ਉਹ ਨਹੀਂ ਪੂਰਾ ਹੁੰਦਾ ਸੀ ਬੱਚੇ ਬਾਹਰ ਨਾ PG ਲੈ ਕੇ ਰਹਿੰਦੇ ਸੀਗੇ ਤੇ ਹੁਣ ਇੱਥੇ ਕੀ ਹੈ ਨਵਾਂ ਦਾਖਲੇ ਬੰਦ ਨੇ ਕੋਈ ਬੱਚਾ ਨਵਾਂ ਨਹੀਂ ਆ ਰਿਹਾ ਇੱਥੇ ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ ਹਨਾ ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਕਿ ਐਡਮਿਸ਼ਨ ਨਹੀਂ ਮਿਲਦੀ ਸੀ ਐਡਮਿਸ਼ਨ ਲੈਣੀ ਔਖੀ ਸੀ ਇੱਥੇ ਦਾਖਲਾ ਲੈਣਾ ਔਖਾ ਸੀ ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਈਏ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ ਜਵਾਕ ਪਹਿਲਾਂ ਪੇਪਰ ਦੇਣਾ ਪੈਂਦਾ ਫੇਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰ ਕਾਲਜ 'ਚ ਨੰਬਰ ਆ ਜਾਂਦਾ ਨਾ ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀਓ ਮਿਲੀ ਲਓ ਮੈਂ ਵੱਡਾ ਇੰਜੀਨੀਅਰ ਬਣ ਗਿਆ ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ ਉਹ ਲਿਖਿਆ ਹੋਇਆ ਦੇਖੋ ਇਹ ਹੈ ਸਟਾਫ ਕਲੋਨੀ ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ ਜਿਹੜਾ ਸਰਕਾਰੀ ਟੀਚਰ ਸੀਗੇ ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ ਇੱਥੇ AC ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ ਸੁਸਾਇਡ ਕਰਕੇ ਮਰਨ ਲੱਗੇ ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਇਡ ਕੀਤਾ ਸੀਗਾ ਬਿਲਕੁਲ ਉਹ ਦਫ਼ਤਰ 'ਚ ਕੀਤਾ ਸੀ ਉਹ ਉੱਥੇ ਸੁਸਾਇਡ ਕੀਤਾ ਸੀਗਾ ਮੁੰਡੇ ਨੇ ਤਨਖਾਹ ਉਹਨੂੰ ਮਿਲੀ ਨਹੀਂ ਆਹ ਹੁਣ ਕਬਜ਼ਾ ਦੇ ਹਾਲਾਤ ਹੋ ਗਿਆ ਆਹ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ ਇਹ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ ਤੁਸੀਂ ਬਾਈ ਆਹ ਪੌਦੇ ਸੁੱਕੀ ਜਾਂਦੇ ਆ ਹਨਾ ਦਰਖਤ ਸੁੱਕੀ ਜਾਂਦੇ ਆ ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖਦੇ ਨਾ ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ ਅਕਾਲੀਆਂ ਦੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ ਹੁਣ ਆਪਾਂ ਬੇਨਤੀ ਕਰਦੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਸਰਕਾਰ ਦੋ ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ ਐਜੂਕੇਸ਼ਨ ਤੇ ਮੈਡੀਕਲ ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਿਰ ਹੈ ਮਾਲਵੇ ਦਾ ਜੇ ਆਪਾਂ ਕਹੀਏ ਤਾਂ ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਿਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ ਜਿਹੜਾ ਜਿਹੜਾ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ 2000 2500 ਬੱਚਾ
ਇੱਥੋਂ ਇੰਜੀਨੀਅਰਿੰਗ ਕਰਕੇ ਨਿਕਲਦਾ ਸੀ ਤੇ ਆ ਹੁਣ ਇੱਥੇ ਦਾਖਲੇ ਬੰਦ ਨੇ ਸੁਣ ਸਰੈ ਪਈਏ ਬਈਏ ਬਿਲਕੁਲ ਹੀ ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ ਪੀਣ ਨਹੀਂ ਤਨਖਾਹ ਹੀ ਨਹੀਂ ਦਿੰਦੇ ਤਨਖਾਹ ਦਿੱਤੀ ਨਹੀਂ ਕਿਸੇ ਨੂੰ ਲੋਕ ਇਹ ਸਮਝ ਲਓ ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਈਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ ਕਿਉਂ 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾ ਮਾਰਨ ਲੱਗ ਜਾਂਦਾ ਹੈ ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ ਆਹ ਦੇਖ ਸਕਦੇ ਹੋ ਬਈ ਹਾਲਾਤ ਹਨਾ ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ ਆਹ ਦੇਖੋ ਆਹ ਸਾਰਾ ਗਰਾਊਂਡ ਖਾਲੀ ਹੈ ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ ਤੇ ਆ ਆ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ ਆ ਪਾਰਕਿੰਗ ਏਰੀਆ ਉਹ ਦੇਖੋ ਪਾਰਕਿੰਗ ਆ ਆ ਆ ਪਿੱਛੇ ਦੇਖੋ ਆ ਦੇਖੋ ਕੀ ਬਣਿਆ ਪਿਆ ਇੱਥੋਂ ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ ਆ ਆ ਇੱਥੋਂ ਨਹੀਂ ਨਾ ਕੋਈ ਦੇਖੋ ਮੁੰਡੇ ਟੱਪਦੇ ਆ ਬਾਈ ਇੱਥੇ ਹੁਣ ਇਹ ਨਸ਼ੇ ਪੱਤੀਆਂ ਦਾ ਡੱਬਾ ਬਣ ਗਿਆ ਨਸ਼ੇੜੀਆਂ ਦਾ ਡੱਬਾ ਬਣ ਚੁੱਕਿਆ ਹੈ ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਆ ਲੈ ਆ ਥੋੜੇ ਉੱਪਰ ਕਰਕੇ ਦਿਖਾ ਦਿਓ ਆ ਆ ਖਾਲੀ ਪਿਆ ਐਡਾ ਵੱਡਾ ਕਾਲਜ ਆ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਨਾਲ ਇੱਕ ਗੱਲ ਹੋਰ ਬਾਈ ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ ਉਹਦਾ ਹਲਕਾ ਵੀ ਹੈ ਪਹਿਲੀ ਵਾਰੀ ਹਾਂ ਜਦੋਂ ਪੀਪੀ ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲੇ ਆਪਣੇ ਮਨਪ੍ਰੀਤ ਬਾਦਲ ਨਾਲ ਪਹਿਲੀ ਚੋਣ ਵਿਧਾਇਕੀ ਦਾ ਪੈਰ ਪਹਿਲਾ ਜਿਵੇਂ ਆਪਾਂ ਕਹਿ ਦਿੰਦੇ ਨਾ ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਆਹ ਜਿਹੜਾ ਮਤਲਬ ਬ੍ਰਾਂਡ ਹੁੰਦਾ ਜਾਂਦਾ ਭੂਤ ਬੰਗਲਾ ਬਣਦਾ ਜਾ ਰਿਹਾ ਉਹ ਐਡਾ ਵੱਡਾ ਕਾਲਜ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ ਜੇਕਰ ਇਹ ਕਾਲਜ ਚੱਲਦਾ ਹੈ ਤਾਂ ਸਾਡੇ ਬੱਚੇ ਬਾਹਰੋਂ ਜਾਣੋਂ ਘੱਟ ਸਕਦੇ ਆ ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ ਆ ਗਰਾਊਂਡ ਸੀ ਦੇਖੋ ਕਿਵੇਂ ਖੰਜਰ ਬਣ ਕੇ ਰਹਿ ਗਏ ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆ ਨਹੀਂ ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ ਬਾਬਾ ਹੀਰਾ ਸਿੰਘ ਪੱਠਲੇ ਟੈਕਨੀਕਲ ਕਾਲਜ ਦੀ ਆਹ ਤੁਹਾਨੂੰ ਬੱਸਾਂ ਦਿਖਾਉਣੇ ਆ ਬਾਈ ਬੱਸਾਂ 'ਤੇ ਕਿਵੇਂ ਧੂੜ ਜੰਮੀ ਪਈ ਆ ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ ਉਹ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਲਣ ਲੱਗ ਰਹੀਆਂ ਨੇ ਐਡੀਆਂ ਐਡੀਆਂ ਬਿਲਡਿੰਗਾਂ ਮੈਂ ਕਹਿੰਦਾ PGI ਤੋਂ ਵੱਡਾ ਇਹ PGI ਤੋਂ ਵੱਡਾ ਕਾਲਜ ਹੈ ਇਹ ਹਾਂ ਤੇ ਆਹ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ ਬਾਬਾ ਹੀਰਾ ਸਿੰਘ ਪੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ ਇਹ ਪੋਲੀਟੈਕਨਿਕ ਵਿੰਗ ਸੀਗਾ ਤੇ ਇਹਦੀ ਆਹ ਜਿਹੜੀ ਆਹ ਕੁੜੀਆਂ ਨੂੰ ਨਾ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਕਿਸੇ ਟਾਈਮ ਕਿਵੇਂ ਧੂੜ ਜੰਮੀ ਪਈ ਹੈ ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਹੁਣ ਅੰਦਰ ਦੇਖ ਲੈ ਵੀ ਤਾਂ ਬੋਲਦੇ ਨੇ ਪੁਲਿਸ ਇੱਥੇ ਪੁਲਿਸ ਮੁਲਾਜ਼ਮ ਅੰਦਰ ਗਏ ਬੈਠੇ ਨੇ ਮੈਨੂੰ ਇਹ ਨਹੀਂ ਸਮਝੇਗੀ ਆਹ ਦੇਖੋ ਬਾਈ ਕਿਵੇਂ ਗਰਦ ਜੰਮੀ ਪਈ ਹੈ ਇਹਨਾਂ ਦੇ ਕਿਹੜੇ ਹਿਸਾਬ ਨਾਲ ਉਹ ਬੁੱਤ ਲੱਗਿਆ ਹੋਇਆ ਅੱਗੇ ਹੈ ਨਾ ਉਹ ਬਾਬਾ ਹੀਰਾ ਸਿੰਘ ਪੱਠਲ ਦਾ ਬੁੱਤ ਹੈ ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਪੱਠਲ ਰੱਖਣ ਕਰਕੇ ਇਹ ਕਾਲਜ ਬਲੀ ਜੜ ਗਿਆ ਸਰਕਾਰਾਂ ਦੀ ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ ਟੀਚਰ ਕੋਈ ਨਹੀਂ ਸੀ ਬੱਚਾ ਇੱਥੇ 700-800 ਹੈਗਾ ਸੀ ਪਰ ਉਸ ਤੋਂ ਬਾਅਦ ਬੱਚੇ ਵੀ ਆਉਣ ਹਟ ਗਏ ਇਹਨੂੰ ਮਤਲਬ ਕਾਲਜ ਨੂੰ ਆ ਸਾਹਮਣੇ ਦਿਖਾਓ ਬਾਬਾ ਹੀਰਾ ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ ਇਹਨੂੰ ਬਣਾਉਣ 'ਚ ਵੀ ਕਾਂਗਰਸ ਦਾ ਹੱਥ ਰਿਹਾ ਬਾਬਾ ਹੀਰਾ ਸਿੰਘ ਪੱਠਲ ਰਜਿੰਦਰ ਕੌਰ ਪੱਠਲ ਦੇ ਪਰਿਵਾਰ 'ਚ ਇਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 'ਚ ਜਨਮ ਹੈ 1984 'ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰਤਾ ਸੈਨਾਨੀ ਰਹੇ ਨੇ ਤੁਹਾਨੂੰ ਇਹ ਵੀ ਦੱਸਦਾ ਮੈਂ ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ ਜੇਲ੍ਹਾਂ ਵੀ ਕੱਟੀਆਂ ਨੇ ਇਹਨਾਂ ਨੇ ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਪੱਠਲ ਕਾਲਜ ਪਰ ਪੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ 'ਚ ਇਹ ਨਾ ਹੋਵੇ ਵੀ ਪੱਠਲ ਨੇ ਐਡਾ ਕਾਲਜ ਬਣਾਤਾ ਹੁਣ ਲਹਿਰੇ ਹਲਕੇ 'ਚ ਲੋਕ ਇਹ ਕਹਿੰਦੇ ਨੇ ਪੱਠਲ ਦੀ ਕੋਈ ਦੇਣ ਨਹੀਂ ਆ ਇੱਕ ਦੇਣ ਸੀ ਇਹ ਕੈਪਟਨ ਨੇ ਖਤਮ ਕਰਤੀ ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ ਇੱਧਰਲਾ ਇਲਾਕਾ ਲਾ ਲਓ ਆਹ ਸੁਨਾਮ ਤਹਿਸੀਲ ਮੂਨਕ ਤਹਿਸੀਲ ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ ਤੇ ਹੁਣ ਅੱਗੇ ਉਹ ਮੂਨਕ ਤਹਿਸੀਲ ਇੱਦੂ ਹੋਰ ਅੱਗੇ ਬਣ ਗਈ ਇਹ ਲਹਿਰੇ ਦਾ ਇਲਾਕਾ ਸੈਂਟਰ 'ਚ ਆ ਗਿਆ ਮੂਨਕ ਅਤੇ ਸੁਨਾਮ ਦੇ ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿੱਥੇ ਹਜ਼ਾਰਾਂ ਦੀ ਸੰਖਿਆ 'ਚ ਬੱਚੇ ਬਾਹਰਲੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ ਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਟੀਚਰ ਨਹੀਂ ਤਨਖਾਹਾਂ ਨਹੀਂ ਦਿੱਤੀਆਂ ਇੱਥੋਂ ਟੀਚਰ ਗੱਲ ਫਰਾਹੇ ਲੈ ਕੇ ਮਰਨ ਲੱਗੇ ਦੂਜਾ ਨੰਬਰ ਇੱਕ ਹੋਰ ਹੋ ਗਿਆ ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ
ਕਿ ਜੇ ਬੰਦਾ ਪੂਰੀ ਪੂਰੀ ਮੰਨ ਲਓ ਐਮ ਟੈਕ ਕਰਨੀ ਹੈ, ਐਮ ਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ, ਅਗਲਾ ਕਹਿੰਦਾ 3 ਲੱਖ ਹੋਰ ਪਾਓ ਕੈਨੇਡਾ ਜਾਓ 18 ਲੱਖ ਰੁਪਏ ਚ, ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨੀ ਨੌਕਰੀ ਮਿਲੂ, ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮ ਟੈਕ ਕਰ ਲੈਂਦੇ ਨੇ 15-15 ਹਜ਼ਾਰ ਤੇ ਨੌਕਰੀ ਲੱਗ ਗਏ, ਮੈਂ ਦੇਖੇ ਨੇ ਮੁੰਡੇ ਬਿਲਕੁਲ, ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮ ਟੈਕ ਕਰਨ ਤੇ, 3 ਲੱਖ ਹੋਰ ਪਾਓ 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ। ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ। ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ, ਜੇ ਜਦੋਂ ਇਸ ਕਾਲਜ ਜਵਾਕ ਪੜ੍ਹ ਰਹੇ ਸੀਗੇ 2022 ਤੋਂ ਬੱਚਾ ਪੜ੍ਹ ਰਿਹਾ ਸੀਗਾ, ਉਹ ਇਕਦਮ ਨਹੀਂ ਘਟੇ, ਹਰ ਸਾਲ ਘਟਦੇ 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 ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ। ਆਹ ਦੇਖੋ ਅਲੱਗ ਗੱਲ, ਆਹ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ, ਇਹ ਇੰਜੀਨੀਅਰ ਵਿੰਗ ਹੈ, ਉਹ ਪੋਲੀਟੈਕਨੀਕਲ ਵਿੰਗ ਸੀਗਾ, ਇਹ ਇੰਜੀਨੀਅਰਿੰਗ ਦਾ ਵਿੰਗ ਹੈ। ਕਿੱਡੀਆਂ ਵੱਡੀਆਂ ਬਿਲਡਿੰਗਾਂ ਬਾਈ ਹਨਾ, ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ, ਚਿੜੀਆਂ ਰਹਿਣ ਲੱਗੀਆਂ, ਘੁੱਗੀਆਂ ਨੇ ਆਲ ਨੇ ਪਾਲੇ ਯਾਰ, ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ। ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ, ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ, ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ, ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ। ਬਿਲਕੁਲ, ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36-36 ਮਹੀਨੇ ਹੋ ਗਏ, ਟੀਚਰ ਇੱਥੇ ਗੱਲ ਫਰਾਹੇ ਲੈ ਕੇ। ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਾਈ, ਨੌਜਵਾਨੀ ਬਾਹਰ ਜਾਈ ਜਾਂਦੀ ਹੈ ਨਾ, ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ, ਬਿਲਕੁਲ ਨੌਜਵਾਨੀ ਵੀ ਨਹੀਂ ਇੱਥੇ ਟਿਕ ਰਹੀ। ਸਾਹਮਣੇ ਦੇਖੋ ਏਸੀ ਦੇਖ ਲਓ ਬਾਈ, ਏਸੀ ਲੱਗੇ ਨੇ, ਗੰਦਗੀ ਨਾਲ ਭਰਿਆ ਸਾਰਾ ਕੁਝ, ਕਾਰਨ ਕੀ ਹੈ, ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਬੱਚੇ ਬਾਹਰ ਨੂੰ ਭੱਜ ਰਹੇ ਨੇ, ਉਹ ਕਿਉਂ ਭੱਜਣੇ ਸ਼ੁਰੂ ਹੋਏ, ਇੱਥੇ ਪੜ੍ਹਾਈ ਮਹਿੰਗੀ ਹੋ ਗਈ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮਟੈਕ ਕਰਦਾ ਨਾ ਉਦੋਂ ਤੱਕ 12-15 ਲੱਖ ਰੁਪਏ ਲਾ ਦਿੰਦਾ, ਔਰ ਫਿਰ ਵੀ ਉਸ ਤੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ, ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ ਸਿਰਫ 15-18 ਹਜ਼ਾਰ ਤੇ 20 ਹਜ਼ਾਰ ਤੇ, ਔਰ ਉਹ ਵੀ ਪਤਾ ਨਹੀਂ। ਸਾਹਮਣੇ ਕੰਟੀਨ ਦੇਖ ਰਹੇ ਹੋ ਬਾਈ, ਕਿਸੇ ਟਾਈਮ ਇੱਥੇ ਮੁੰਡੇ ਹਨ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ, ਮੈਂ ਕਹਿੰਦਾ ਕੈਫੇਟੇਰੀਆ ਸੀ ਇਹ ਪੂਰਾ ਵਧੀਆ ਕੈਫੇਟੇਰੀਆ, ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ, ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ, ਪਿੱਪਲ ਉੱਗ ਚੁੱਕੇ ਨੇ ਬਾਈ ਯਾਰ, ਅੱਜ ਜਿਵੇਂ ਆਪਾਂ ਕਹਿ ਦਈਏ ਨਾ ਹਾਲਾਤ ਕਿਤੇ ਕਤਲ ਹੋ ਜਾਂਦਾ ਸੀ ਨਾ, ਜੇ ਕਿਸੇ ਪਰਿਵਾਰ ਚ ਕਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਇਦਾਂ ਦਾ ਹੁੰਦਾ ਸੀ, ਅੱਜ ਜਿੱਦਾਂ ਇਸ ਘਰ ਦਾ ਹਾਲ ਇਸ ਵਿਦਿਆ ਦੇ ਮੰਦਿਰ ਦਾ ਹਾਲ ਹੋਇਆ, ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ, ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ, ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ, ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ, ਕਿ ਇਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ ਜਾਂ ਕੋਈ ਹੋਰ ਕਾਰਨ ਹੈ, ਸਪਸ਼ਟ ਕਰਨਾ ਚਾਹੀਦਾ। ਹੁਣ ਬਜਟ ਆਇਆ ਸੀਗਾ, ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ, ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ, ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ ਹੈ ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ, ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ ਤੇ ਨਵੀਂ ਸਰਕਾਰ ਬਣੀ ਆ, ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ ਮਰ ਗਈਆਂ, ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾਤੀ ਵੀ ਉਹਨਾਂ ਦੀ, ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ, ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰਦੇ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾ ਤੋਂ ਹੋਈ ਸੀ, ਔਰ ਹੋਰ ਦੇਖੋ ਹੁਣ MP ਇਲੈਕਸ਼ਨ ਹੋ ਕੇ ਹਟੀ ਹੈ, ਪਹਿਲਾਂ ਲਹਿਰੇ ਤੋਂ ਵੋਟਾਂ ਘਟਦੀਆਂ ਹੁੰਦੀਆਂ ਸੀਗੀਆਂ, ਇੱਥੇ MLA ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ, ਔਰ ਹੁਣ MP ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ, 2,2500 ਵੋਟ ਵਧੀਆ ਸਿਮਰਜੀਤ ਸਿੰਘ, ਵਧੀਆ ਵਧੀਆ ਬਿਲਕੁਲ, ਫਿਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ, ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਚ ਫਿਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ। ਚਲੋ ਆਪਾਂ ਅਪੀਲ ਹੀ ਕਰ ਸਕਦੇ, ਕਈ ਭਰਾ ਕਹਿ ਜਾਂਦੇ ਬਾਈ ਇਹ ਤਾਂ ਨੀ ਭਗਵੰਤ ਮਾਨ ਨੇ ਕਰਤਾ, ਬਾਈ ਭਗਵੰਤ ਮਾਨ ਨੇ ਨਹੀਂ ਕੀਤਾ ਮੰਨਦਿਆਂ, ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ ਹਨਾ, ਪੱਠਾ ਬਿਠਾਤਾ, ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਾਈ ਹੁਣ ਸੱਤਾ ਦੇ ਵਿੱਚ ਹੈ ਉਹ, ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ, ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਹੀ ਮਿਲੂਗੀ, ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ, ਹੁਣ ਕੈਪਟਨ ਨੂੰ ਕੌਣ ਕਹੂਗਾ, ਰੀੜ ਦੀ ਹੱਡੀ ਤੜਾਈ ਬੈਠਾ ਹੋ ਉਹਨੂੰ ਕੌਣ ਕਹੂ ਜਾ ਕੇ, ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ, ਕਹਿੰਦੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ, ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 ਏਕੜ ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਗਾਗਾ ਦਾ, ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ ਸਕੂਲ
ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰਿੰਗ ਕਰਕੇ ਆਹ ਭੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ ਉੱਥੇ ਮਕੈਨਿਕ ਲੱਗੇ ਹੋਏ ਨੇ ਪੰਜਾਹ ਪੰਤਾਲੀ ਹਜ਼ਾਰ ਤਨਖਾਹ ਲੈਂਦੇ ਨੇ ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ 'ਤੇ ਲੱਗ ਗਏ ਪਰ ਹੁਣ ਕਾਰਨ ਕੀ ਹੈ ਹੁਣ ਜਾਂ ਤਾਂ ਪ੍ਰਾਈਵੇਟ ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ ਰਿੰਕ 'ਚ ਜਾਣਗੇ ਗੋਬਿੰਦਗੜ੍ਹ ਜਾਣਗੇ ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਤਾਂ ਉੱਥੇ 25-30 ਲੱਖ ਤੋਂ ਘੱਟ ਨਹੀਂ ਹੁੰਦੀ ਐਮਟੈਕ ਜਦੋਂ ਤੱਕ ਬੱਚਾ 12ਵੀਂ ਤੋਂ ਬਾਅਦ ਐਮਟੈਕ ਕਰੂਗਾ ਇਸ ਕਰਕੇ ਅਗਲਾ ਸੋਚਦਾ ਯਾਰ 18 ਲੱਖ ਲਾ ਕੇ ਕੈਨੇਡਾ ਜਾਂਦੇ ਹਾਂ ਇੱਥੇ ਫੇਰ ਨਹੀਂ ਰੋਜ਼ੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਕਿਸੇ ਟਾਈਮ ਬਾਈ ਇੱਥੇ ਖਾੜੇ ਲੱਗਦੇ ਹੋਣੇ ਆਹ ਸਟੇਜ ਤੇ ਹਨਾ ਆਹ ਸਟੇਜ ਤੇ ਜੀ ਆਹ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਏ ਹੋਣੇ ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡ ਤੁਸੀਂ ਮੰਨ ਕੇ ਚੱਲੋ ਵੀ ਜਿੱਥੇ 2025 ਤੇ ਅੱਜ ਤੁਹਾਨੂੰ ਆਹ ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ ਪਰ ਅੱਜ ਟੈਂਟਾਂ ਨੇ ਆਪਣੀਆਂ ਚਾਦਰਾਂ ਟੈਂਟਾਂ ਨੇ ਆਪਣੀਆਂ ਚਾਦਰਾਂ ਪਾ ਲੀਆਂ ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਤੇ ਇਹਨਾਂ ਕਾਲਜਾਂ ਦੇ ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਬਾਈ ਇਹ ਕਾਲਜਾਂ ਨਾਲ ਬਲੀ ਚਾੜਤਾ ਤੇ ਅੱਜ ਆਹ ਦੇਖ ਸਕਦੇ ਹੋ ਤੁਸੀਂ ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ ਵਾਲੀਬਾਲ ਖੇਡਣਾ ਸੀ ਕ੍ਰਿਕਟ ਖੇਡਣਾ ਸੀ ਹਨਾ ਹਾਕੀ ਖੇਡਣਾ ਸੀ ਸਰ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ ਤੇ ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ GNE ਦੇਖੋ ਬਹੁਤ ਵਧੀਆ ਕਾਲਜ ਹੈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ GNE ਤੋਂ ਬਾਅਦ ਦੂਜੇ ਨੰਬਰ ਤੇ ਇਹ ਕਾਲਜ ਸੀ ਕਿਉਂਕਿ 20-25 ਏਕੜ ਜੇ ਫੈਲਿਆ ਹੋਇਆ ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ 5 ਮੈਸਾਂ ਸੀ 5 ਜਗ੍ਹਾ ਖਾਣਾ ਬਣਦਾ ਸੀ ਬੱਚਿਆਂ ਨੂੰ ਅੰਦਰ ਹੋਸਟਲ 'ਚ ਨਾ ਉਹ ਮਤਲਬ ਕਮਰਾ ਨਹੀਂ ਮਿਲਦਾ ਸੀ ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 PG ਚੱਲਦਾ ਸੀ ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ ਆਹ ਕਾਲਜ ਤਾਂ ਖਤਮ ਹੋਇਆ ਹੋਇਆ ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ ਬਿਲਕੁਲ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ ਆਹ ਬਾਹਰੇ ਕਿਉਂਕਿ ਇੱਥੋਂ ਇੱਥੇ ਕੀ ਹੁੰਦਾ ਬਾਈ ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ ਬਿਹਾਰ ਮਹਾਰਾਸ਼ਟਰ ਹਨਾ ਇੱਥੇ ਮੁੰਡੇ ਹੁੰਦੇ ਸੀ ਤੇ ਖਾਂਦੇ ਪੀਂਦੇ ਸੀ ਖੜਦੇ ਸੀ ਹਨਾ ਤੇ ਪਰ ਅੱਜ ਬਾਈ ਵਿਹਲਾ ਪਿਆ ਤੇ ਆ ਕੱਖ ਹੋ ਗਏ ਮੈਂ ਕਹਿੰਦਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ ਨਹੀਂ ਚਲਾ ਸਕਦੀ ਬਜਟ ਨਹੀਂ ਤੁਹਾਡੇ ਕੋਲ ਪੈਸੇ ਪਰ ਆਹ ਦਰਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਓ ਇਹਨਾਂ ਤੋਂ ਕੀ ਬੁਰਾ ਹੋ ਗਿਆ ਆਹ ਸੁੱਕਣੇ ਸ਼ੁਰੂ ਹੋ ਗਏ ਵੱਢਣ ਲੋਕ ਆਉਂਦੇ ਨੇ ਯਾਰ ਰਾਤ ਨੂੰ ਇੱਥੇ ਕੋਈ ਰਾਖੀ ਨਹੀਂ ਆਹ ਦੇਖੋ ਆਹ ਸਾਰੇ ਵੱਡੇ ਹੋਏ ਨੇ ਇਹਨਾਂ ਵੱਢ ਕੇ ਲੈ ਗਿਆ ਕੋਈ ਵੱਢ ਕੇ ਲੈ ਗਿਆ ਬਾਅਦ 'ਚ ਫੁੱਟੇ ਹੋਏ ਨੇ ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ ਆਹ ਬਸ ਇਹ ਦੁਬਾਰਾ ਉੱਗੇ ਹੋਏ ਨੇ ਹੋਰ ਕੋਈ ਇੱਦਾਂ ਨਹੀਂ ਹੈਗਾ ਇੱਕ ਹੋਰ ਤੁਹਾਨੂੰ ਦੱਸਦਾ ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ ਮੈਂ ਹੈਰਾਨ ਆ ਯਾਰ 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨਹੀਂ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ ਹਾਂ ਦੇਖ ਲਓ ਉਹਨਾਂ ਦੀ ਰੋਜ਼ੀ ਰੋਟੀ ਠੱਪ ਹੋ ਗਈ ਉਹਨਾਂ ਦੇ ਬੱਚੇ ਭੁੱਖੇ ਮਰਨਗੇ ਉਹਨਾਂ ਦੀ ਕੋਈ ਨਹੀਂ ਜਾਤ ਪੁੱਛ ਰਿਹਾ ਜਦੋਂ ਖੁਦ ਗੱਲਬਾਤ ਕਰਦੇ ਆਪਾਂ ਚੱਲ ਕੇ ਇੱਕ ਕਲਰਕ ਜਦੋਂ ਖੁਦ ਮਤਲਬ ਇੱਥੇ ਸੁਸਾਇਡ ਕਰ ਜੇ ਤਨਖਾਹ ਨਾ ਮਿਲਣ ਕਰਕੇ 36 ਮਹੀਨੇ ਹੋ ਗਏ ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫਿਰ ਵੀ ਕੰਨ ਤੇ ਉਹ ਜੂਨਿਸ਼ ਸਰਕਦੀ ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ ਪਰ ਹੁਣ ਲੱਗਦਾ ਵੀ ਜੇ ਉਮੀਦ ਹੈ ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ ਇਹ ਸਿੱਖਿਆ ਦਾ ਆਧਾਰ ਹੈ ਇੱਧਰ ਜੇ ਧਿਆਨ ਦਿੱਤਾ ਜਾਵੇ ਨਾ ਜੇ ਹੋਰ ਕੁਛ ਨਹੀਂ ਤਾਂ 20-25 ਕਿੱਲਿਆਂ 'ਚ ਫੈਲਿਆ ਹੋਇਆ ਇੱਥੇ ਕੋਈ ਹਸਪਤਾਲ ਹੀ ਖੋਲ ਦਿਓ PGI ਵਰਗਾ ਹਾਂ ਹਸਪਤਾਲ ਖੋਲ ਸਕਦਾ ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ ਅਸੀਂ ਸਾਂਭ ਸਕਦੇ ਅਸੀਂ ਨਹੀਂ ਟੀਚਰ ਦੇ ਸਕਦੇ ਡਾਕਟਰ ਤਾਂ ਦੇ ਦੋਗੇ PGI ਤੋਂ ਵੱਡੀ ਜਗ੍ਹਾ ਪਈ ਇਹੀ ਬਿਲਡਿੰਗ ਕੰਮ ਆ ਜੇ ਇਹਨੂੰ ਸਵਾਰ ਕੇ ਨਾ ਸਾਰੀ ਬਿਲਡਿੰਗ ਕੰਮ ਆ ਸਕਦੀ ਹੈ ਨਹੀਂ ਇਹ ਪਤਾ ਕਿ ਇਹ ਖੰਡਰ ਬਣ ਜੂਗੀ ਇੱਥੇ ਨਸ਼ੇ ਕਰਨਗੇ ਮੰਡੀਰ ਆ ਕੇ ਔਰ ਫਿਰ ਕੀ ਹੁੰਦਾ ਜੀ ਫਿਰ ਇੱਥੇ ਕੱਲ ਨੂੰ ਕੋਈ ਇਦਾਂ ਦੀ ਘਟਨਾ ਵੀ ਵਾਪਰ ਸਕਦੇ ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ ਕਿ ਇਹਨੂੰ ਪਤਾ ਲੱਗੂਗਾ ਕੋਈ ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ ਕੁਛ ਵੀ ਹੋ ਸਕਦਾ ਇੱਥੇ ਯਾਰ ਬਿਲਡਿੰਗਾਂ ਪਈਆਂ ਨੇ ਮੈਂ ਕਹਿੰਦਾ ਇੰਨੇ ਏਡੇ AC ਲੱਗੇ ਪਏ ਨੇ ਐਡੀਆਂ ਐਡੀਆਂ ਬਿਲਡਿੰਗਾਂ ਨੇ ਸਾਹਮਣੇ ਐਡੀਆਂ ਐਡੀਆਂ ਬੱਸਾਂ ਖੜੀਆਂ ਨੇ ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ ਪ੍ਰਾਈਵੇਟ ਬੱਸਾਂ ਖੜਾਉਂਦੇ ਨੇ ਇੱਥੇ ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਕਬਜ਼ਾ ਹੀ ਹੋ ਜੇ ਕਿਸੇ ਕਬਜ਼ਾ ਹੀ ਹੋ ਜਾਊਗਾ ਬਿਲਕੁਲ 25 ਕਿੱਲਿਆਂ ਦੀ ਜਗ੍ਹਾ ਇਹ ਪਰ ਜੇ ਸਰਕਾਰ ਚਾਹੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਸੀ ਮੇਰੇ ਅੱਖੀ ਦੇਖੀ ਗੱਲ ਹੈ ਅੱਜ ਤੋਂ 7-8 ਸਾਲ 7-8 ਸਾਲ ਦੀ ਗੱਲ ਹੈ ਕੰਪਨੀਆਂ ਆਉਂਦੀਆਂ ਇੱਥੋਂ ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ
ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਉਹਨਾਂ ਦਾ ਟਾਈਮ ਹੁੰਦਾ, ਕੰਪਨੀਆਂ ਬਾਹਰੋਂ ਆਉਂਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ ਔਰ ਉਹਨਾਂ ਨੂੰ ਸਾਲ ਦਾ ਕਿਸੇ ਨੂੰ 8 ਲੱਖ ਦਾ, ਕਿਸੇ ਨੂੰ 10 ਲੱਖ ਦਾ, ਕਿਸੇ ਨੂੰ ਸਾਲ ਦਾ 12 ਲੱਖ ਦਾ ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ ਵੀ ਤੁਸੀਂ ਐਮਟੈਕ ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ, ਆਣ ਸਾਰ ਨੌਕਰੀ ਲਓ। ਬਿਲਕੁਲ ਆਹ ਹਾਲ ਸੀ। ਇਹ ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ ਬਾਬਾ ਹੀਰਾ ਸਿੰਘ ਪੱਠਲ ਕਾਲਜ ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ। ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ ਅਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ। ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆਂ ਨੇ। ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੈ ਮੇਨ? ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ। ਅਸੀਂ ਖੜ੍ਹੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਪੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋਊਗੀ, ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ, ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ, ਇਹਨਾਂ ਕਾਲਜਾਂ ਨੂੰ। ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ, ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਏ ਹਾਂ ਕਾਲਜ ਦੇ। ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ। ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ, ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ ਤੇ ਕੱਲੇ ਪੰਜਾਬ ਦੇ ਨਹੀਂ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ, ਹਰਿਆਣਾ, ਹਿਮਾਚਲ, ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ। ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ, ਜਿਵੇਂ GNE ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਹੈ ਜਿਹੜਾ ਲੁਧਿਆਣੇ ਵਾਲਾ, GNE ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ। ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ, ਬਾਬਾ ਹੀਰਾ ਸਿੰਘ ਪੱਠਲ, ਬੀਬੀ ਰਜਿੰਦਰ ਕੌਰ ਪੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ। ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ, ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ, ਇਹਨੇ ਪੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਪੱਠਲ। ਜੇ ਕਾਲਜ ਚੱਲਦਾ ਤਾਂ ਪੱਠਲ ਪਰਿਵਾਰ ਦਾ ਨਾਮ ਚੱਲਦਾ। ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ, ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ। ਅੱਛਾ ਬਾਈ ਜੀ, ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ, ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ, ਇਸੇ ਟੈਕਨੀਕਲ ਕਾਲਜ ਚ, ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ, ਇਕੱਲੇ ਉਹਨੂੰ ਨੀ ਸਾਰੇ ਸਟਾਫ ਨੂੰ, ਬੰਦਾ ਗਲ ਚ ਫਰਾਹਾ ਗਲ ਫਰਾਹਾ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਇਡ ਕਰ ਗਿਆ ਸੀ। ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ, 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ, ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ, ਕੁੜੀਆਂ ਇੱਥੇ ਪੜ੍ਹਦੀਆਂ ਸੀ ਖੇਡਦੀਆਂ ਸੀ। ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ, ਉਹ AC ਲੱਗਿਆ ਜਿੱਥੇ, ਉਹ ਦਿਖਾਓ ਸਾਰਿਆਂ ਨੂੰ। ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ, ਮਤਲਬ ਜਿਹੜੇ ਇੱਥੇ ਪੜ੍ਹਾਉਣ ਵਾਲਾ ਸਟਾਫ ਸੀ ਨਾ ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ। ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ, ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ। ਪਰ ਅੱਜ ਕੀ ਬਣ ਗਿਆ, ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ, ਟੀਚਰਾਂ ਦਾ ਬੁਰਾ ਹਾਲ ਹੋ ਗਿਆ। ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ, ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ। ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਦੇ ਬੈਠੇ ਨੇ, ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ। ਇੱਕ ਬਾਈ ਦਵਿੰਦਰਪਾਲ ਹੁੰਦਾ ਜੀ ਕਲਰਕ, ਉਹ ਸੁਸਾਇਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ। ਬੜਾ ਰੌਲਾ ਚੱਲਿਆ ਇਸ ਕਾਲਜ ਦਾ, ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ, ਖਿੜਕੀਆਂ ਖੜਕਦੀਆਂ ਨੇ ਯਾਰ, ਹਨਾ ਖਿੜਕੀਆਂ ਖੜਕਦੇ ਨੇ। ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ, ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ, ਐ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕਰੀਆਂ ਨੇ, ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ। ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ? ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ,
ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜਿਆ ਲਿਖਿਆ ਵਰਗ ਆ ਉਹ ਬਾਹਰ ਨਾ ਜਾਵੇ। ਉਹ ਛੱਕੂ ਉਹ ਪੜਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ ਹੈ? ਪੈਦਾ ਤਾਂ ਇਹਨਾਂ ਕਾਲਜਾਂ ਚੋਂ ਹੋਣਾ ਪੜਿਆ ਲਿਖਿਆ ਵਰਗ। ਤੇ ਤੁਸੀਂ ਕਾਲਜ ਐਡੇ ਐਡੇ ਕਾਲਜ ਸਰਕਾਰੀ ਕਾਲਜ, ਇਹ 20 acres ਦੇ ਵਿੱਚ ਬਣਿਆ ਹੋਇਆ ਕਾਲਜ ਹੈ 20 acres ਦੇ ਵਿੱਚ, ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ GNE ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ ਲਹਿਰੇ ਗਾਗੇ ਦਾ। ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ਤੇ ਬਣਾਇਆ ਸੀ, ਪਰ ਕਾਂਗਰਸ ਸਰਕਾਰ ਨੇ ਕੈਪਟਨ ਨਹੀਂ ਭੱਠਲ ਨੂੰ ਖਤਮ ਕਰਦੇ ਕਰਦੇ ਇਹ ਹੀਰਾ ਸਿੰਘ ਭੱਠਲ ਕਾਲਜ ਨੂੰ ਵੀ ਖਤਮ ਕਰਤਾ, ਕਾਲਜ ਹੀ ਖਤਮ ਕਰਤਾ। ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ, ਟੀਚਰ ਭੱਜ ਗਏ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ, ਮਹਾਰਾਸ਼ਟਰ ਤੋਂ ਬੱਚੇ, ਬਿਹਾਰ ਤੋਂ, ਉੱਤਰ ਪ੍ਰਦੇਸ਼ ਤੋਂ, ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ। ਅੰਦਰ ਪੰਜ ਮੈਸਾਂ ਚੱਲਦੀਆਂ ਸੀ, ਪੰਜ ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ, ਉਹ ਨਹੀਂ ਪੂਰਾ ਹੁੰਦਾ ਸੀ। ਬੱਚੇ ਬਾਹਰ ਨਾ PG ਲੈ ਕੇ ਰਹਿੰਦੇ ਸੀਗੇ, ਤੇ ਹੁਣ ਇੱਥੇ ਕੀ ਹੈ, ਨਵਾਂ ਦਾਖਲੇ ਬੰਦ ਨੇ, ਕੋਈ ਬੱਚਾ ਨਵਾਂ ਨਹੀਂ ਆ ਰਿਹਾ ਇੱਥੇ, ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ। ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ, ਹੈ ਨਾ? ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਕਿ ਐਡਮਿਸ਼ਨ ਨਹੀਂ ਮਿਲਦੀ ਸੀ, ਐਡਮਿਸ਼ਨ ਲੈਣੀ ਔਖੀ ਸੀ, ਇੱਥੇ ਦਾਖਲਾ ਲੈਣਾ ਔਖਾ ਸੀ। ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਈਏ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ, ਜੋ ਪਹਿਲਾਂ ਪੇਪਰ ਦੇਣਾ ਪੈਂਦਾ, ਫੇਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ 'ਚ ਨੰਬਰ ਆ ਜਾਂਦਾ ਨਾ, ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀ, ਉਹ ਮਿਲੀ ਲਓ, ਮੈਂ ਵੱਡਾ ਇੰਜੀਨੀਅਰ ਬਣ ਗਿਆ। ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ, ਉਹ ਲਿਖਿਆ ਹੋਇਆ ਦੇਖੋ, ਇਹ ਸਟਾਫ ਕਲੋਨੀ, ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ, ਜਿਹੜਾ ਸਰਕਾਰੀ ਟੀਚਰ ਸੀਗੇ, ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ। ਇੱਥੇ AC ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ, ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ, ਸੁਸਾਈਡ ਕਰਕੇ ਮਰਨ ਲੱਗੇ। ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਈਡ ਕੀਤਾ ਸੀਗਾ, ਬਿਲਕੁਲ ਉਹ ਦਫ਼ਤਰ 'ਚ ਕੀਤਾ ਸੀ, ਉਹ ਉੱਥੇ ਸੁਸਾਈਡ ਕੀਤਾ ਸੀਗਾ ਮੁੰਡੇ ਨੇ, ਤਨਖਾਹ ਉਹਨੂੰ ਮਿਲੀ ਨਹੀਂ। ਆਹ ਹੁਣ ਕਬਜ਼ਾ ਦੇਖ ਲਓ ਕਿਹਦਾ ਹੋ ਗਿਆ, ਆਹ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ, ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ, ਇਹ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ। ਤੁਸੀਂ ਬਾਈ ਆਹ ਪੌਦੇ ਸੁੱਕੀ ਜਾਂਦੇ ਆ, ਹੈ ਨਾ, ਦਰਖਤ ਸੁੱਕੀ ਜਾਂਦੇ ਆ, ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖਦੇ ਨਾ। ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ, ਅਕਾਲੀਆਂ ਤੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ। ਹੁਣ ਆਪਾਂ ਬੇਨਤੀ ਕਰਦੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ, ਮਾਨ ਸਾਹਿਬ ਤੁਹਾਡੀ ਸਰਕਾਰ ਦੋ ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ, ਐਜੂਕੇਸ਼ਨ ਤੇ ਮੈਡੀਕਲ, ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ। ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਿਰ ਹੈ ਮਾਲਵੇ ਦਾ, ਜੇ ਆਪਾਂ ਕਹੀਏ ਤਾਂ। ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ, ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਿਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ, ਜਿਹੜਾ ਜਿਹੜਾ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ। 2,2500 ਬੱਚਾ ਇੱਥੋਂ ਇੰਜੀਨੀਅਰ ਕਰਕੇ ਨਿਕਲਦਾ ਸੀ, ਤੇ ਹੁਣ ਇੱਥੇ ਦਾਖਲੇ ਬੰਦ ਨੇ। ਸੁਣਸਰਾਂ ਪਈ ਆ ਬਈਏ, ਬਿਲਕੁਲ ਹੀ। ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ PN ਨਹੀਂ, ਤਨਖਾਹ ਹੀ ਨਹੀਂ ਦਿੰਦੇ, ਤਨਖਾਹ ਦਿੱਤੀ ਨਹੀਂ ਕਿਸੇ ਨੂੰ। ਲੋਕ ਇਹ ਸਮਝ ਲਓ, ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਈਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ। ਕਿਉਂ? 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ, ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾਂ ਮਾਰਨ ਲੱਗ ਜਾਂਦਾ। ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ। ਆਹ ਦੇਖ ਸਕਦੇ ਹੋ ਬਈ ਹਾਲਾਤ, ਹੈ ਨਾ, ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ। ਆਹ ਦੇਖੋ ਸਾਰਾ ਗਰਾਊਂਡ ਖਾਲੀ ਹੈ, ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ। ਤੇ ਆ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ, ਆ ਪਾਰਕਿੰਗ ਏਰੀਆ ਉਹ ਦੇਖੋ, ਪਿੱਛੇ ਦੇਖੋ, ਆ ਦੇਖੋ ਕੀ ਬਣਿਆ ਪਿਆ, ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ। ਇੱਥੋਂ ਨੀ ਨਾ ਕੋਈ, ਦੇਖੋ ਮੁੰਡੇ ਟੱਪਦੇ ਆ ਬਾਈ, ਜਿਹੜੇ ਨਸ਼ੇ ਪੱਤੇ, ਹਾਂ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਇਹ। ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਆ, ਲੈ ਆ ਥੋੜੇ ਉੱਪਰ ਕਰਕੇ ਦਿਖਾ ਦਿਓ। ਆ ਖਾਲੀ ਪਿਆ ਐਡਾ ਵੱਡਾ ਕਾਲਜ। ਆ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ, ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ, ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ। ਨਾਲ ਇੱਕ ਗੱਲ ਹੋਰ ਬਾਈ, ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ, ਉਹਦਾ ਹਲਕਾ ਵੀ ਹੈ ਪਹਿਲੀ ਵਾਰੀ। ਹਾਂ, ਜਦੋਂ PP 'ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲੇ ਆਪਣੇ ਮਨਪ੍ਰੀਤ ਬਾਦਲ ਨਾਲ, ਪਹਿਲੀ ਚੋਣ ਵਿਧਾਇਕੀ ਦਾ ਪੈਰ, ਪਹਿਲਾ ਜਿਵੇਂ ਆਪਾਂ ਕਹਿ ਦਿੰਦੇ ਨਾ, ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ, ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ। ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਆਹ ਜਿਹੜਾ ਮਤਲਬ ਬਰਾਨ ਹੁੰਦਾ ਜਾਂਦਾ, ਭੂਤ ਬੰਗਲਾ ਬਣਦਾ ਜਾ ਰਿਹਾ, ਉਹ ਐਡਾ ਵੱਡਾ ਕਾਲਜ। ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ, ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ। ਜੇਕਰ ਇਹ ਕਾਲਜ ਚੱਲਦਾ ਤਾਂ ਸਾਡੇ ਬੱਚੇ ਬਾਹਰੋਂ ਜਾਣ ਉਹ ਘੱਟ ਸਕਦੇ ਆ। ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ, ਆ ਗਰਾਊਂਡ ਸੀ ਦੇਖੋ ਕਿਵੇਂ ਖੰਜਰ ਬਣ ਕੇ ਰਹਿ ਗਏ, ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆਂ ਨਹੀਂ। ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ, ਬਾਬਾ ਹੀਰਾ ਸਿੰਘ ਭੱਠਲ ਟੈਕਨੀਕਲ ਕਾਲਜ ਦੀ। ਆਓ ਤੁਹਾਨੂੰ ਬੱਸਾਂ ਦਿਖਾਉਂਦੇ ਹਾਂ ਬਾਈ।
ਬੱਸਾਂ ਤੇ ਕਿਵੇਂ ਧੂੜ ਜਮੀ ਪਈ ਆ, ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਹੋਵੇ। ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ, ਓਏ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਲਣ ਲੱਗ ਰਹੀਆਂ ਨੇ, ਐਡੀ ਐਡੀਆਂ ਬਿਲਡਿੰਗਾਂ, ਮੈਂ ਕਹਿੰਦਾ PGI ਤੋਂ ਵੱਡਾ ਇਹ, PGI ਤੋਂ ਵੱਡਾ ਕਾਲਜ ਹੈ ਇਹ। ਹਾਂ ਤੇ ਆ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ, ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ, ਇਹ ਪੋਲੀਟੈਕਨਿਕ ਵਿੰਗ ਸੀਗਾ। ਤੇ ਇਹਦੀ ਆ ਜਿਹੜੀ ਆ ਕੁੜੀਆਂ ਨੂੰ ਨਾ ਪਿੰਡਾਂ ਚੋਂ ਬੱਸਾਂ ਲੈ ਕੇ ਆਉਂਦੀਆਂ ਹੁੰਦੀਆਂ ਸੀ ਕਿਸੇ ਟਾਈਮ, ਕਿਵੇਂ ਇਹਨਾਂ ਨੇ ਧੂੜ ਜਮੀ ਪਈ ਹੈ ਬਈ। ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ ਚੋਂ ਬੱਸਾਂ ਲੈ ਕੇ ਆਉਂਦੀਆਂ ਹੁੰਦੀਆਂ ਸੀ, ਹੁਣ ਅੰਦਰ ਦੇਖ ਲੈ ਵੀ ਤਾਂ ਬੋਲਦੇ ਨੇ ਪੁਲਿਸ, ਇੱਥੇ ਪੁਲਿਸ ਮੁਲਾਜ਼ਮ ਅੰਦਰ ਗਏ ਬੈਠੇ ਨੇ, ਮੈਨੂੰ ਇਹ ਨਹੀਂ ਸਮਝੇਗੀ। ਆਹ ਦੇਖੋ ਬਈ ਕਿਵੇਂ ਗਰਦ ਜੰਮੀ ਪਈ ਹੈ ਇਹਨਾਂ ਦੇ, ਕਿਹੜੇ ਹਿਸਾਬ ਨਾਲ ਉਹ ਉਹ ਬੁੱਤ ਲੱਗਿਆ ਹੋਇਆ ਅੱਗੇ ਹੈ ਨਾ, ਉਹ ਬਾਬਾ ਹੀਰਾ ਸਿੰਘ ਭੱਠਲ ਦਾ ਬੁੱਤ ਹੈ। ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਭੱਠਲ ਰੱਖਣ ਕਰਕੇ ਇਹ ਕਾਲਜ ਬਲੀ ਬਲੀ ਜੜ ਗਿਆ ਸਰਕਾਰਾਂ ਦੀ। ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ। ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ ਟੀਚਰ ਕੋਈ ਨਹੀਂ ਸੀ, ਬੱਚਾ ਇੱਥੇ 700-800 ਹੈਗਾ ਸੀ, ਪਰ ਉਦੋਂ ਬਾਅਦ ਬੱਚੇ ਵੀ ਆਉਣ ਵਾਲੇ ਗਏ। ਇਹਨੂੰ ਮਤਲਬ ਕਾਲਜ ਨੂੰ ਸਾਹਮਣੇ ਦਿਖਾਓ ਬਾਬਾ ਹੀਰਾ, ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ, ਇਹਨੂੰ ਬਣਾਉਣ 'ਚ ਵੀ ਕਾਂਗਰਸ ਦਾ ਹੱਥ ਰਿਹਾ। ਬਾਬਾ ਹੀਰਾ ਸਿੰਘ ਭੱਠਲ ਰਜਿੰਦਰ ਕੌਰ ਭੱਠਲ ਦੇ ਪਰਿਵਾਰ ਤੋਂ ਇਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 'ਚ ਜਨਮ ਹੈ, 1984 'ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰਤਾ ਸੈਨਾਨੀ ਰਹੇ ਨੇ। ਤੁਹਾਨੂੰ ਇਹ ਵੀ ਦੱਸਦਾ ਮੈਂ, ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ, ਜੇਲ੍ਹਾਂ ਵੀ ਕੱਟੀਆਂ ਨੇ ਇਹਨਾਂ ਨੇ। ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਭੱਠਲ ਕਾਲਜ, ਪਰ ਭੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ 'ਚ ਇਹ ਨਾ ਹੋਵੇ ਵੀ ਭੱਠਲ ਨੇ ਐਡਾ ਕਾਲਜ ਬਣਾਤਾ। ਹੁਣ ਲਹਿਰੇ ਹਲਕੇ 'ਚ ਲੋਕ ਇਹ ਕਹਿੰਦੇ ਨੇ ਭੱਠਲ ਦੀ ਕੋਈ ਦੇਣ ਨਹੀਂ, ਆ ਇੱਕ ਦੇਣ ਸੀ ਇਹ ਕੈਪਟਨ ਨੇ ਖਤਮ ਕਰਤੀ। ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ, ਇੱਧਰਲਾ ਇਲਾਕਾ ਲਾ ਲਓ, ਆਹ ਸੁਨਾਮ ਤਹਿਸੀਲ ਮੂਨਕ ਤਹਿਸੀਲ ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ, ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ, ਤੇ ਹੁਣ ਅੱਗੇ ਮੂਨਕ ਤਹਿਸੀਲ ਇੱਦੂ ਹੋਰ ਅੱਗੇ ਬਣ ਗਈ। ਇਹ ਲਹਿਰੇ ਦਾ ਇਲਾਕਾ ਸੈਂਟਰ 'ਚ ਆ ਗਿਆ ਮੂਨਕ ਅਤੇ ਸੁਨਾਮ ਦੇ ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿੱਥੇ ਹਜ਼ਾਰਾਂ ਦੀ ਸੰਖਿਆ 'ਚ ਬੱਚੇ ਬਾਹਰਲੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ ਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ, ਕਿਉਂ ਨਹੀਂ ਲੈ ਰਹੇ? ਟੀਚਰ ਨਹੀਂ, ਤਨਖਾਹਾਂ ਨਹੀਂ ਦਿੱਤੀਆਂ, ਇੱਥੋਂ ਟੀਚਰ ਗੱਲ ਫਰਾਹੇ ਲੈ ਕੇ ਮਰਨ ਲੱਗੇ। ਦੂਜਾ ਨੰਬਰ ਇੱਕ ਹੋਰ ਹੋ ਗਿਆ, ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ ਕਿ ਜੇ ਬੰਦਾ ਇਹ ਪੂਰੀ ਪੂਰੀ ਮੰਨ ਲਓ ਉਹਨੇ ਐਮਟੈਕ ਕਰਨੀ ਹੈ, ਐਮਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ, ਅਗਲਾ ਕਹਿੰਦਾ 3 ਲੱਖ ਹੋਰ ਪਾਓ ਕੈਨੇਡਾ ਜਾਓ 18 ਲੱਖ ਰੁਪਏ 'ਚ, ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨਹੀਂ ਨੌਕਰੀ ਮਿਲੂ। ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮਟੈਕ ਕਰ ਲੈਂਦੇ ਨੇ 15-15 ਹਜ਼ਾਰ ਤੇ ਨੌਕਰੀ ਲੱਗ ਗਏ, ਮੈਂ ਦੇਖੇ ਨੇ ਮੁੰਡੇ। ਬਿਲਕੁਲ, ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮਟੈਕ ਕਰਨ ਤੇ, 3 ਲੱਖ ਹੋਰ ਪਾਓ 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ। ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ। ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ? ਜੇ ਜਦੋਂ ਇਸ ਕਾਲਜ 'ਚ ਜਵਾਕ ਪੜ੍ਹ ਰਹੇ ਸੀਗੇ 2022 ਬੱਚਾ ਪੜ੍ਹ ਰਿਹਾ ਸੀ, ਉਹ ਇੱਕਦਮ ਨਹੀਂ ਘਟੇ, ਹਰ ਸਾਲ ਘਟਦੇ 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 ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ। ਆਹ ਦੇਖੋ ਅਲੱਗ ਆਹ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ, ਇਹ ਇੰਜੀਨੀਅਰ ਵਿੰਗ ਹੈ, ਉਹ ਪੋਲੀਟੈਕਨੀਕਲ ਵਿੰਗ ਸੀਗਾ, ਇਹ ਇੰਜੀਨੀਅਰਿੰਗ ਦਾ ਵਿੰਗ ਹੈ। ਕਿੱਡੀਆਂ ਵੱਡੀਆਂ ਬਿਲਡਿੰਗਾਂ ਬਈ ਹਨਾ, ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ, ਚਿੜੀਆਂ ਰਹਿਣ ਲੱਗੀਆਂ, ਘੁੱਗੀਆਂ ਨੇ ਆਲਣੇ ਪਾਲੇ ਯਾਰ, ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ। ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ, ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ, ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ। ਬਿਲਕੁਲ, ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36-36 ਮਹੀਨੇ ਹੋ ਗਏ, ਟੀਚਰ ਇੱਥੇ ਗੱਲ ਫਰਾਹੇ ਲੈ ਕੇ ਮਰੇ। ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਈ, ਨੌਜਵਾਨੀ ਬਾਹਰ ਜਾਈ ਜਾਂਦੀ ਹੈ ਹਨਾ, ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ। ਬਿਲਕੁਲ, ਨੌਜਵਾਨੀ ਵੀ ਨਹੀਂ ਇੱਥੇ ਟਿਕ ਰਹੀ, ਸਾਹਮਣੇ ਦੇਖੋ AC ਦੇਖ ਲਓ ਬਈ ਹਨਾ, AC ਲੱਗੇ ਨੇ, ਗੰਦਗੀ ਨਾਲ ਭਰਿਆ ਸਾਰਾ ਕੁਝ, ਕਾਰਨ ਕੀ ਹੈ? ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਬੱਚੇ ਬਾਹਰ ਨੂੰ ਭੱਜ ਰਹੇ ਨੇ, ਉਹ ਕਿਉਂ ਭੱਜਣੇ ਸ਼ੁਰੂ ਹੋਏ?
ਇੱਥੇ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮਟੈਕ ਕਰਦਾ ਨਾ ਉਦੋਂ ਤੱਕ 12-15 ਲੱਖ ਰੁਪਇਆ ਲਾ ਦਿੰਦਾ ਔਰ ਫਿਰ ਵੀ ਉਸ ਤੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ ਸਿਰਫ 15-18 ਹਜ਼ਾਰ ਦੇ 20 ਹਜ਼ਾਰ ਦੇ ਔਰ ਉਹ ਵੀ ਪਤਾ ਨਹੀਂ ਸਾਹਮਣੇ ਕੰਟੀਨ ਦੇਖ ਰਹੇ ਹੋ ਬਾਈ ਕਿਸੇ ਟਾਈਮ ਇੱਥੇ ਮੁੰਡੇ ਹਨ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ ਮੈਂ ਕਹਿੰਦਾ ਕੈਫੇਟੇਰੀਆ ਸੀ ਇਹ ਪੂਰਾ ਵਧੀਆ ਕੈਫੇਟੇਰੀਆ ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ ਪਿੱਪਲ ਉੱਗ ਚੁੱਕੇ ਨੇ ਬਾਈ ਯਾਰ ਅੱਜ ਅੱਜ ਜਿਵੇਂ ਆਪਾਂ ਕਹਿ ਦਈਏ ਨਾ ਹਾਲਾਤ ਕਿਤੇ ਕਾਤਲ ਹੋ ਜਾਂਦਾ ਸੀ ਨਾ ਜੇ ਕਿਸੇ ਪਰਿਵਾਰ ਚ ਕਾਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਾਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਇਦਾਂ ਦਾ ਹੁੰਦਾ ਸੀ ਅੱਜ ਜਿੱਦਾਂ ਇਸ ਘਰ ਦਾ ਹਾਲ ਇਸ ਵਿਦਿਆ ਦੇ ਮੰਦਿਰ ਦਾ ਹਾਲ ਹੋਇਆ ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ ਕਿ ਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਹੈ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ ਜਾਂ ਕੋਈ ਹੋਰ ਕਾਰਨ ਇਹ ਸਪਸ਼ਟ ਕਰਨਾ ਚਾਹੀਦਾ ਹੁਣ ਬਜਟ ਆਇਆ ਸੀਗਾ ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ ਤੇ ਨਵੀਂ ਸਰਕਾਰ ਬਣੀ ਆ ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ ਮਰ ਗਈਆਂ ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾਤੀ ਵੀ ਉਹਨਾਂ ਦੀ ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰ ਦੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾਂ ਤੋਂ ਹੋਈ ਸੀ ਹੋਰ ਦੇਖੋ ਹੁਣ ਐਮ ਪੀ ਇਲੈਕਸ਼ਨ ਹੋ ਕੇ ਹਟੀ ਹੈ ਪਹਿਲਾਂ ਲਹਿਰੇ ਤੋਂ ਵੋਟਾਂ ਘੱਟਦੀਆਂ ਹੁੰਦੀਆਂ ਸੀਗੀਆਂ ਇੱਥੇ ਐਮ ਐਲ ਏ ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ ਔਰ ਹੁਣ ਐਮ ਪੀ ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ 2,2500 ਵੋਟ ਵਧੀਆ ਸਿਮਰਜੀਤ ਸਿੰਘ ਵਧੀਆ ਵਧੀਆ ਬਿਲਕੁਲ ਫਿਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਤੇ ਫਿਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ ਚਲੋ ਆਪਾਂ ਅਪੀਲ ਹੀ ਕਰ ਸਕਦੇ ਕਈ ਭਰਾ ਕਹਿ ਜਾਂਦੇ ਬਈ ਇਹ ਤਾਂ ਨਹੀਂ ਭਗਵੰਤ ਮਾਨ ਨੇ ਕਰਤਾ ਬਾਈ ਭਗਵੰਤ ਮਾਨ ਨੇ ਨਹੀਂ ਕੀਤਾ ਮੰਨਦਿਆਂ ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ ਹਨਾ ਪੱਠਾ ਬਿਠਾਤਾ ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਈ ਹੁਣ ਸੱਤਾ ਦੇ ਵਿੱਚ ਹੈ ਉਹ ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਮਿਲੂਗੀ ਹਾਂ ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ ਹੁਣ ਕੈਪਟਨ ਨੂੰ ਕੌਣ ਕਹੂਗਾ ਰੀੜ ਦੀ ਹੱਡੀ ਤੜਾਈ ਬੈਠਾ ਹੋ ਉਹਨੂੰ ਕੌਣ ਕਹੂ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ ਕਿ ਜੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 ਏਕੜ ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਗਾਗਾ ਦਾ ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰ ਕਰਦੇ ਸੀਗੇ ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰ ਕਰਕੇ ਆਹ ਭੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ ਉੱਥੇ ਮਕੈਨਿਕ ਲੱਗੇ ਹੋਏ ਨੇ 50-50, 45-45 ਹਜ਼ਾਰ ਤਨਖਾਹ ਲੈਂਦੇ ਨੇ ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ ਤੇ ਲੱਗੇ ਪਰ ਹੁਣ ਕਾਰਨ ਕੀ ਹੈ ਹੁਣ ਜਾਂ ਤਾਂ ਪ੍ਰਾਈਵੇਟ ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ ਰਿੰਕ 'ਚ ਜਾਣਗੇ ਗੋਬਿੰਦਗੜ੍ਹ ਜਾਣਗੇ ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰ ਕਰਨੀ ਹੈ ਤਾਂ ਉੱਥੇ 25-30 ਲੱਖ ਤੋਂ ਘੱਟ ਨਹੀਂ ਹੁੰਦੀ ਐਮਟੈਕ ਜਦੋਂ ਤੱਕ ਬੱਚਾ 12ਵੀਂ ਤੋਂ ਬਾਅਦ ਐਮਟੈਕ ਕਰੂਗਾ ਇਸ ਕਰਕੇ ਅਗਲਾ ਸੋਚਦਾ ਯਾਰ 18 ਲੱਖ ਲਾ ਕੇ ਕੈਨੇਡਾ ਜਾਂਦੇ ਹਾਂ ਇੱਥੇ ਫੇਰ ਨਹੀਂ ਰੋਜੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਕਿਸੇ ਟਾਈਮ ਬਾਈ ਇੱਥੇ ਖਾੜੇ ਲੱਗਦੇ ਹੋਣੇ ਆ ਸਟੇਜ ਤੇ ਹਨਾ ਆ ਸਟੇਜ ਤੇ ਜੀ ਆ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਣੇ ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡ ਤੁਸੀਂ ਮੰਨ ਕੇ ਚੱਲੋ ਵੀ ਜਿੱਥੇ 2025-2100 ਤੇ ਅੱਜ ਤੁਹਾਨੂੰ ਆ ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ ਪਰ ਅੱਜ ਟੈਂਟਾਂ ਨੇ ਆਪਣੀਆਂ ਚਾਦਰਾਂ ਪਾ ਲੀਆਂ ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਤੇ ਇਹਨਾਂ ਕਾਲਜਾਂ ਦੇ ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਬਈ ਇਹ ਕਾਲਜਾਂ ਨਾਲ ਬਲੀ ਚਾੜਤਾ ਤੇ ਅੱਜ ਆਹ ਦੇਖ ਸਕਦੇ ਤੁਸੀਂ ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ ਵਾਲੀਬਾਲ ਖੇਡਣਾ ਸੀ ਕ੍ਰਿਕਟ ਖੇਡਣਾ ਸੀ ਹਨਾ ਹਾਕੀ ਖੇਡਣਾ ਸੀ ਸਰ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ ਤੇ ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ GNE ਦੇਖੋ ਬਹੁਤ ਵਧੀਆ ਕਾਲਜ ਹੈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ GNE ਤੋਂ ਬਾਅਦ ਦੂਜੇ ਨੰਬਰ ਤੇ ਇਹ ਕਾਲਜ ਸੀ ਕਿਉਂਕਿ 20-25 ਏਕੜ 'ਚ ਫੈਲਿਆ ਹੋਇਆ ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ 5 ਮੈਸਾਂ ਸੀ 5 ਜਗ੍ਹਾ ਖਾਣਾ ਬਣਦਾ ਸੀ
ਬੱਚਿਆਂ ਨੂੰ ਅੰਦਰ ਹੋਸਟਲ 'ਚ ਨਾ ਉਹ ਮਤਲਬ ਕਮਰਾ ਨਹੀਂ ਮਿਲਦਾ ਸੀ, ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ। ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 ਪੀਜੀ ਚੱਲਦਾ ਸੀ। ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ। ਆਹ ਕਾਲਜ ਤਾਂ ਖਤਮ ਹੋਇਆ ਹੋਇਆ, ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ। ਬਿਲਕੁਲ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ, ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ ਆਹ ਬਾਹਰੇ, ਕਿਉਂਕਿ ਇੱਥੋਂ ਇੱਥੋਂ ਇੱਥੇ ਕੀ ਹੁੰਦਾ ਬਾਈ ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ ਬਿਹਾਰ ਮਹਾਰਾਸ਼ਟਰ ਹੈ ਨਾ, ਇੱਥੇ ਇੱਥੇ ਮੁੰਡੇ ਹੁੰਦੇ ਸੀ ਅਤੇ ਖਾਂਦੇ ਪੀਂਦੇ ਸੀ ਖੜਦੇ ਸੀ ਹੈ ਨਾ, ਅਤੇ ਪਰ ਅੱਜ ਬਾਈ ਵਿਹਲਾ ਪਿਆ ਅਤੇ ਆਹ ਕੱਖ ਹੋ ਗਏ। ਮੈਂ ਕਹਿਣਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ, ਨਹੀਂ ਚਲਾ ਸਕਦੀ ਬਸਤ ਨਹੀਂ ਤੁਹਾਡੇ ਕੋਲ ਪੈਸੇ, ਪਰ ਆਹ ਦਰੱਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਉ, ਇਹਨਾਂ ਤੋਂ ਕੀ ਬੁਰਾ ਹੋ ਗਿਆ। ਆਹ ਸੁੱਕਣੇ ਸ਼ੁਰੂ ਹੋ ਗਏ, ਵੱਢਣ ਲੋਕ ਆਉਂਦੇ ਨੇ ਯਾਰ ਰਾਤ ਨੂੰ, ਇੱਥੇ ਕੋਈ ਰਾਖੀ ਨਹੀਂ। ਆਹ ਦੇਖੋ ਆਹ ਸਾਰੇ ਵੱਢੇ ਹੋਏ ਨੇ, ਵੱਢ ਕੇ ਲੈ ਗਿਆ ਕੋਈ, ਵੱਢ ਕੇ ਲੈ ਗਿਆ, ਬਾਅਦ ਚ ਫੁੱਟੇ ਹੋਏ ਨੇ ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ। ਹਾਂ ਬਸ ਇਹ ਦੁਬਾਰਾ ਉੱਗੇ ਹੋਏ ਨੇ, ਹੋਰ ਕੋਈ ਏਦਾਂ ਨਹੀਂ ਹੈਗਾ। ਇੱਕ ਹੋਰ ਤੁਹਾਨੂੰ ਦੱਸਦਾ, ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ, ਮੈਂ ਹੈਰਾਨ ਆ ਯਾਰ, 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ, ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨਹੀਂ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ। ਹਾਂ ਦੇਖ ਲਓ ਉਹਨਾਂ ਦੀ ਰੋਜ਼ੀ ਰੋਟੀ ਠੱਪ ਹੋ ਗਈ, ਉਹਨਾਂ ਦੇ ਬੱਚੇ ਭੁੱਖੇ ਮਰਨਗੇ, ਉਹਨਾਂ ਦੀ ਕੋਈ ਨਹੀਂ ਜਾਤ ਪੁੱਛ ਰਿਹਾ। ਇੱਕ ਕਲਰਕ ਜਦੋਂ ਖੁਦ ਮਤਲਬ ਇੱਥੇ ਸੁਸਾਇਡ ਕਰ ਜੇ ਤਨਖਾਹ ਨਾ ਮਿਲਣ ਕਰਕੇ 36 ਮਹੀਨੇ ਹੋ ਗਏ, ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫੇਰ ਵੀ ਕੰਨ ਤੇ ਉਹ ਜੂਨੀ ਸਰਕਦੀ ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ, ਪਰ ਹੁਣ ਲੱਗਦਾ ਵੀ ਜੇ ਉਮੀਦ ਹੈ, ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ, ਇਹ ਸਿੱਖਿਆ ਦਾ ਆਧਾਰ ਹੈ, ਇੱਧਰ ਜੇ ਧਿਆਨ ਦਿੱਤਾ ਜਾਵੇ ਨਾ ਜੇ ਹੋਰ ਕੁਛ ਨਹੀਂ ਤਾਂ 20-25 ਕਿੱਲਿਆਂ 'ਚ ਫੈਲਿਆ ਹੋਇਆ, ਇੱਥੇ ਕੋਈ ਹਸਪਤਾਲ ਹੀ ਖੋਲ ਦਿਓ PGI ਵਰਗਾ। ਹਾਂ ਹਸਪਤਾਲ ਖੋਲ ਸਕਦਾ ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ, ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ ਅਸੀਂ ਸਾਂਭ ਸਕਦੇ, ਅਸੀਂ ਨਹੀਂ ਟੀਚਰ ਦੇ ਸਕਦੇ, ਡਾਕਟਰ ਤਾਂ ਦੇ ਦੋਗੇ, PGI ਤੋਂ ਵੱਡੀ ਜਗ੍ਹਾ ਵੀ ਇਹੀ ਬਿਲਡਿੰਗ ਕੰਮ ਆ ਜੇ ਇਹਨੂੰ ਸਵਾਰ ਕੇ, ਸਾਰੀ ਬਿਲਡਿੰਗ ਕੰਮ ਆ ਸਕਦੀ ਹੈ। ਨਹੀਂ ਇਹ ਪਤਾ ਕੀ ਇਹ ਖੰਡਰ ਬਣ ਜੂਗੀ, ਇੱਥੇ ਨਸ਼ੇ ਕਰਨਗੇ ਮੰਡੀਰ ਆ ਕੇ, ਔਰ ਫਿਰ ਕੀ ਹੁੰਦਾ ਜੀ, ਫਿਰ ਇੱਥੇ ਕੱਲ ਨੂੰ ਕੋਈ ਏਦਾਂ ਦੀ ਘਟਨਾ ਵੀ ਵਾਪਰ ਸਕਦੇ, ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ, ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ, ਕਿਹਨੂੰ ਪਤਾ ਲੱਗੂਗਾ ਕੋਈ ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ, ਕੁਛ ਵੀ ਹੋ ਸਕਦਾ ਇੱਥੇ ਯਾਰ, ਬਿਲਡਿੰਗਾਂ ਪਈਆਂ ਨੇ। ਮੈਂ ਕਹਿੰਦਾ ਇੰਨੇ ਏਡੇ AC ਲੱਗੇ ਪਏ ਨੇ, ਐਡੀਆਂ ਐਡੀਆਂ ਬਿਲਡਿੰਗਾਂ ਨੇ, ਸਾਹਮਣੇ ਐਡੀਆਂ ਐਡੀਆਂ ਬੱਸਾਂ ਖੜੀਆਂ ਨੇ, ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ, ਪ੍ਰਾਈਵੇਟ ਬੱਸਾਂ ਖੜਾਉਂਦੇ ਨੇ ਇੱਥੇ, ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਕਬਜ਼ਾ ਹੀ ਹੋ ਜਾਏ ਕਿਸੇ, ਕਬਜ਼ਾ ਹੀ ਹੋ ਜਾਊਗਾ ਬਿਲਕੁਲ, 25 ਕਿੱਲਿਆਂ ਦੀ ਜਗ੍ਹਾ ਇਹ, ਪਰ ਜੇ ਸਰਕਾਰ ਚਾਹੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ। ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ, ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ, ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਹੁੰਦੀਆਂ ਸੀ, ਮੇਰੇ ਅੱਖੀ ਦੇਖੀ ਗੱਲ ਹੈ, ਅੱਜ ਤੋਂ 7-8 ਸਾਲ ਦੀ ਗੱਲ ਹੈ, ਕੰਪਨੀਆਂ ਆਉਂਦੀਆਂ ਇੱਥੋਂ ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ, ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਆ ਉਹਨਾਂ ਦਾ ਟਾਈਮ ਹੁੰਦਾ, ਕੰਪਨੀਆਂ ਬਾਹਰੋਂ ਆਉਂਦੀਆਂ ਵੱਡੀਆਂ ਕੰਪਨੀਆਂ, ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ, ਔਰ ਉਹਨਾਂ ਨੂੰ ਸਾਲ ਦਾ ਕਿਸੇ ਨੂੰ 8 ਲੱਖ ਦਾ, ਕਿਸੇ ਨੂੰ 10 ਲੱਖ ਦਾ, ਕਿਸੇ ਨੂੰ ਸਾਲ ਦਾ 12 ਲੱਖ ਦਾ ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ ਵੀ ਤੁਸੀਂ MTech ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ, ਆਉਣ ਸਾਰ ਨੌਕਰੀ ਲਓ। ਬਿਲਕੁਲ ਆਹ ਹਾਲ ਸੀ ਇਹ, ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ ਬਾਬਾ ਹੀਰਾ ਸਿੰਘ ਪੱਠਲ ਕਾਲਜ ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ। ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ, ਅਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ। ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ, ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆਂ ਨੇ। ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੈ ਮੇਨ, ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ। ਅਸੀਂ ਖੜ੍ਹੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਪੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ, ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋ ਗਈ, ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ ਹੈ, ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ, ਕਿਹਨੇ ਖਤਮ ਕੀਤਾ ਇਹਨਾਂ ਕਾਲਜਾਂ ਨੂੰ, ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ, ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਏ ਹਾਂ ਕਾਲਜ ਦੇ। ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ। ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ, ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ,
ਤੇ ਕੱਲੇ ਪੰਜਾਬ ਦੇ ਨਹੀਂ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ ਹਰਿਆਣਾ ਹਿਮਾਚਲ ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ ਜਿਵੇਂ GNE ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਆ ਜਿਹੜਾ ਲੁਧਿਆਣੇ ਵਾਲਾ GNE ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ ਬਾਬਾ ਹੀਰਾ ਸਿੰਘ ਭੱਠਲ ਬੀਬੀ ਰਜਿੰਦਰ ਕੌਰ ਭੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ ਇਹਨੇ ਭੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਭੱਠਲ ਜੇ ਕਾਲਜ ਚੱਲਦਾ ਤਾਂ ਭੱਠਲ ਪਰਿਵਾਰ ਦਾ ਨਾਮ ਚੱਲਦਾ ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ ਅੱਛਾ ਬਾਈ ਜੀ ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ ਇਸੇ ਟੈਕਨੀਕਲ ਕਾਲਜ ਚ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ ਥੱਲੇ ਉਹਨੂੰ ਨੀ ਸਾਰੇ ਸਟਾਫ ਨੂੰ ਬੰਦਾ ਗਲ ਚ ਫਰਾਹਾ ਗਲ ਫਰਾਹਾ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਇਡ ਕਰ ਗਿਆ ਸੀ ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ ਕੁੜੀਆਂ ਇੱਥੇ ਪੜ੍ਹਦੀਆਂ ਸੀ ਖੇਡਦੀਆਂ ਸੀ ਸਾਹਮਣੇ ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ ਉਹ ਏਸੀ ਲੱਗਿਆ ਜਿੱਥੇ ਉਹ ਦਿਖਾਓ ਸਾਰਿਆਂ ਨੂੰ ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ ਮਤਲਬ ਜਿਹੜੇ ਇੱਥੇ ਪੜ੍ਹਾਉਣ ਵਾਲਾ ਸਟਾਫ ਸੀ ਨਾ ਉਹਨਾਂ ਵਾਸਤੇ ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ ਪਰ ਅੱਜ ਇਹ ਕੀ ਬਣ ਗਿਆ ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ ਟੀਚਰਾਂ ਦਾ ਬੁਰਾ ਹਾਲ ਹੋ ਗਿਆ ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਤੇ ਬੈਠੇ ਨੇ ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ ਇੱਕ ਬਾਈ ਦਵਿੰਦਰਪਾਲ ਹੁੰਦਾ ਸੀ ਕਲਰਕ ਉਹ ਸੁਸਾਇਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ ਬੜਾ ਰੌਲਾ ਚੱਲਿਆ ਇਸ ਕਾਲਜ ਦਾ ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ ਖਿੜਕੀਆਂ ਖੜਕਦੀਆਂ ਨੇ ਯਾਰ ਹਨਾ ਖਿੜਕੀਆਂ ਖੜਕਦੇ ਨੇ ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ ਐ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕਰੀਆਂ ਨੇ ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਬਾਹਰ ਨਾ ਜਾਵੇ ਉਹ ਛੱਕੂ ਉਹ ਪੜ੍ਹਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ ਪੈਦਾ ਤਾਂ ਇਹਨਾਂ ਕਾਲਜਾਂ ਤੋਂ ਹੋਣਾ ਪੜ੍ਹਿਆ ਲਿਖਿਆ ਵਰਗ ਤੇ ਤੁਸੀਂ ਕਾਲਜ ਐਡੇ ਐਡੇ ਕਾਲਜ ਸਰਕਾਰੀ ਕਾਲਜ ਇਹ 20 ਏਕੜ ਦੇ ਵਿੱਚ ਬਣਿਆ ਹੋਇਆ ਕਾਲਜ ਹੈ 20 ਏਕੜ ਦੇ ਵਿੱਚ ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ GNE ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ ਇਹ ਲਹਿਰੇ ਗਾਗੇ ਦਾ ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ਤੇ ਬਣਾਇਆ ਸੀ ਪਰ ਕਾਂਗਰਸ ਸਰਕਾਰ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਦੇ ਕਰਦੇ ਉਹ ਇਹ ਹੀਰਾ ਸਿੰਘ ਭੱਠਲ ਕਾਲਜ ਨੂੰ ਹੀ ਖਤਮ ਕਰਤਾ ਕਾਲਜ ਹੀ ਖਤਮ ਕਰਤਾ ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਟੀਚਰ ਭੱਜ ਗਏ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ ਮਹਾਰਾਸ਼ਟਰ ਤੋਂ ਬੱਚੇ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ ਅੰਦਰ 5-5 ਮੈਸਾਂ ਚੱਲਦੀਆਂ ਸੀ 5 ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ ਉਹ ਨਹੀਂ ਪੂਰਾ ਹੁੰਦਾ ਸੀ ਬੱਚੇ ਬਾਹਰ ਨਾ PG ਲੈ ਕੇ ਰਹਿੰਦੇ ਸੀਗੇ ਤੇ ਹੁਣ ਇੱਥੇ ਕੀ ਹੈ ਨਵਾਂ ਦਾਖਲੇ ਬੰਦ ਨੇ ਕੋਈ ਬੱਚਾ ਨਵਾਂ ਨਹੀਂ ਆ ਰਿਹਾ ਇੱਥੇ ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ ਹਨਾ ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਕਿ ਐਡਮਿਸ਼ਨ ਨਹੀਂ ਮਿਲਦੀ ਸੀ ਐਡਮਿਸ਼ਨ ਲੈਣੀ ਔਖੀ ਸੀ ਇੱਥੇ ਦਾਖਲਾ ਲੈਣਾ ਔਖਾ ਸੀ ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਈਏ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ ਜਵਾਕ ਪਹਿਲਾਂ ਪੇਪਰ ਦੇਣਾ ਪੈਂਦਾ ਫੇਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰ ਕਾਲਜ 'ਚ ਨੰਬਰ ਆ ਜਾਂਦਾ ਨਾ ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀਓ ਮਿਲੀ ਲਓ ਮੈਂ ਵੱਡਾ ਇੰਜੀਨੀਅਰ ਬਣ ਗਿਆ ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ ਉਹ ਲਿਖਿਆ ਹੋਇਆ ਦੇਖੋ ਇਹ ਸਟਾਫ ਕਲੋਨੀ ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ ਜਿਹੜਾ ਸਰਕਾਰੀ ਟੀਚਰ ਸੀਗੇ ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ ਇੱਥੇ AC ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ
ਸੁਸਾਈਡ ਕਰਕੇ ਮਰਨ ਲੱਗੇ ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਈਡ ਕੀਤਾ ਸੀਗਾ ਬਿਲਕੁਲ ਉਹ ਦਫ਼ਤਰ ਚ ਕੀਤਾ ਸੀ ਉਹ ਉੱਥੇ ਸੁਸਾਈਡ ਕੀਤਾ ਸੀਗਾ ਮੁੰਡੇ ਨੇ ਤਨਖਾਹ ਉਹਨੂੰ ਮਿਲੀ ਨੀ ਆਹ ਹੁਣ ਕਬਜ਼ਾ ਦੇਖ ਲਿਆ ਹੋ ਗਿਆ ਆਹ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ ਇਹ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ ਤੁਸੀਂ ਬਾਈ ਆਹ ਪੌਦੇ ਸੁੱਕੀ ਜਾਂਦੇ ਆ ਹਨਾ ਦਰਖਤ ਸੁੱਕੀ ਜਾਂਦੇ ਆ ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖਦੇ ਨਾ ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ ਅਕਾਲੀਆਂ ਦੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ ਹੁਣ ਆਪਾਂ ਬੇਨਤੀ ਕਰਦੇ ਹਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਸਰਕਾਰ ਦੋ ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ ਐਜੂਕੇਸ਼ਨ ਤੇ ਮੈਡੀਕਲ ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਿਰ ਹੈ ਮਾਲਵੇ ਦਾ ਜੇ ਆਪਾਂ ਕਹੀਏ ਤਾਂ ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਿਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ ਜਿਹੜਾ ਜਿਹੜਾ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ 2,2500 ਬੱਚਾ ਇੱਥੋਂ ਇੰਜੀਨੀਅਰ ਕਰਕੇ ਨਿਕਲਦਾ ਸੀ ਤੇ ਹੁਣ ਇੱਥੇ ਦਾਖਲੇ ਬੰਦ ਨੇ ਸੁਣਨ ਸਰੈ ਪਈ ਹੈ ਬਾਈ ਜੀ ਬਿਲਕੁਲ ਹੀ ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ ਪੀਣ ਨਹੀਂ ਤਨਖਾਹ ਹੀ ਨਹੀਂ ਦਿੰਦੇ ਤਨਖਾਹ ਦਿੱਤੀ ਨਹੀਂ ਕਿਸੇ ਨੂੰ ਲੋਕ ਇਹ ਸਮਝ ਲਓ ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਈਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ ਕਿਉਂ 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾ ਮਾਰਨ ਲੱਗ ਜਾਂਦਾ ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ ਆਹ ਦੇਖ ਸਕਦੇ ਹੋ ਬਈ ਹਾਲਾਤ ਹਨਾ ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ ਆਹ ਸਾਰਾ ਗਰਾਊਂਡ ਖਾਲੀ ਹੈ ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ ਤੇ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ ਆਹ ਪਾਰਕਿੰਗ ਏਰੀਆ ਉਹ ਦੇਖੋ ਪਿੱਛੇ ਦੇਖੋ ਆਹ ਦੇਖੋ ਕੀ ਬਣਿਆ ਪਿਆ ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ ਇੱਥੋਂ ਨੀ ਨਾ ਕੋਈ ਦੇਖੋ ਮੁੰਡੇ ਟੱਪਦੇ ਬਾਈ ਜਿਹੜੀ ਨਸ਼ੇ ਪੱਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਲੈ ਥੋੜੇ ਉੱਪਰ ਕਰਕੇ ਦਿਖਾ ਦੋ ਆਹ ਖਾਲੀ ਪਿਆ ਏਡਾ ਵੱਡਾ ਕਾਲਜ ਆਹ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਨਾਲ ਇੱਕ ਗੱਲ ਹੋਰ ਬਾਈ ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ ਉਹਦਾ ਹਲਕਾ ਵੀ ਹੈ ਪਹਿਲੀ ਵਾਰੀ ਹਾਂ ਜਦੋਂ ਪੀਪੀ 'ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲੇ ਆਪਣੇ ਮਨਪ੍ਰੀਤ ਬਾਦਲ ਨਾਲ ਪਹਿਲੀ ਚੋਣ ਵਿਧਾਇਕੀ ਦਾ ਪੈਰ ਪਹਿਲਾ ਜਿਵੇਂ ਆਪਾਂ ਕਹਿ ਦਿੰਦੇ ਨਾ ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਆਹ ਜਿਹੜਾ ਮਤਲਬ ਬ੍ਰਾਂਡ ਹੁੰਦਾ ਜਾਂਦਾ ਭੂਤ ਬੰਗਲਾ ਬਣਦਾ ਜਾ ਰਿਹਾ ਉਹ ਐਡਾ ਵੱਡਾ ਕਾਲਜ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ ਜੇਕਰ ਇਹ ਕਾਲਜ ਚੱਲਦਾ ਤਾਂ ਸਾਡੇ ਬੱਚੇ ਬਾਹਰੋਂ ਜਾਣੋਂ ਘੱਟ ਸਕਦੇ ਆ ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ ਆ ਗਰਾਊਂਡ ਸੀ ਦੇਖੋ ਕਿਵੇਂ ਖੰਜੜ ਬਣ ਕੇ ਰਹਿ ਗਏ ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆ ਨਹੀਂ ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ ਬਾਬਾ ਹੀਰਾ ਸਿੰਘ ਪੱਠਲਿਆਂ ਟੈਕਨੀਕਲ ਕਾਲਜ ਦੀ ਆਹ ਤੁਹਾਨੂੰ ਬੱਸਾਂ ਦਿਖਾਉਂਦੇ ਹਾਂ ਬਾਈ ਬੱਸਾਂ 'ਤੇ ਕਿਵੇਂ ਧੂੜ ਜੰਮੀ ਪਈ ਹੈ ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ ਉਹ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਲਣ ਲੱਗ ਰਹੀਆਂ ਨੇ ਐਡੀਆਂ ਐਡੀਆਂ ਬਿਲਡਿੰਗਾਂ ਮੈਂ ਕਹਿੰਦਾ PGI ਤੋਂ ਵੱਡਾ ਇਹ PGI ਤੋਂ ਵੱਡਾ ਕਾਲਜ ਹੈ ਇਹ ਹਾਂ ਤੇ ਆਹ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ ਇਹ ਪੋਲੀਟੈਕਨਿਕ ਵਿੰਗ ਸੀਗਾ ਤੇ ਇਹਦੀ ਆਹ ਜਿਹੜੀ ਆਹ ਕੁੜੀਆਂ ਨੂੰ ਨਾ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਕਿਸੇ ਟਾਈਮ ਕਿਵੇਂ ਇਹਨਾਂ ਦੀ ਧੂੜ ਜੰਮੀ ਪਈ ਹੈ ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਹੁਣ ਅੰਦਰ ਦੇਖ ਲੈ ਵੀ ਤਾਂ ਬੋਲਦੇ ਨੇ ਪੁਲਿਸ ਇੱਥੇ ਪੁਲਿਸ ਮੁਲਾਜ਼ਮ ਅੰਦਰ ਗਏ ਬੈਠੇ ਨੇ ਮੈਨੂੰ ਇਹ ਨਹੀਂ ਸਮਝੇਗੀ ਆਹ ਦੇਖੋ ਬਾਈ ਕਿਵੇਂ ਗਰਦ ਜੰਮੀ ਪਈ ਹੈ ਇਹਨਾਂ ਦੇ ਕਿਹੜੇ ਹਿਸਾਬ ਨਾਲ ਉਹ ਬੁੱਤ ਲੱਗਿਆ ਹੋਇਆ ਅੱਗੇ ਹਨਾ ਉਹ ਬਾਬਾ ਹੀਰਾ ਸਿੰਘ ਭੱਠਲ ਦਾ ਬੁੱਤ ਹੈ ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਭੱਠਲ ਰੱਖਣ ਕਰਕੇ ਇਹ ਕਾਲਜ ਬਲੀ ਜੜ ਗਿਆ ਸਰਕਾਰਾਂ ਦੀ ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ ਟੀਚਰ ਕੋਈ ਨਹੀਂ ਸੀ ਬੱਚਾ ਇੱਥੇ 700-800 ਹੈਗਾ ਸੀ ਪਰ ਉਦੋਂ ਬਾਅਦ ਬੱਚੇ ਵੀ ਆਣੋ ਹਟ ਗਏ ਇਹਨੂੰ ਮਤਲਬ ਕਾਲਜ ਨੂੰ ਆ ਸਾਹਮਣੇ ਦਿਖਾਓ ਬਾਬਾ ਹੀਰਾ ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ ਇਹਨੂੰ ਬਣਾਉਣ 'ਚ ਵੀ ਕਾਂਗਰਸ ਦਾ ਹੱਥ ਰਿਹਾ ਬਾਬਾ ਹੀਰਾ ਸਿੰਘ ਭੱਠਲ ਰਜਿੰਦਰ ਕੌਰ ਭੱਠਲ ਦੇ ਪਰਿਵਾਰ 'ਚ ਇਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 'ਚ ਜਨਮ ਹੈ 1984 'ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰਤਾ ਸੈਨਾਨੀ ਰਹੇ ਨੇ ਤੁਹਾਨੂੰ ਇਹ ਵੀ ਦੱਸਦਾ ਮੈਂ ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ
ਜੇਲਾਂ ਵੀ ਕੱਟੀਆਂ ਨੇ ਇਹਨਾਂ ਨੇ। ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਭੱਠਲ ਕਾਲਜ, ਪਰ ਭੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ ਚ ਇਹ ਨਾ ਹੋਵੇ ਵੀ ਭੱਠਲ ਨੇ ਏਡਾ ਕਾਲਜ ਬਣਾਤਾ। ਹੁਣ ਲਹਿਰੇ ਹਲਕੇ ਚ ਲੋਕ ਇਹ ਕਹਿੰਦੇ ਨੇ ਭੱਠਲ ਦੀ ਕੋਈ ਦੇਣ ਨਹੀਂ, ਆ ਇੱਕ ਦੇਣ ਸੀ ਇਹ ਇਹ ਕੈਪਟਨ ਨੇ ਖਤਮ ਕਰਤੀ। ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ, ਇੱਧਰਲਾ ਇਲਾਕਾ ਲਾ ਲਓ, ਆਹ ਸੁਨਾਮ ਤਹਿਸੀਲ ਮੂਨਕ ਤਹਿਸੀਲ ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ, ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ, ਤੇ ਹੁਣ ਅੱਗੇ ਉਹ ਮੂਨਕ ਤਹਿਸੀਲ ਏਦੂ ਹੋਰ ਅੱਗੇ ਬਣ ਗਈ। ਇਹ ਲਹਿਰੇ ਦਾ ਇਲਾਕਾ ਸੈਂਟਰ 'ਚ ਆ ਗਿਆ ਮੂਨਕ ਅਤੇ ਸੁਨਾਮ ਦੇ, ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿੱਥੇ ਹਜ਼ਾਰਾਂ ਦੀ ਸੰਖਿਆ 'ਚ ਬੱਚੇ ਬਾਹਰਲੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ, ਅਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ, ਕਿਉਂ ਨਹੀਂ ਲੈ ਰਹੇ? ਟੀਚਰ ਨਹੀਂ, ਤਨਖਾਹਾਂ ਨਹੀਂ ਦਿੱਤੀਆਂ, ਇੱਥੋਂ ਟੀਚਰ ਗਲਫਰਾਹੇ ਲੈ ਕੇ ਮਰਨ ਲੱਗੇ, ਦੂਜਾ ਨੰਬਰ ਇੱਕ ਹੋਰ ਹੋ ਗਿਆ। ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ ਕਿ ਜੇ ਬੰਦਾ ਇਹ ਪੂਰੀ ਪੂਰੀ ਮੰਨ ਲਓ ਉਹਨੇ ਐਮਟੈਕ ਕਰਨੀ ਹੈ, ਐਮਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ, ਅਗਲਾ ਕਹਿੰਦਾ 3 ਲੱਖ ਹੋਰ ਪਾਓ ਕੈਨੇਡਾ ਜਾਓ 18 ਲੱਖ ਰੁਪਏ 'ਚ, ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨਹੀਂ ਨੌਕਰੀ ਮਿਲੂ। ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮਟੈਕ ਕਰ ਲੈਂਦੇ ਨੇ, 15-15 ਹਜ਼ਾਰ ਤੇ ਨੌਕਰੀ ਲੱਗ ਗਏ ਮੈਂ ਦੇਖੇ ਨੇ ਮੁੰਡੇ। ਬਿਲਕੁਲ, ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮਟੈਕ ਕਰਨ ਤੇ, 3 ਲੱਖ ਹੋਰ ਪਾਓ 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ। ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ। ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ? ਜੇ ਜਦੋਂ ਇਸ ਕਾਲਜ ਚ ਜਵਾਕ ਪੜ੍ਹ ਰਹੇ ਸੀਗੇ 2022 ਤੋਂ ਬੱਚਾ ਪੜ੍ਹ ਰਿਹਾ ਸੀਗਾ, ਉਹ ਇਕਦਮ ਨਹੀਂ ਘਟੇ, ਹਰ ਸਾਲ ਘਟਦੇ 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 ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ। ਆਹ ਦੇਖੋ ਅਲੱਗ ਆਹ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ, ਇਹ ਇੰਜੀਨੀਅਰ ਵਿੰਗ ਹੈ, ਉਹ ਪੋਲੀਟੈਕਨੀਕਲ ਵਿੰਗ ਸੀਗਾ, ਇਹ ਇੰਜੀਨੀਅਰਿੰਗ ਦਾ ਵਿੰਗ ਹੈ। ਕਿੱਡੀਆਂ ਵੱਡੀਆਂ ਬਿਲਡਿੰਗਾਂ ਬਾਈ ਹਨਾ, ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ, ਚਿੜੀਆਂ ਰਹਿਣ ਲੱਗੀਆਂ, ਘੁੱਗੀਆਂ ਨੇ ਆਲਣੇ ਪਾਲੇ ਯਾਰ, ਇਹ ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ। ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ, ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ, ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ, ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ। ਬਿਲਕੁਲ, ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36-36 ਮਹੀਨੇ ਹੋ ਗਏ, ਟੀਚਰ ਇੱਥੇ ਗੱਲ ਫਰਾਹੇ ਲੈ ਕੇ। ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਾਈ, ਨੌਜਵਾਨੀ ਬਾਹਰ ਜਾਈ ਜਾਂਦੀ ਹੈ ਨਾ, ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ। ਬਿਲਕੁਲ, ਨੌਜਵਾਨੀ ਵੀ ਨਹੀਂ ਇੱਥੇ ਟਿਕ ਰਹੀ, ਸਾਹਮਣੇ ਦੇਖੋ ਏਸੀ ਦੇਖ ਲਓ ਬਾਈ ਹਨਾ, ਏਸੀ ਲੱਗੇ ਨੇ, ਗੰਦਗੀ ਨਾਲ ਭਰਿਆ ਸਾਰਾ ਕੁਝ, ਕਾਰਨ ਕੀ ਹੈ? ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਬੱਚੇ ਬਾਹਰ ਨੂੰ ਭੱਜ ਰਹੇ ਨੇ, ਉਹ ਕਿਉਂ ਭੱਜਣੇ ਸ਼ੁਰੂ ਹੋਏ? ਇੱਥੇ ਪੜ੍ਹਾਈ ਮਹਿੰਗੀ ਹੋ ਗਈ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮਟੈਕ ਕਰਦਾ ਨਾ ਉਦੋਂ ਤੱਕ 12-15 ਲੱਖ ਰੁਪਏ ਲਾ ਦਿੰਦਾ, ਔਰ ਫਿਰ ਵੀ ਉਸ ਤੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ, ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ ਸਿਰਫ 15-18 ਹਜ਼ਾਰ ਦੇ 20 ਹਜ਼ਾਰ ਦੇ, ਔਰ ਉਹ ਵੀ ਪਤਾ ਨਹੀਂ। ਸਾਹਮਣੇ ਕੰਟੀਨ ਦੇਖ ਰਹੇ ਹੋ ਬਾਈ, ਕਿਸੇ ਟਾਈਮ ਇੱਥੇ ਮੁੰਡੇ ਹਨਾ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ। ਮੈਂ ਕਹਿੰਦਾ ਕੈਫੇਟੇਰੀਆ ਸੀ ਇਹ, ਪੂਰਾ ਵਧੀਆ ਕੈਫੇਟੇਰੀਆ, ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ, ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ, ਪਿੱਪਲ ਉੱਗ ਚੁੱਕੇ ਨੇ ਬਾਈ ਯਾਰ। ਅੱਜ ਜਿਵੇਂ ਆਪਾਂ ਕਹਿ ਦਈਏ ਨਾ ਹਾਲਾਤ, ਕਿਤੇ ਕਤਲ ਹੋ ਜਾਂਦਾ ਸੀ ਨਾ ਜੇ ਕਿਸੇ ਪਰਿਵਾਰ 'ਚ ਕਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਇੱਦਾਂ ਦਾ ਹੁੰਦਾ ਸੀ, ਅੱਜ ਜਿੱਦਾਂ ਇਸ ਘਰ ਦਾ ਹਾਲ ਇਸ ਵਿੱਦਿਆ ਦੇ ਮੰਦਰ ਦਾ ਹਾਲ ਹੋਇਆ। ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ, ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ, ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ, ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ ਕਿ ਇਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ ਜਾਂ ਕੋਈ ਹੋਰ ਕਾਰਨ? ਇਹ ਸਪਸ਼ਟ ਕਰਨਾ ਚਾਹੀਦਾ। ਹੁਣ ਬਜਟ ਆਇਆ ਸੀਗਾ, ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ, ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ, ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ ਹੈ ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ, ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ ਤੇ ਨਵੀਂ ਸਰਕਾਰ ਬਣੀ ਆ, ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ ਮਰ ਗਈਆਂ, ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾਤੀ ਵੀ ਉਹਨਾਂ ਦੀ, ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ। ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰ ਦੇ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾਂ ਤੋਂ ਹੋਈ ਸੀ, ਔਰ ਹੋਰ ਦੇਖੋ ਹੁਣ MP ਇਲੈਕਸ਼ਨ ਹੋ ਕੇ ਹਟੀ ਹੈ,
ਪਹਿਲਾਂ ਲਹਿਰੇ ਤੋਂ ਵੋਟਾਂ ਘਟਦੀਆਂ ਹੁੰਦੀਆਂ ਸੀਗੀਆਂ ਇੱਥੇ ਐਮਐਲਏ ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ ਔਰ ਹੁਣ ਐਮਪੀ ਦੇ ਇਲੈਕਸ਼ਨਾਂ ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ 2,2500 ਵੋਟ ਵਧੀਆ ਸਿਮਰਜੀਤ ਸਿੰਘ ਵਧੀਆ ਵਧੀਆ ਬਿਲਕੁਲ ਫੇਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਚ ਫੇਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ ਅਪੀਲ ਹੀ ਕਰ ਸਕਦਾ ਕਈ ਭਰਾ ਕਹਿ ਜਾਂਦੇ ਬਈ ਇਹ ਤਾਂ ਨੀ ਭਗਵੰਤ ਮਾਨ ਨੇ ਕਰਤਾ ਬਈ ਭਗਵੰਤ ਮਾਨ ਨੇ ਨਹੀਂ ਕੀਤਾ ਮੰਨਦਿਆਂ ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ ਹਨਾ ਪੱਠਾ ਬਿਠਾਤਾ ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਈ ਹੁਣ ਸੱਤਾ ਦੇ ਵਿੱਚ ਹੈ ਉਹ ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਮਿਲੂਗੀ ਹਾਂ ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ ਹੁਣ ਕੈਪਟਨ ਨੂੰ ਕੌਣ ਕਹੂਗਾ ਰੀੜ ਦੀ ਹੱਡੀ ਤੜਾਈ ਬੈਠਾ ਹੋ ਉਹਨੂੰ ਕੌਣ ਕਹੂ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ ਕਿ ਜੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 ਏਕੜ ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਗਾਗਾ ਦਾ ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰਿੰਗ ਕਰਕੇ ਆਹ ਭੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ ਉੱਥੇ ਮਕੈਨਿਕ ਲੱਗੇ ਹੋਏ ਨੇ 50-50, 45-45 ਹਜ਼ਾਰ ਤਨਖਾਹ ਲੈਂਦੇ ਨੇ ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ ਤੇ ਲੱਗ ਗਏ ਪਰ ਹੁਣ ਕਾਰਨ ਕੀ ਹੈ ਹੁਣ ਜਾਂ ਤਾਂ ਪ੍ਰਾਈਵੇਟ ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ ਰਿੰਕ 'ਚ ਜਾਣਗੇ ਗੋਬਿੰਦਗੜ੍ਹ ਜਾਣਗੇ ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਤਾਂ ਉੱਥੇ 25-30 ਲੱਖ ਤੋਂ ਘੱਟ ਨਹੀਂ ਹੁੰਦੀ ਐਮਟੈਕ ਜਦੋਂ ਤੱਕ ਬੱਚਾ 12ਵੀਂ ਤੋਂ ਬਾਅਦ ਐਮਟੈਕ ਕਰੂਗਾ ਇਸ ਕਰਕੇ ਅਗਲਾ ਸੋਚਦਾ ਯਾਰ 18 ਲੱਖ ਲਾ ਕੇ ਕੈਨੇਡਾ ਜਾਂਦੇ ਹਾਂ ਇੱਥੇ ਫੇਰ ਨਹੀਂ ਰੋਜੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਕਿਸੇ ਟਾਈਮ ਬਈ ਇੱਥੇ ਖਾੜੇ ਲੱਗਦੇ ਹੋਣੇ ਆਹ ਸਟੇਜ ਤੇ ਹਨਾ ਆਹ ਸਟੇਜ ਤੇ ਜੀ ਆਹ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਏ ਹੋਣੇ ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡ ਤੁਸੀਂ ਮੰਨ ਕੇ ਚੱਲੋ ਵੀ ਜਿੱਥੇ ਤੇ ਤੁਸੀਂ ਤੇ ਅੱਜ ਤੁਹਾਨੂੰ ਆਹ ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ ਪਰ ਅੱਜ ਟੈਂਟਾਂ ਨੇ ਆਪਣੀਆਂ ਚਾਦਰਾਂ ਪਾ ਲਈਆਂ ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਅਤੇ ਇਹਨਾਂ ਕਾਲਜਾਂ ਦੇ ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਬਈ ਇਹ ਕਾਲਜਾਂ ਨਾਲ ਬਲੀ ਚਾੜਤਾ ਅਤੇ ਅੱਜ ਆਹ ਦੇਖ ਸਕਦੇ ਹੋ ਤੁਸੀਂ ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ ਵਾਲੀਬਾਲ ਖੇਡਣਾ ਸੀ ਕ੍ਰਿਕਟ ਖੇਡਣਾ ਸੀ ਹੈ ਨਾ ਹਾਕੀ ਖੇਡਣਾ ਸੀ ਸਰ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ ਅਤੇ ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ GNE ਦੇਖੋ ਬਹੁਤ ਵਧੀਆ ਕਾਲਜ ਹੈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ GNE ਤੋਂ ਬਾਅਦ ਦੂਜੇ ਨੰਬਰ ਤੇ ਇਹ ਕਾਲਜ ਸੀ ਕਿਉਂਕਿ 20-25 ਏਕੜ ਜੇ ਫੈਲਿਆ ਹੋਇਆ ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ 5 ਮੈਸਾਂ ਸੀ 5 ਜਗ੍ਹਾ ਖਾਣਾ ਬਣਦਾ ਸੀ ਬੱਚਿਆਂ ਨੂੰ ਅੰਦਰ ਹੋਸਟਲ 'ਚ ਨਾ ਉਹ ਮਤਲਬ ਕਮਰਾ ਨਹੀਂ ਮਿਲਦਾ ਸੀ ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 PG ਚੱਲਦਾ ਸੀ ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ ਆਹ ਕਾਲਜ ਤਾਂ ਖਤਮ ਹੋਇਆ ਹੋਇਆ ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ ਬਿਲਕੁਲ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ ਆਹ ਬਾਹਰੇ ਕਿਉਂਕਿ ਇੱਥੋਂ ਇੱਥੇ ਕੀ ਹੁੰਦਾ ਬਈ ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ ਬਿਹਾਰ ਮਹਾਰਾਸ਼ਟਰ ਹੈ ਨਾ ਇੱਥੇ ਮੁੰਡੇ ਹੁੰਦੇ ਸੀ ਅਤੇ ਖਾਂਦੇ ਪੀਂਦੇ ਸੀ ਖੜ੍ਹਦੇ ਸੀ ਹੈ ਨਾ ਅਤੇ ਪਰ ਅੱਜ ਬਾਈ ਵਿਹਲਾ ਪਿਆ ਅਤੇ ਆ ਕੱਖ ਹੋ ਗਏ ਮੈਂ ਕਹਿੰਦਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ ਨਹੀਂ ਚਲਾ ਸਕਦੀ ਬਸਟ ਨਹੀਂ ਤੁਹਾਡੇ ਕੋਲ ਪੈਸੇ ਪਰ ਆਹ ਦਰੱਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਉ ਇਹਨਾਂ ਤੋਂ ਕੀ ਬੁਰਾ ਹੋ ਗਿਆ ਆਹ ਸੁੱਕਣੇ ਸ਼ੁਰੂ ਹੋ ਗਏ ਵੱਢਣ ਲੋਕ ਆਉਂਦੇ ਨੇ ਯਾਰ ਰਾਤ ਨੂੰ ਇੱਥੇ ਕੋਈ ਰਾਖੀ ਨਹੀਂ ਆਹ ਦੇਖੋ ਆਹ ਸਾਰੇ ਵੱਡੇ ਹੋਏ ਨੇ ਇਹਨਾਂ ਵੱਢ ਕੇ ਲੈ ਗਿਆ ਕੋਈ ਵੱਢ ਕੇ ਲੈ ਗਿਆ ਬਾਅਦ 'ਚ ਫੁੱਟੇ ਹੋਏ ਨੇ ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ ਆਹ ਬਸ ਇਹ ਦੁਬਾਰਾ ਉੱਗੇ ਹੋਏ ਨੇ ਹੋਰ ਕੋਈ ਇੱਦਾਂ ਨਹੀਂ ਹੈਗਾ ਇੱਕ ਹੋਰ ਤੁਹਾਨੂੰ ਦੱਸਦਾ ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ ਮੈਂ ਹੈਰਾਨ ਆ ਯਾਰ 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨਹੀਂ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ ਹਾਂ ਦੇਖ ਲਓ ਉਹਨਾਂ ਦੀ ਰੋਜੀ ਰੋਟੀ ਠੱਪ ਹੋ ਗਈ ਉਹਨਾਂ ਦੇ ਬੱਚੇ ਭੁੱਖੇ ਮਰਨਗੇ ਉਹਨਾਂ ਦੀ ਕੋਈ ਨਹੀਂ ਜਾਤ ਪੁੱਛ ਰਿਹਾ ਹਾਂ ਜਦੋਂ ਉਹਨਾਂ ਦੀ ਗੱਲਬਾਤ ਕਰਦੇ ਆਪਾਂ ਚੱਲ ਕੇ ਇੱਕ ਕਲਰਕ ਜਦੋਂ ਖੁਦ ਮਤਲਬ ਇੱਥੇ ਸੁਸਾਈਡ ਕਰ ਜੇ ਤਨਖਾਹ ਨਾ ਮਿਲਣ ਕਰਕੇ 36 ਮਹੀਨੇ ਹੋ ਗਏ ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫਿਰ ਵੀ ਕੰਨ ਤੇ ਉਹ ਜੂਨਿਸ਼ ਸਰਕਦੀ ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ ਪਰ ਹੁਣ ਲੱਗਦਾ ਵੀ ਜੇ ਉਮੀਦ ਹੈ ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ ਇਹ ਸਿੱਖਿਆ ਦਾ ਆਧਾਰ ਹੈ ਇੱਧਰ ਜੇ ਧਿਆਨ ਦਿੱਤਾ ਜਾਵੇ ਨਾ ਜੇ ਹੋਰ ਕੁਛ ਨਹੀਂ ਤਾਂ 20-25 ਕਿੱਲਿਆਂ 'ਚ ਫੈਲਿਆ ਹੋਇਆ ਇੱਥੇ ਕੋਈ ਹਸਪਤਾਲ ਹੀ ਖੋਲ੍ਹ ਦਿਉ PGI ਵਰਗਾ ਹਾਂ ਹਸਪਤਾਲ ਖੋਲ੍ਹ ਸਕਦਾ ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ
ਅਸੀਂ ਸਾਂਭ ਸਕਦੇ, ਅਸੀਂ ਨਹੀਂ ਟੀਚਰ ਦੇ ਸਕਦੇ, ਡਾਕਟਰ ਦਾ ਦੇ ਦੋਗਾ, ਪੀਜੀਆਈ ਤੋਂ ਵੱਡੀ ਜਗ੍ਹਾ ਪਈ ਇਹੀ ਬਿਲਡਿੰਗ ਕੰਮ ਆ ਜਾਓ ਇਹਨੂੰ ਸਵਾਰ ਕੇ, ਸਾਰੀ ਬਿਲਡਿੰਗ ਕੰਮ ਆ ਸਕਦੀ ਹੈ। ਨਹੀਂ ਇਹ ਪਤਾ ਕੀ, ਖੰਡਰ ਬਣ ਜੂਗੀ ਇੱਥੇ, ਨਸ਼ੇ ਕਰਨਗੇ ਮੰਡੀਰ ਆ ਕੇ, ਔਰ ਫਿਰ ਫਿਰ ਕੀ ਹੁੰਦਾ ਜੀ, ਫਿਰ ਇੱਥੇ ਕੱਲ ਨੂੰ ਕੋਈ ਏਦਾਂ ਦੀ ਘਟਨਾ ਵੀ ਵਾਪਰ ਸਕਦੇ, ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ, ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ, ਕਿਹਨੂੰ ਪਤਾ ਲੱਗੂਗਾ, ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ, ਕੁਛ ਵੀ ਹੋ ਸਕਦਾ ਇੱਥੇ ਯਾਰ, ਬਿਲਡਿੰਗਾਂ ਪਈਆਂ ਨੇ। ਮੈਂ ਕਹਿੰਦਾ ਇੰਨੇ ਏਡੇ ਏਸੀ ਲੱਗੇ ਪਏ ਨੇ, ਐਡੀਆਂ ਐਡੀਆਂ ਬਿਲਡਿੰਗਾਂ ਨੇ, ਸਾਹਮਣੇ ਐਡੀਆਂ ਐਡੀਆਂ ਬੱਸਾਂ ਖੜੀਆਂ ਨੇ, ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ, ਪ੍ਰਾਈਵੇਟ ਬੱਸਾਂ ਖੜਾਉਂਦੇ ਨੇ ਇੱਥੇ, ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ, ਕਬਜ਼ਾ ਹੀ ਹੋ ਜੇ ਕਿਸੇ, ਕਬਜ਼ਾ ਹੀ ਹੋ ਜੂਗਾ ਬਿਲਕੁਲ, 25 ਕਿੱਲਿਆਂ ਦੀ ਜਗ੍ਹਾ ਇਹ, ਪਰ ਜੇ ਸਰਕਾਰ ਚਾਹੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ। ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ, ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ, ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਸੀ, ਮੇਰੇ ਅੱਖੀ ਦੇਖੀ ਗੱਲ ਹੈ, ਅੱਜ ਤੋਂ ਸੱਤ ਅੱਠ ਸਾਲ ਦੀ ਗੱਲ ਹੈ, ਕੰਪਨੀਆਂ ਆਉਂਦੀਆਂ ਇੱਥੋਂ, ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ, ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ, ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਆ, ਉਹਨਾਂ ਦਾ ਟਾਈਮ ਹੁੰਦਾ, ਕੰਪਨੀਆਂ ਬਾਹਰੋਂ ਆਉਂਦੀਆਂ, ਵੱਡੀਆਂ ਵੱਡੀਆਂ ਕੰਪਨੀਆਂ ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ, ਔਰ ਉਹਨਾਂ ਨੂੰ ਸਾਲ ਦਾ, ਕਿਸੇ ਨੂੰ 8 ਲੱਖ ਦਾ, ਕਿਸੇ ਨੂੰ 10 ਲੱਖ ਦਾ, ਕਿਸੇ ਨੂੰ ਸਾਲ ਦਾ 12 ਲੱਖ ਦਾ, ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ, ਵੀ ਤੁਸੀਂ ਐਮਟੈਕ ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ, ਆਣ ਸਾਰ ਨੌਕਰੀ ਲਓ। ਬਿਲਕੁਲ, ਆਹ ਹਾਲ ਸੀ ਇਹ। ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ, ਬਾਬਾ ਹੀਰਾ ਸਿੰਘ ਪੱਠਲ ਕਾਲਜ ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ। ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ, ਅਤੇ ਮੈਂ ਆਮ ਆਦਮੀ ਪਾਰਟੀ ਨੂੰ, ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ। ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ, ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆ ਨੇ। ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੈ ਮੇਨ, ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ। ਅਸੀਂ ਖੜ੍ਹੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਪੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ, ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋ ਗਈ, ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ, ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ ਇਹਨਾਂ ਕਾਲਜਾਂ ਨੂੰ। ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ, ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਏ ਕਾਲਜ ਦੇ। ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ। ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ, ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ, ਤੇ ਕੱਲੇ ਪੰਜਾਬ ਦੇ ਨਹੀਂ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ, ਹਰਿਆਣਾ, ਹਿਮਾਚਲ, ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ। ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ, ਜਿਵੇਂ GNE ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਹੈ ਜਿਹੜਾ ਲੁਧਿਆਣੇ ਵਾਲਾ, GNE ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ, ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ। ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ, ਬਾਬਾ ਹੀਰਾ ਸਿੰਘ ਪੱਠਲ, ਬੀਬੀ ਰਜਿੰਦਰ ਕੌਰ ਪੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ। ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ, ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ, ਇਹਨੇ ਪੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਪੱਠਲ। ਜੇ ਕਾਲਜ ਚੱਲਦਾ ਤਾਂ ਪੱਠਲ ਪਰਿਵਾਰ ਦਾ ਨਾਮ ਚੱਲਦਾ। ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ, ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ। ਅੱਛਾ ਬਾਈ ਜੀ, ਇੱਕ ਫੋਟੋ ਲੱਗੀ ਹੈ ਬੰਦੇ ਮੁੰਡੇ ਦੀ, ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ, ਇਸੇ ਟੈਕਨੀਕਲ ਕਾਲਜ ਚ, ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ, 3 ਸਾਲ ਤੋਂ ਉਹਨੂੰ ਤਨਖਾਹ ਨਹੀਂ ਮਿਲੀ ਸੀ, ਇਕੱਲੇ ਉਹਨੂੰ ਨੀ ਸਾਰੇ ਸਟਾਫ ਨੂੰ, ਬੰਦਾ ਗਲ ਫਰਾਹ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਇਡ ਕਰ ਗਿਆ ਸੀ। ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ, 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ, ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ, ਕੁੜੀਆਂ ਇੱਥੇ ਪੜ੍ਹਦੀਆਂ ਸੀ, ਖੇਡਦੀਆਂ ਸੀ। ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ, ਉਹ AC ਲੱਗਿਆ ਜਿੱਥੇ, ਉਹ ਦਿਖਾਓ ਸਾਰਿਆਂ ਨੂੰ। ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ, ਮਤਲਬ
ਜਿਹੜੇ ਇੱਥੇ ਪੜਾਉਣ ਵਾਲਾ ਸਟਾਫ ਸੀ ਨਾ ਉਹਨਾਂ ਵਾਸਤੇ ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ। ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ, ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ। ਪਰ ਅੱਜ ਕੀ ਬਣ ਗਿਆ, ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ, ਟੀਚਰਾਂ ਦਾ ਬੁਰਾ ਹਾਲ ਹੋ ਗਿਆ। ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ, ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ। ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਤੇ ਬੈਠੇ ਨੇ, ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ। ਇੱਕ ਬਾਈ ਦਵਿੰਦਰਪਾਲ ਹੁੰਦਾ ਸੀ ਕਲਰਕ, ਉਹ ਸੁਸਾਇਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ। ਬੜਾ ਰੌਲਾ ਚੱਲਿਆ ਇਸ ਕਾਲਜ ਦਾ। ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ, ਖਿੜਕੀਆਂ ਖੜਕਦੀਆਂ ਨੇ ਯਾਰ, ਹਨਾ ਖਿੜਕੀਆਂ ਖੜਕਦੇ ਨੇ। ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ, ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ, ਐ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕ ਰਹੀਆਂ ਨੇ, ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ। ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ? ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ, ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਉਹ ਬਾਹਰ ਨਾ ਜਾਵੇ। ਉਹ ਛੱਕੂ, ਉਹ ਪੜ੍ਹਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ? ਪੈਦਾ ਤਾਂ ਇਹਨਾਂ ਕਾਲਜਾਂ ਤੋਂ ਹੋਣਾ ਪੜ੍ਹਿਆ ਲਿਖਿਆ ਵਰਗ। ਤੇ ਤੁਸੀਂ ਕਾਲਜ, ਐਡੇ ਐਡੇ ਕਾਲਜ, ਸਰਕਾਰੀ ਕਾਲਜ, ਇਹ 20 ਏਕੜ ਦੇ ਵਿੱਚ ਬਣਿਆ ਹੋਇਆ ਕਾਲਜ ਹੈ 20 ਏਕੜ ਦੇ ਵਿੱਚ, ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ, GNE ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ ਇਹ, ਲਹਿਰੇ ਗਾਗੇ ਦਾ। ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ਤੇ ਬਣਾਇਆ ਸੀ, ਪਰ ਕਾਂਗਰਸ ਸਰਕਾਰ ਨੇ, ਕੈਪਟਨ ਨੇ ਹੀ ਭੱਠਲ ਨੂੰ ਖਤਮ ਕਰਦੇ ਕਰਦੇ ਇਹ ਹੀਰਾ ਸਿੰਘ ਭੱਠਲ ਕਾਲਜ ਨੂੰ ਵੀ ਖਤਮ ਕਰਤਾ, ਕਾਲਜ ਹੀ ਖਤਮ ਕਰਤਾ। ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ, ਟੀਚਰ ਭੱਜ ਗਏ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ, ਮਹਾਰਾਸ਼ਟਰ ਤੋਂ ਬੱਚੇ, ਬਿਹਾਰ ਤੋਂ, ਉੱਤਰ ਪ੍ਰਦੇਸ਼ ਤੋਂ, ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ। ਅੰਦਰ ਪੰਜ ਮੈਸਾਂ ਚੱਲਦੀਆਂ ਸੀ, 5 ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ, ਉਹ ਨਹੀਂ ਪੂਰਾ ਹੁੰਦਾ ਸੀ। ਬੱਚੇ ਬਾਹਰ ਨਾ PG ਲੈ ਕੇ ਰਹਿੰਦੇ ਸੀਗੇ, ਤੇ ਹੁਣ ਇੱਥੇ ਕੀ ਹੈ, ਨਵਾਂ ਦਾਖਲੇ ਬੰਦ ਨੇ, ਕੋਈ ਬੱਚਾ ਨਵਾਂ ਨਹੀਂ ਆ ਰਿਹਾ ਇੱਥੇ, ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ। ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ, ਹਨਾ, ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਕਿ ਐਡਮਿਸ਼ਨ ਨਹੀਂ ਮਿਲਦੀ ਸੀ, ਐਡਮਿਸ਼ਨ ਲੈਣੀ ਔਖੀ ਸੀ, ਇੱਥੇ ਦਾਖਲਾ ਲੈਣਾ ਔਖਾ ਸੀ। ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਈਏ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ, ਜੋ ਪਹਿਲਾਂ ਪੇਪਰ ਦੇਣਾ ਪੈਂਦਾ, ਫਿਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ 'ਚ ਨੰਬਰ ਆ ਜਾਂਦਾ ਨਾ, ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀ, ਉਹ ਮਿਲੀ ਲਓ, ਮੈਂ ਵੱਡਾ ਇੰਜੀਨੀਅਰ ਬਣ ਗਿਆ। ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ, ਉਹ ਲਿਖਿਆ ਹੋਇਆ ਦੇਖੋ, ਇਹ ਸਟਾਫ ਕਲੋਨੀ, ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ, ਜਿਹੜਾ ਸਰਕਾਰੀ ਟੀਚਰ ਸੀਗੇ ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ, ਇੱਥੇ AC ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ, ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ, ਸੁਸਾਇਡ ਕਰਕੇ ਮਰਨ ਲੱਗੇ। ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਇਡ ਕੀਤਾ ਸੀਗਾ, ਬਿਲਕੁਲ ਉਹ ਦਫ਼ਤਰ 'ਚ ਕੀਤਾ ਸੀ, ਉਹ ਉੱਥੇ ਸੁਸਾਇਡ ਕੀਤਾ ਸੀਗਾ ਮੁੰਡੇ ਨੇ, ਤਨਖਾਹ ਉਹਨੂੰ ਮਿਲੀ ਨਹੀਂ। ਆਹ ਹੁਣ ਕਬਜ਼ਾ ਦੇਖ ਲਓ ਕਿਹਦਾ ਹੋ ਗਿਆ, ਆਹ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ, ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ ਤੁਸੀਂ ਬਾਈ। ਆਹ ਪੌਦੇ ਸੁੱਕੀ ਜਾਂਦੇ ਆ, ਹਨਾ, ਦਰਖਤ ਸੁੱਕੀ ਜਾਂਦੇ ਆ, ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖਦੇ ਨਾ। ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ, ਅਕਾਲੀਆਂ ਤੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ। ਹੁਣ ਆਪਾਂ ਬੇਨਤੀ ਕਰਦੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ, ਮਾਨ ਸਾਹਿਬ ਤੁਹਾਡੀ ਸਰਕਾਰ 2 ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ, ਐਜੂਕੇਸ਼ਨ ਤੇ ਮੈਡੀਕਲ, ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ। ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਰ ਹੈ ਮਾਲਵੇ ਦਾ, ਜੇ ਆਪਾਂ ਕਹੀਏ ਤਾਂ। ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ, ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ, ਜਿਹੜਾ ਜਿਹੜਾ ਲੋਕ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ। 2,2500 ਬੱਚਾ ਇੱਥੋਂ ਇੰਜੀਨੀਅਰਿੰਗ ਕਰਕੇ ਨਿਕਲਦਾ ਸੀ, ਤੇ ਆ ਹੁਣ ਇੱਥੇ ਦਾਖਲੇ ਬੰਦ ਨੇ। ਸੁਣ ਸਰਾਂ ਪਈ ਆ ਬਈਏ, ਬਿਲਕੁਲ ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ ਪੀਣ ਨਹੀਂ, ਤਨਖਾਹ ਹੀ ਨਹੀਂ ਦਿੰਦੇ, ਤਨਖਾਹ ਦਿੱਤੀ ਨਹੀਂ ਕਿਸੇ ਨੂੰ। ਲੋਕ ਇਹ ਸਮਝ ਲਓ, ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਇਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ। ਕਿਉਂ? 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ, ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾਂ ਮਾਰਨ ਲੱਗ ਜਾਂਦਾ। ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ। ਆਹ ਦੇਖ ਸਕਦੇ ਹੋ ਬਈ ਹਾਲਾਤ, ਹਨਾ, ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ। ਆਹ ਦੇਖੋ, ਆਹ ਸਾਰਾ ਗਰਾਊਂਡ ਖਾਲੀ ਹੈ, ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ। ਤੇ ਆਹ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ, ਆਹ ਪਾਰਕਿੰਗ ਏਰੀਆ ਉਹ ਦੇਖੋ, ਆਹ ਪਿੱਛੇ ਦੇਖੋ, ਆਹ ਦੇਖੋ ਕੀ ਬਣਿਆ ਪਿਆ, ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ। ਇੱਥੋਂ ਨੀ ਨਾ ਕੋਈ ਦੇਖੋ, ਮੁੰਡੇ ਟੱਪਦੇ ਬਾਈ, ਇੱਥੇ ਨਸ਼ੇ ਪੱਤੇ, ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ, ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਆ। ਲੈ ਥੋੜੇ ਉੱਪਰ ਕਰਕੇ ਦਿਖਾ ਦੋ, ਆਹ ਖਾਲੀ ਪਿਆ ਐਡਾ ਵੱਡਾ ਕਾਲਜ।
ਆ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਨਾਲ ਇੱਕ ਗੱਲ ਹੋਰ ਬਾਈ ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ ਉਹਦਾ ਹਲਕਾ ਵੀ ਪਹਿਲੀ ਵਾਰੀ ਹਾਂ ਜਦੋਂ ਪੀਪੀ ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲਿਆ ਆਪਣੇ ਮਨਪ੍ਰੀਤ ਬਾਦਲ ਨਾਲ ਪਹਿਲੀ ਚੋਣ ਵਿਧਾਇਕੀ ਦਾ ਪੈਰ ਪਹਿਲਾਂ ਜਿਵੇਂ ਆਪਾਂ ਕਹਿ ਦਿੰਦੇ ਨਾ ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਆਹ ਜਿਹੜਾ ਮਤਲਬ ਬਰਾਨ ਹੁੰਦਾ ਜਾਂਦਾ ਭੂਤ ਬੰਗਲਾ ਬਣਦਾ ਜਾ ਰਿਹਾ ਉਹ ਐਡਾ ਵੱਡਾ ਕਾਲਜ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ ਜੇਕਰ ਕਾਲਜ ਚੱਲਦਾ ਤਾਂ ਸਾਡੇ ਬੱਚੇ ਬਾਹਰੋਂ ਜਾਣੋ ਘੱਟ ਸਕਦੇ ਆ ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ ਆ ਗਰਾਊਂਡ ਸੀ ਦੇਖੋ ਕਿਵੇਂ ਖੰਜੜ ਬਣ ਕੇ ਰਹਿ ਗਏ ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆਂ ਨਹੀਂ ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ ਬਾਬਾ ਹੀਰਾ ਸਿੰਘ ਪੱਠਲੇ ਟੈਕਨੀਕਲ ਕਾਲਜ ਦੀ ਆਹ ਤੁਹਾਨੂੰ ਬੱਸਾਂ ਦਿਖਾਉਂਦੇ ਹਾਂ ਬਾਈ ਬੱਸਾਂ 'ਤੇ ਕਿਵੇਂ ਧੂੜ ਜੰਮੀ ਪਈ ਆ ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ ਉਹ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਾਲਣ ਲੱਗ ਰਹੀਆਂ ਨੇ ਐਡੀਆਂ ਬਿਲਡਿੰਗਾਂ ਮੈਂ ਕਹਿੰਦਾ PGI ਤੋਂ ਵੱਡਾ ਇਹ PGI ਤੋਂ ਵੱਡਾ ਕਾਲਜ ਹੈ ਇਹ ਹਾਂ ਤੇ ਆਹ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ ਬਾਬਾ ਹੀਰਾ ਸਿੰਘ ਪੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ ਇਹ ਪੋਲੀਟੈਕਨਿਕ ਵਿੰਗ ਸੀਗਾ ਤੇ ਇਹਦੀ ਆਹ ਜਿਹੜੀ ਆਹ ਕੁੜੀਆਂ ਨੂੰ ਨਾ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਕਿਸੇ ਟਾਈਮ ਕਿਵੇਂ ਧੂੜ ਜੰਮੀ ਪਈ ਹੈ ਬਾਈ ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਹੁਣ ਅੰਦਰ ਦੇਖ ਲੈ ਵੀ ਕਾਂ ਬੋਲਦੇ ਨੇ ਪੁਲਿਸ ਇੱਥੇ ਪੁਲਿਸ ਮੁਲਾਜ਼ਮ ਅੰਦਰ ਕਿਵੇਂ ਬੈਠੇ ਨੇ ਮੈਨੂੰ ਇਹ ਨਹੀਂ ਸਮਝੇਗੀ ਆਹ ਦੇਖੋ ਬਾਈ ਕਿਵੇਂ ਗਰਦ ਜੰਮੀ ਪਈ ਇਹਨਾਂ ਦੇ ਕਿਹੜੇ ਹਿਸਾਬ ਨਾਲ ਉਹ ਬੁੱਤ ਲੱਗਿਆ ਹੋਇਆ ਅੱਗੇ ਹੈ ਨਾ ਉਹ ਬਾਬਾ ਹੀਰਾ ਸਿੰਘ ਪੱਠਲ ਦਾ ਬੁੱਤ ਹੈ ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਪੱਠਲ ਰੱਖਣ ਕਰਕੇ ਇਹ ਕਾਲਜ ਬਲੀ ਜੜ ਗਿਆ ਸਰਕਾਰਾਂ ਦੀ ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ ਟੀਚਰ ਕੋਈ ਨਹੀਂ ਸੀ ਬੱਚਾ ਇੱਥੇ 700-800 ਹੈਗਾ ਸੀ ਪਰ ਉਦੋਂ ਬਾਅਦ ਬੱਚੇ ਵੀ ਆਣੋ ਹਟ ਗਏ ਇਹਨੂੰ ਮਤਲਬ ਕਾਲਜ ਨੂੰ ਸਾਹਮਣੇ ਦਿਖਾਓ ਬਾਬਾ ਹੀਰਾ ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ ਇਹਨੂੰ ਬਣਾਉਣ 'ਚ ਵੀ ਕਾਂਗਰਸ ਦਾ ਹੱਥ ਰਿਹਾ ਬਾਬਾ ਹੀਰਾ ਸਿੰਘ ਪੱਠਲ ਰਜਿੰਦਰ ਕੌਰ ਪੱਠਲ ਦੇ ਪਰਿਵਾਰ 'ਚੋਂ ਇਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 'ਚ ਜਨਮ ਹੈ 1984 'ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰਤਾ ਸੈਨਾਨੀ ਰਹੇ ਨੇ ਤੁਹਾਨੂੰ ਇਹ ਵੀ ਦੱਸਦਾ ਮੈਂ ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ ਜੇਲ੍ਹਾਂ ਵੀ ਕੱਟੀਆਂ ਨੇ ਇਹਨਾਂ ਨੇ ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਪੱਠਲ ਕਾਲਜ ਪਰ ਪੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ 'ਚ ਇਹ ਨਾ ਹੋਵੇ ਵੀ ਪੱਠਲ ਨੇ ਐਡਾ ਕਾਲਜ ਬਣਾਤਾ ਹੁਣ ਲਹਿਰੇ ਹਲਕੇ 'ਚ ਲੋਕ ਇਹ ਕਹਿੰਦੇ ਨੇ ਪੱਠਲ ਦੀ ਕੋਈ ਦੇਣ ਨਹੀਂ ਆ ਇੱਕ ਦੇਣ ਸੀ ਇਹ ਕੈਪਟਨ ਨੇ ਖਤਮ ਕਰਤੀ ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ ਇੱਧਰਲਾ ਇਲਾਕਾ ਲਾ ਲਓ ਆਹ ਸੁਨਾਮ ਤਹਿਸੀਲ ਮੂਨਕ ਤਹਿਸੀਲ ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ ਤੇ ਹੁਣ ਅੱਗੇ ਮੂਨਕ ਤਹਿਸੀਲ ਇੱਦੂ ਹੋਰ ਅੱਗੇ ਬਣ ਗਈ ਇਹ ਲਹਿਰੇ ਦਾ ਇਲਾਕਾ ਸੈਂਟਰ 'ਚ ਆ ਗਿਆ ਮੂਨਕ ਅਤੇ ਸੁਨਾਮ ਦੇ ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿੱਥੇ ਹਜ਼ਾਰਾਂ ਦੀ ਸੰਖਿਆ 'ਚ ਬੱਚੇ ਬਾਹਰਲੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ ਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਟੀਚਰ ਨਹੀਂ ਤਨਖਾਹਾਂ ਨਹੀਂ ਦਿੱਤੀਆਂ ਇੱਥੋਂ ਟੀਚਰ ਗੱਲ ਫਰਾਹੇ ਲੈ ਕੇ ਮਰਨ ਲੱਗੇ ਦੂਜਾ ਨੰਬਰ ਇੱਕ ਹੋਰ ਹੋ ਗਿਆ ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ ਕਿ ਜੇ ਬੰਦਾ ਇਹ ਪੂਰੀ ਪੂਰੀ ਮੰਨ ਲਓ ਉਹਨੇ ਐਮਟੈਕ ਕਰਨੀ ਹੈ ਐਮਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ ਅਗਲਾ ਕਹਿੰਦਾ 3 ਲੱਖ ਹੋਰ ਪਾਓ ਕੈਨੇਡਾ ਜਾਓ 18 ਲੱਖ ਰੁਪਏ 'ਚ ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨਹੀਂ ਨੌਕਰੀ ਮਿਲੂ ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮਟੈਕ ਕਰ ਲੈਂਦੇ ਨੇ 15-15 ਹਜ਼ਾਰ ਤੇ ਨੌਕਰੀ ਲੱਗ ਗਏ ਮੈਂ ਦੇਖੇ ਨੇ ਮੁੰਡੇ ਬਿਲਕੁਲ ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮਟੈਕ ਕਰਨ ਤੇ 3 ਲੱਖ ਹੋਰ ਪਾਓ 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ ਜੇ ਜਦੋਂ ਇਸ ਕਾਲਜ 'ਚ ਜਵਾਕ ਪੜ੍ਹ ਰਹੇ ਸੀਗੇ 2022 ਤੋਂ ਬੱਚਾ ਪੜ੍ਹ ਰਿਹਾ ਸੀਗਾ ਉਹ ਇਕਦਮ ਨਹੀਂ ਘਟੇ ਹਰ ਸਾਲ ਘਟਦੇ ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ ਆਹ ਦੇਖੋ ਅਲੱਗ ਆਹ ਬਾਬਾ ਹੀਰਾ ਸਿੰਘ ਪੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ ਇਹ ਇੰਜੀਨੀਅਰ ਵਿੰਗ ਹੈ ਉਹ ਪੋਲੀਟੈਕਨੀਕਲ ਵਿੰਗ ਸੀਗਾ ਇਹ ਇੰਜੀਨੀਅਰਿੰਗ ਦਾ ਵਿੰਗ ਹੈ
ਕਿੱਡੀਆਂ ਵੱਡੀਆਂ ਬਿਲਡਿੰਗਾਂ ਬਈ ਹਨਾ, ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ, ਚਿੜੀਆਂ ਰਹਿਣ ਲੱਗੀਆਂ, ਘੁੱਗੀਆਂ ਨੇ ਆਲਣੇ ਪਾਲੇ ਯਾਰ। ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ। ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ, ਅਰਬਾਂ ਰੁਪਇਆ, ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ, ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ। ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ। ਬਿਲਕੁਲ, ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36 ਮਹੀਨੇ ਹੋ ਗਏ। ਟੀਚਰ ਇੱਥੇ ਗੱਲ ਫਰਾਹੇ ਲੈ ਕੇ, ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਈ, ਨੌਜਵਾਨੀ ਬਾਹਰ ਜਾਈ ਜਾਂਦੀ ਹੈ ਨਾ, ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ। ਬਿਲਕੁਲ, ਨੌਜਵਾਨੀ ਵੀ ਨੀ ਇੱਥੇ ਟਿਕ ਰਹੀ। ਸਾਹਮਣੇ ਦੇਖੋ ਏਸੀ ਦੇਖ ਲਓ ਬਾਈ, ਹਨਾ ਲੱਗੇ ਨੇ, ਗੰਦਗੀ ਨਾਲ ਭਰਿਆ ਸਾਰਾ ਕੁਛ। ਕਾਰਨ ਕੀ ਹੈ? ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਬੱਚੇ ਬਾਹਰ ਨੂੰ ਭੱਜ ਰਹੇ ਨੇ। ਉਹ ਕਿਉਂ ਭੱਜਣੇ ਸ਼ੁਰੂ ਹੋਏ? ਇੱਥੇ ਪੜ੍ਹਾਈ ਮਹਿੰਗੀ ਹੋ ਗਈ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮ ਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮ ਟੈਕ ਕਰਦਾ ਨਾ, ਉਦੋਂ ਤੱਕ 12-15 ਲੱਖ ਰੁਪਏ ਲਾ ਦਿੰਦਾ, ਔਰ ਫਿਰ ਵੀ ਉਸ ਤੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ। ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ, ਸਿਰਫ 15-18 ਹਜ਼ਾਰ ਤੇ 20 ਹਜ਼ਾਰ ਤੇ, ਔਰ ਉਹ ਵੀ ਪਤਾ ਨਹੀਂ। ਸਾਹਮਣੇ ਕੰਟੀਨ ਦੇਖ ਰਹੇ ਹੋ ਬਾਈ, ਕਿਸੇ ਟਾਈਮ ਇੱਥੇ ਮੁੰਡੇ ਹਨਾ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ। ਮੈਂ ਕਹਿੰਦਾ ਕੈਫੇਟੇਰੀਆ ਸੀ ਇਹ, ਪੂਰਾ ਵਧੀਆ ਕੈਫੇਟੇਰੀਆ, ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ, ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ, ਪਿੱਪਲ ਉੱਗ ਚੁੱਕੇ ਨੇ ਬਈ ਯਾਰ। ਅੱਜ ਜਿਵੇਂ ਆਪਾਂ ਕਹਿ ਦਈਏ ਨਾ, ਹਾਲਾਤ ਕਿਤੇ ਕਾਤਲ ਹੋ ਜਾਂਦਾ ਸੀ ਨਾ, ਜੇ ਕਿਸੇ ਪਰਿਵਾਰ ਚ ਕਾਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਾਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ, ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਏਦਾਂ ਦਾ ਹੁੰਦਾ ਸੀ। ਅੱਜ ਜਿੱਦਾਂ ਇਸ ਘਰ ਦਾ ਹਾਲ, ਇਸ ਵਿਦਿਆ ਦੇ ਮੰਦਿਰ ਦਾ ਹਾਲ ਹੋਇਆ, ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ। ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ, ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ, ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ? ਕੀ ਇਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ, ਜਾਂ ਕੋਈ ਹੋਰ ਕਾਰਨ? ਇਹ ਸਪਸ਼ਟ ਕਰਨਾ ਚਾਹੀਦਾ। ਹੁਣ ਬਜਟ ਆਇਆ ਸੀਗਾ, ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ, ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ, ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ ਹੈ, ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ, ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ 'ਤੇ ਨਵੀਂ ਸਰਕਾਰ ਬਣੀ ਹੈ, ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ, ਮਰ ਗਈਆਂ, ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾ ਤੀ ਵੀ ਉਹਨਾਂ ਦੀ, ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ। ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰ ਦੇ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾ ਤੋਂ ਹੋਈ ਸੀ। ਔਰ ਹੋਰ ਦੇਖੋ, ਹੁਣ ਐਮ ਪੀ ਇਲੈਕਸ਼ਨ ਹੋ ਕੇ ਹਟੀ ਹੈ, ਪਹਿਲਾਂ ਲਹਿਰੇ ਤੋਂ ਵੋਟਾਂ ਘੱਟਦੀਆਂ ਹੁੰਦੀਆਂ ਸੀਗੀਆਂ, ਇੱਥੇ ਐਮ ਐਲ ਏ ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ, ਔਰ ਹੁਣ ਐਮ ਪੀ ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ, 2,2500 ਵੋਟ ਵਧੀਆ ਸਿਮਰਜੀਤ ਸਿੰਘ। ਵਧੀਆ ਵਧੀਆ, ਬਿਲਕੁਲ। ਫਿਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ, ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਤੇ ਫਿਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ। ਚਲੋ ਆਪਾਂ ਅਪੀਲ ਹੀ ਕਰ ਸਕਦੇ, ਕਈ ਭਰਾ ਕਹਿ ਜਾਂਦੇ ਬਈ ਇਹ ਤਾਂ ਨਹੀਂ ਭਗਵੰਤ ਮਾਨ ਨੇ ਕਰਤਾ, ਬਈ ਭਗਵੰਤ ਮਾਨ ਨੇ ਨਹੀਂ ਕੀਤਾ, ਮੰਨਦਿਆਂ ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ ਹਨਾ, ਪੱਠਾ ਬਿਠਾਤਾ, ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਈ ਹੁਣ ਸੱਤਾ ਦੇ ਵਿੱਚ ਹੈ ਉਹ। ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ, ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਜਿਵੇਂ ਲੋਕੀ। ਹਾਂ, ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ, ਹੁਣ ਕੈਪਟਨ ਨੂੰ ਕੌਣ ਕਹੂਗਾ, ਰੀੜ੍ਹ ਦੀ ਹੱਡੀ ਤੜਾ ਹੀ ਬੈਠਾ ਹੋ, ਉਹਨੂੰ ਕੌਣ ਕਹੂ ਜਾ ਕੇ? ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ, ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ। ਬਿਲਕੁਲ, ਕਿ ਜੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ, ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 ਏਕੜ ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਗਾਗਾ ਦਾ, ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ, ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ, ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰ ਕਰਦੇ ਸੀਗੇ, ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰ ਕਰਕੇ, ਆਹ ਭੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ, ਉੱਥੇ ਮਕੈਨਿਕ ਲੱਗੇ ਹੋਏ ਨੇ, 50-50, 45-45 ਹਜ਼ਾਰ ਤਨਖਾਹ ਲੈਂਦੇ ਨੇ, ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ 'ਤੇ ਲੱਗ ਗਏ। ਪਰ ਹੁਣ ਕਾਰਨ ਕੀ ਹੈ? ਹੁਣ ਜਾਂ ਤਾਂ ਪ੍ਰਾਈਵੇਟ, ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ? ਰਿੰਕ 'ਚ ਜਾਣਗੇ, ਗੋਬਿੰਦਗੜ੍ਹ ਜਾਣਗੇ, ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰ ਕਰਨੀ ਹੈ ਤਾਂ ਉੱਥੇ 25-30 ਲੱਖ ਤੋਂ ਘੱਟ ਨਹੀਂ ਹੁੰਦੀ ਐਮ ਟੈਕ, ਜਦੋਂ ਤੱਕ ਬੱਚਾ 12ਵੀਂ ਤੋਂ ਬਾਅਦ ਐਮ ਟੈਕ ਕਰੂਗਾ। ਇਸ ਕਰਕੇ ਅਗਲਾ ਸੋਚਦਾ ਯਾਰ 18 ਲੱਖ ਲਾ ਕੇ ਕੈਨੇਡਾ ਜਾਂਦੇ ਹਾਂ, ਇੱਥੇ ਫੇਰ ਨਹੀਂ ਰੋਜੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ। ਕਿਸੇ ਟਾਈਮ ਬਈ ਇੱਥੇ ਖਾੜੇ ਲੱਗਦੇ ਹੋਣੇ ਆ ਸਟੇਜ ਤੇ, ਹਨਾ ਆ ਸਟੇਜ ਤੇ ਜੀ, ਆ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਣੇ। ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡੈਂਟ
ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ, ਪਰ ਅੱਜ ਟੈਂਟ ਵਾਲਿਆਂ ਨੇ ਆਪਣੀਆਂ ਚਾਦਰਾਂ ਪਾ ਲਈਆਂ। ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਤੇ ਇਹਨਾਂ ਕਾਲਜਾਂ ਦੇ, ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ, ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਬਈ ਇਹ ਕਾਲਜਾਂ ਨਾਲ ਬਲੀ ਚਾੜਤਾ। ਤੇ ਅੱਜ ਆਹ ਦੇਖ ਸਕਦੇ ਹੋ ਤੁਸੀਂ, ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ, ਵਾਲੀਬਾਲ ਖੇਡਣਾ ਸੀ, ਕ੍ਰਿਕਟ ਖੇਡਣਾ ਸੀ, ਹਨਾ ਹਾਕੀ ਖੇਡਣਾ ਸੀ। ਸਰ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ, ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ, GNE ਦੇਖੋ ਬਹੁਤ ਵਧੀਆ ਕਾਲਜ ਹੈ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, GNE ਤੋਂ ਬਾਅਦ ਦੂਜੇ ਨੰਬਰ 'ਤੇ ਇਹ ਕਾਲਜ ਸੀ, ਕਿਉਂਕਿ 20-25 ਏਕੜ 'ਚ ਫੈਲਿਆ ਹੋਇਆ, ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ, ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ, ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ, 5 ਮੈਸਾਂ ਸੀ, 5 ਜਗ੍ਹਾ ਖਾਣਾ ਬਣਦਾ ਸੀ, ਬੱਚਿਆਂ ਨੂੰ ਅੰਦਰ ਹੋਸਟਲ 'ਚ ਨਾ ਉਹ ਮਤਲਬ ਕਮਰਾ ਨਹੀਂ ਮਿਲਦਾ ਸੀ, ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ। ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 PG ਚੱਲਦਾ ਸੀ, ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ, ਆਹ ਕਾਲਜ ਤਾਂ ਖਤਮ ਹੋਇਆ ਹੋਇਆ, ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ। ਬਿਲਕੁਲ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ, ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ ਆਹ ਬਾਹਰੇ, ਕਿਉਂਕਿ ਇੱਥੋਂ ਇੱਥੇ ਕੀ ਹੁੰਦਾ ਬਾਈ, ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ, ਬਿਹਾਰ ਮਹਾਰਾਸ਼ਟਰ, ਹੈ ਨਾ, ਇੱਥੇ ਮੁੰਡੇ ਹੁੰਦੇ ਸੀ ਅਤੇ ਖਾਂਦੇ ਪੀਂਦੇ ਸੀ, ਖੜ੍ਹਦੇ ਸੀ, ਹੈ ਨਾ, ਅਤੇ ਪਰ ਅੱਜ ਬਾਈ ਵਿਹਲਾ ਪਿਆ ਅਤੇ ਆਹ ਕੱਖ ਹੋ ਗਏ। ਮੈਂ ਕਹਿੰਦਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ, ਨਹੀਂ ਚਲਾ ਸਕਦੀ, ਬਜਟ ਨਹੀਂ ਤੁਹਾਡੇ ਕੋਲ ਪੈਸੇ, ਪਰ ਆਹ ਦਰੱਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਉ, ਇਹਨਾਂ ਤੋਂ ਕੀ ਬੁਰਾ ਹੋ ਗਿਆ। ਆਹ ਸੁੱਕਣੇ ਸ਼ੁਰੂ ਹੋ ਗਏ, ਵੱਢਣ ਲੋਕ ਆਉਂਦੇ ਨੇ ਯਾਰ, ਰਾਤ ਨੂੰ ਇੱਥੇ ਕੋਈ ਰੱਖ ਹੀ ਨਹੀਂ, ਆਹ ਦੇਖੋ ਆਹ ਸਾਰੇ ਵੱਢੇ ਹੋਏ ਨੇ, ਵੱਢ ਕੇ ਲੈ ਗਿਆ ਕੋਈ, ਵੱਢ ਕੇ ਲੈ ਗਿਆ, ਬਾਅਦ 'ਚ ਫੁੱਟੇ ਹੋਏ ਨੇ, ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ, ਆਹ ਬਸ ਇਹ ਦੁਬਾਰਾ ਉੱਗੇ ਹੋਏ ਨੇ, ਹੋਰ ਕੋਈ ਏਦਾਂ ਨਹੀਂ ਹੈਗਾ। ਇੱਕ ਹੋਰ ਤੁਹਾਨੂੰ ਦੱਸਦਾ, ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ, ਮੈਂ ਹੈਰਾਨ ਆ ਯਾਰ, 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ, ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨਹੀਂ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ, ਹਾਂ ਦੇਖ ਲਓ ਉਹਨਾਂ ਦੀ ਰੋਜ਼ੀ ਰੋਟੀ ਠੱਪ ਹੋ ਗਈ, ਉਹਨਾਂ ਦੇ ਬੱਚੇ ਭੁੱਖੇ ਮਰਨਗੇ, ਉਹਨਾਂ ਦੀ ਕੋਈ ਨਹੀਂ ਜਾਤ ਪੁੱਛ ਰਿਹਾ। ਇੱਕ ਕਲਰਕ ਜਦੋਂ ਖੁਦ ਮਤਲਬ ਇੱਥੇ ਸੁਸਾਈਡ ਕਰ ਜੇ ਤਨਖਾਹ ਨਾ ਮਿਲਣ ਕਰਕੇ, 36 ਮਹੀਨੇ ਹੋ ਗਏ, ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫਿਰ ਵੀ ਕੰਨ ਤੇ ਉਹ ਜੂਨੀ ਸਰਕਦੀ, ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ, ਪਰ ਹੁਣ ਲੱਗਦਾ ਵੀ ਜੇ ਉਮੀਦ ਹੈ, ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ, ਇਹ ਸਿੱਖਿਆ ਦਾ ਆਧਾਰ ਹੈ, ਇੱਧਰ ਜੇ ਧਿਆਨ ਦਿੱਤਾ ਜਾਵੇ ਨਾ, ਜੇ ਹੋਰ ਕੁਛ ਨਹੀਂ ਤਾਂ 20-25 ਕਿੱਲਿਆਂ 'ਚ ਫੈਲਿਆ ਹੋਇਆ, ਇੱਥੇ ਕੋਈ ਹਸਪਤਾਲ ਹੀ ਖੋਲ ਦਿਓ PGI ਵਰਗਾ, ਹਾਂ ਹਸਪਤਾਲ ਖੋਲ ਸਕਦਾ, ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ, ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ ਅਸੀਂ ਸਾਂਭ ਸਕਦੇ, ਅਸੀਂ ਨਹੀਂ ਟੀਚਰ ਦੇ ਸਕਦੇ, ਡਾਕਟਰ ਤਾਂ ਦੇ ਦੋਗੇ, PGI ਤੋਂ ਵੱਡੀ ਜਗ੍ਹਾ ਪਈ ਹੈ, ਇਹੀ ਬਿਲਡਿੰਗ ਕੰਮ ਆ ਜੋ ਇਹਨੂੰ ਸਵਾਰ ਕੇ, ਹਨਾ ਸਾਰੀ ਬਿਲਡਿੰਗ ਕੰਮ ਆ ਸਕਦੀ ਹੈ, ਨਹੀਂ ਇਹ ਪਤਾ ਕੀ ਇਹ ਖੰਡਰ ਬਣ ਜੂਗੀ, ਇੱਥੇ ਨਸ਼ੇ ਕਰਨਗੇ ਮੰਡੀਰ ਆ ਕੇ, ਔਰ ਫਿਰ ਕੀ ਹੁੰਦਾ ਜੀ, ਫਿਰ ਇੱਥੇ ਕੱਲ ਨੂੰ ਕੋਈ ਏਦਾਂ ਦੀ ਘਟਨਾ ਵੀ ਵਾਪਰ ਸਕਦੇ, ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ, ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ, ਕਿਹਨੂੰ ਪਤਾ ਲੱਗੂਗਾ, ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ, ਕੁਛ ਵੀ ਹੋ ਸਕਦਾ, ਇੱਥੇ ਯਾਰ ਬਿਲਡਿੰਗਾਂ ਪਈਆਂ ਨੇ, ਮੈਂ ਕਹਿੰਦਾ ਇੰਨੇ ਏਡੇ AC ਲੱਗੇ ਪਏ ਨੇ, ਐਡੀਆਂ ਐਡੀਆਂ ਬਿਲਡਿੰਗਾਂ ਨੇ, ਸਾਹਮਣੇ ਐਡੀਆਂ ਐਡੀਆਂ ਬੱਸਾਂ ਖੜੀਆਂ ਨੇ, ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ, ਪ੍ਰਾਈਵੇਟ ਬੱਸਾਂ ਖੜਾਉਂਦੇ ਨੇ, ਇੱਥੇ ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ, ਕਬਜ਼ਾ ਹੀ ਹੋ ਜੇ ਕਿਸੇ, ਕਬਜ਼ਾ ਹੀ ਹੋ ਜੂਗਾ, ਬਿਲਕੁਲ 25 ਕਿੱਲਿਆਂ ਦੀ ਜਗ੍ਹਾ ਇਹ, ਪਰ ਜੇ ਸਰਕਾਰ ਚਾਹਵੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ, ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ, ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ, ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਹੁੰਦੀਆਂ ਸੀ, ਮੇਰੇ ਅੱਖੀ ਦੇਖੀ ਗੱਲ ਹੈ, ਅੱਜ ਤੋਂ 7-8 ਸਾਲ ਦੀ ਗੱਲ ਹੈ, ਕੰਪਨੀਆਂ ਆਉਂਦੀਆਂ ਇੱਥੋਂ ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ, ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ, ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਆ ਉਹਨਾਂ ਦਾ ਟਾਈਮ ਹੁੰਦਾ, ਕੰਪਨੀਆਂ ਬਾਹਰੋਂ ਆਉਂਦੀਆਂ, ਵੱਡੀਆਂ ਵੱਡੀਆਂ ਕੰਪਨੀਆਂ ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ, ਔਰ ਉਹਨਾਂ ਨੂੰ ਸਾਲ ਦਾ ਕਿਸੇ ਨੂੰ 8 ਲੱਖ ਦਾ, ਕਿਸੇ ਨੂੰ 10 ਲੱਖ ਦਾ, ਕਿਸੇ ਨੂੰ ਸਾਲ ਦਾ 12 ਲੱਖ ਦਾ ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ ਵੀ ਤੁਸੀਂ MTech ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ, ਆਉਣ ਸਾਰ ਨੌਕਰੀ ਲਓ। ਬਿਲਕੁਲ ਆਹ ਹਾਲ ਸੀ। ਇਹ ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ ਬਾਬਾ ਹੀਰਾ ਸਿੰਘ ਭੱਠਲ ਕਾਲਜ ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ। ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ, ਅਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ। ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ, ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆਂ ਨੇ। ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੈ ਮੇਨ
आओ तुहानूं मौजूदा स्थिति असीं दसदे हां वी सरकारी कॉलेजां दी स्थिति की है। असीं खड़े हां जी अज बाबा हीरा सिंह पठल टैक्नीकल कॉलेज लहरा गागा दे विच, ते आओ तुहानूं दिखावांगे कि इन्हां कॉलेजां दी स्थिति की होगी, इन्हां कॉलेजां दे विच किवें घा उगया है, किवें इन्हां कॉलेजां नूं किने खत्म कीता है, किने खत्म कीता इन्हां कॉलेजां नूं। आओ तुहानूं कॉलेज की स्थिति दिखावांगे भी किन्ना करके ये कॉलेज खत्म होए ने, किन्ना दियां अनगहलियां रहियां ने अंदर आ गया कॉलेज दे, ते भरावो वीडियो नूं शेयर करी चलियो तां जो असीं तुहानूं सच दिखा सकीए। आ देख सकते हो जिथे कि रौनकां लगियां रहिंदियां सी किसे टाइम, जिथे कि 2000 बच्चा घट्टो घट पढ़दा सी, ते कल्ले पंजाब दे नहीं सगों इत्थे बई है ना बाहर दे होर भी बड़ा हरियाणा हिमाचल महाराष्ट्र तक दे बच्चे इत्थे इंजीनियरिंग करदे सीगे। इह पंजाब दा पहला बड़ा सरकारी कॉलेज सी, जिवें GNE तो बाद गुरु नानक देव कॉलेज है जिहड़ा लुधियाने वाला, GNE तो बाद दूजा बड़ा सरकारी कॉलेज सी जिथे पॉलीटेक्निकल इंजीनियरिंग मतलब टेक्निकल सारा सिस्टम इत्थे इकट्ठा और बहुत घट फीसां दे सरकारी सी। पर इस कॉलेज नू बनाया भी कांग्रेस सरकार मौके गया सी, बाबा हीरा सिंह पठल बीबी रजिंदर कौर पठल दे फादर साहब उन्हां दा नां है। पर जदों कैप्टन दी सरकार आ गई, कैप्टन अमरिंदर अगे लग गया कांग्रेस सरकार च, इन्हे पठल नू खत्म करन दे तरीके नाल इस कॉलेज दे अगे लगदा सी बाबा हीरा सिंह पठल। जे कॉलेज चलदा तां पठल परिवार दा नाम चलदा, तां सब तों पहलां कैप्टन अमरिंदर जदों मुख मंत्री सी ਉਹਨੇ ਇਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ। ਅੱਛਾ ਬਾਈ ਜੀ, ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ, ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ, ਇਸੇ ਟੈਕਨੀਕਲ ਕਾਲਜ ਚ ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ, ਇਕੱਲੇ ਉਹਨੂੰ ਨੀ ਸਾਰੇ ਸਟਾਫ ਨੂੰ, ਬੰਦਾ ਗਲ ਫਰਾਹਾ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਇਡ ਕਰ ਗਿਆ ਸੀ। ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ, 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ, ਬਾਹਰ ਨਿਕਲ ਕੇ ਦਿਖਾਨੇ ਆ ਨਾਲੇ ਬਾਈਆਂ ਨਾਲ ਉਹਨਾਂ ਨਾਲ ਗੱਲ ਕਰਾਂਗੇ। 3 ਸਾਲ ਤੋਂ ਧਰਨਾ ਲੱਗਿਆ ਹੋਇਆ, ਨਾਲੇ ਕਾਲਜ ਦਿਖਾਉਣੇ ਆਪਾਂ। ਆਜੋ ਆ ਦੇਖ ਸਕਦੇ ਹੋ ਬਾਈ ਤੁਸੀਂ ਕਾਲਜ ਦੀ ਸਥਿਤੀ ਕੀ ਹੈ ਅੱਜ ਦੀ, ਜਿੱਥੇ ਇੱਥੇ ਨੌਜਵਾਨ ਮੁੰਡੇ ਕੁੜੀਆਂ, ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ, ਕੁੜੀਆਂ ਇੱਥੇ ਪੜ੍ਹਦੀਆਂ ਸੀ ਖੇਡਦੀਆਂ ਸੀ। ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ, ਉਹ ਏਸੀ ਲੱਗਿਆ ਜਿੱਥੇ, ਉਹ ਦਿਖਾਓ ਸਾਰਿਆਂ ਨੂੰ। ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ, ਮਤਲਬ ਜਿਹੜੇ ਇੱਥੇ ਪੜ੍ਹਾਉਣ ਵਾਲਾ ਸਟਾਫ ਸੀ ਨਾ ਉਹਨਾਂ ਵਾਸਤੇ, ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ। ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ, ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ। ਪਰ ਅੱਜ ਇਹ ਕੀ ਬਣ ਗਿਆ, ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ, ਟੀਚਰਾਂ ਦਾ ਬੁਰਾ ਹਾਲ ਹੋ ਗਿਆ। ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ, ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ। ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਤੇ ਬੈਠੇ ਨੇ, ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ। ਇੱਕ ਬਾਈ ਦਵਿੰਦਰਪਾਲ ਹੁੰਦਾ ਸੀ ਕਲਰਕ, ਉਹ ਸੁਸਾਇਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ। ਬੜਾ ਰੌਲਾ ਚੱਲਿਆ ਇਸ ਕਾਲਜ ਦਾ, ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ, ਖਿੜਕੀਆਂ ਖੜਕਦੀਆਂ ਨੇ ਯਾਰ, ਹਨਾ ਖਿੜਕੀਆਂ ਖੜਕਦੇ ਨੇ। ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ, ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ, ਐਂ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕਰੀਆਂ ਨੇ, ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ, ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ? ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ, ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਬਾਹਰ ਨਾ ਜਾਵੇ। ਉਹ ਛੱਕੂ, ਉਹ ਪੜ੍ਹਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ? ਪੈਦਾ ਤਾਂ ਇਹਨਾਂ ਕਾਲਜਾਂ 'ਚੋਂ ਹੋਣਾ ਪੜ੍ਹਿਆ ਲਿਖਿਆ ਵਰਗ, ਤੇ ਤੁਸੀਂ ਕਾਲਜ ਐਡੇ ਐਡੇ ਕਾਲਜ ਸਰਕਾਰੀ ਕਾਲਜ, ਇਹ 20 ਏਕੜ ਦੇ ਵਿੱਚ ਬਣਿਆ ਹੋਇਆ ਕਾਲਜ ਹੈ 20 ਏਕੜ ਦੇ ਵਿੱਚ, ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ, GNE ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ ਇਹ, ਲਹਿਰੇ ਗਾਗੇ ਦਾ ਬਾਬਾ ਹੀਰਾ ਸਿੰਘ ਪੱਠਲ ਦੇ ਨਾਂ ਤੇ ਬਣਾਇਆ ਸੀ। ਪਰ ਕਾਂਗਰਸ ਸਰਕਾਰ ਨੇ, ਕੈਪਟਨ ਨੇ ਪੱਠਲ ਨੂੰ ਖਤਮ ਕਰਦੇ ਕਰਦੇ ਉਹ ਇਹ ਹੀਰਾ ਸਿੰਘ ਪੱਠਲ ਕਾਲਜ ਨੂੰ ਹੀ ਖਤਮ ਕਰਤਾ, ਕਾਲਜ ਹੀ ਖਤਮ ਕਰਤਾ, ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ, ਟੀਚਰ ਭੱਜ ਗਏ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ, ਮਹਾਰਾਸ਼ਟਰ ਤੋਂ ਬੱਚੇ
ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ ਅੰਦਰ ਪੰਜ ਪੰਜ ਮੈਸਾਂ ਚੱਲਦੀਆਂ ਸੀ ਪੰਜ ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ ਉਹ ਨੀ ਪੂਰਾ ਹੁੰਦਾ ਸੀ ਬੱਚੇ ਬਾਹਰ ਨਾ ਪੀਜੀ ਲੈ ਕੇ ਰਹਿੰਦੇ ਸੀਗੇ ਤੇ ਹੁਣ ਇੱਥੇ ਕੀ ਹੈ ਨਵਾਂ ਦਾਖਲੇ ਬੰਦ ਨੇ ਕੋਈ ਬੱਚਾ ਨਵਾਂ ਨੀ ਆ ਰਿਹਾ ਇੱਥੇ ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ ਹਨਾ ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਐਡਮਿਸ਼ਨ ਨੀ ਮਿਲਦੀ ਸੀ ਐਡਮਿਸ਼ਨ ਲੈਣੀ ਔਖੀ ਸੀ ਇੱਥੇ ਦਾਖਲਾ ਲੈਣਾ ਔਖਾ ਸੀ ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਈਏ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ ਜਵਾਕ ਪਹਿਲਾਂ ਪੇਪਰ ਦੇਣਾ ਪੈਂਦਾ ਫੇਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ 'ਚ ਨੰਬਰ ਆ ਜਾਂਦਾ ਨਾ ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀ ਉਹ ਮਿਲੀ ਲਓ ਮੈਂ ਵੱਡਾ ਇੰਜੀਨੀਅਰ ਬਣ ਗਿਆ ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ ਉਹ ਲਿਖਿਆ ਹੋਇਆ ਦੇਖੋ ਇਹ ਹੈ ਸਟਾਫ ਕਲੋਨੀ ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ ਜਿਹੜਾ ਸਰਕਾਰੀ ਟੀਚਰ ਸੀਗੇ ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ ਇੱਥੇ ਏਸੀ ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ ਸੁਸਾਇਡ ਕਰਕੇ ਮਰਨ ਲੱਗੇ ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਇਡ ਕੀਤਾ ਸੀਗਾ ਬਿਲਕੁਲ ਉਹ ਦਫ਼ਤਰ 'ਚ ਕੀਤਾ ਸੀ ਉਹ ਉੱਥੇ ਸੁਸਾਇਡ ਕੀਤਾ ਸੀਗਾ ਮੁੰਡੇ ਨੇ ਤਨਖਾਹ ਉਹਨੂੰ ਮਿਲੀ ਨਹੀਂ ਆਹ ਹੁਣ ਕਬਜ਼ਾ ਦੇਖ ਲਿਆ ਹੋ ਗਿਆ ਆਹ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ ਇਹ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ ਤੁਸੀਂ ਬਾਈ ਆਹ ਪੌਦੇ ਸੁੱਕੀ ਜਾਂਦੇ ਆ ਹਨਾ ਦਰਖਤ ਸੁੱਕੀ ਜਾਂਦੇ ਆ ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖਦੇ ਨਾ ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ ਅਕਾਲੀਆਂ ਦੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ ਹੁਣ ਆਪਾਂ ਬੇਨਤੀ ਕਰਦੇ ਹਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਸਰਕਾਰ ਦੋ ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ ਐਜੂਕੇਸ਼ਨ ਤੇ ਮੈਡੀਕਲ ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਿਰ ਹੈ ਮਾਲਵੇ ਦਾ ਜੇ ਆਪਾਂ ਕਹੀਏ ਤਾਂ ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਿਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ ਜਿਹੜਾ ਜਿਹੜਾ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ 2,2500 ਬੱਚਾ ਇੱਥੋਂ ਇੰਜੀਨੀਅਰਿੰਗ ਕਰਕੇ ਨਿਕਲਦਾ ਸੀ ਤੇ ਹੁਣ ਇੱਥੇ ਦਾਖਲੇ ਬੰਦ ਨੇ ਸੁਣਨ ਸਰੈ ਪਈ ਆ ਬਾਈ ਜੀ ਬਿਲਕੁਲ ਹੀ ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ ਪੀਣ ਨਹੀਂ ਤਨਖਾਹ ਹੀ ਨਹੀਂ ਦਿੰਦੇ ਤਨਖਾਹ ਦਿੱਤੀ ਨਹੀਂ ਕਿਸੇ ਨੂੰ ਲੋਕ ਇਹ ਸਮਝ ਲਓ ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਇਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ ਕਿਉਂ 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾ ਮਾਰਨ ਲੱਗ ਜਾਂਦਾ ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ ਆਹ ਦੇਖ ਸਕਦੇ ਹੋ ਬਈ ਹਾਲਾਤ ਹਨਾ ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ ਆਹ ਸਾਰਾ ਗਰਾਊਂਡ ਖਾਲੀ ਹੈ ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ ਤੇ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ ਆਹ ਪਾਰਕਿੰਗ ਏਰੀਆ ਉਹ ਦੇਖੋ ਪਿੱਛੇ ਦੇਖੋ ਆਹ ਦੇਖੋ ਕੀ ਬਣਿਆ ਪਿਆ ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ ਇੱਥੋਂ ਨੀ ਨਾ ਕੋਈ ਦੇਖੋ ਮੁੰਡੇ ਟੱਪਦੇ ਬਾਈ ਜਿਹੜੇ ਨਸ਼ੇ ਪੱਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਲੈ ਥੋੜੇ ਉੱਪਰ ਕਰਕੇ ਦਿਖਾ ਦੋ ਆਹ ਖਾਲੀ ਪਿਆ ਐਡਾ ਵੱਡਾ ਕਾਲਜ ਆਹ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਨਾਲ ਇੱਕ ਗੱਲ ਹੋਰ ਬਾਈ ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ ਉਹਦਾ ਹਲਕਾ ਵੀ ਹੈ ਪਹਿਲੀ ਵਾਰੀ ਹਾਂ ਜਦੋਂ ਪੀਪੀ 'ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲੇ ਆਪਣੇ ਮਨਪ੍ਰੀਤ ਬਾਦਲ ਨਾਲ ਪਹਿਲੀ ਚੋਣ ਵਿਧਾਇਕੀ ਦਾ ਪੈਰ ਪਹਿਲਾਂ ਜਿਵੇਂ ਆਪਾਂ ਕਹਿ ਦਿੰਦੇ ਨਾ ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਆਹ ਜਿਹੜਾ ਮਤਲਬ ਬਰਾਨ ਹੁੰਦਾ ਜਾਂਦਾ ਭੂਤ ਬੰਗਲਾ ਬਣਦਾ ਜਾ ਰਿਹਾ ਉਹ ਐਡਾ ਵੱਡਾ ਕਾਲਜ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ ਜੇਕਰ ਇਹ ਕਾਲਜ ਚੱਲਦਾ ਤਾਂ ਸਾਡੇ ਬੱਚੇ ਬਾਹਰੋਂ ਜਾਣੋਂ ਘੱਟ ਸਕਦੇ ਆ ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ ਆ ਗਰਾਊਂਡ ਸੀ ਦੇਖੋ ਕਿਵੇਂ ਖੰਜੜ ਬਣ ਕੇ ਰਹਿ ਗਏ ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆ ਨਹੀਂ ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ ਬਾਬਾ ਹੀਰਾ ਸਿੰਘ ਭੱਠਲ ਟੈਕਨੀਕਲ ਕਾਲਜ ਦੀ ਆਹ ਤੁਹਾਨੂੰ ਬੱਸਾਂ ਦਿਖਾਉਂਦੇ ਹਾਂ ਬਾਈ ਬੱਸਾਂ 'ਤੇ ਕਿਵੇਂ ਧੂੜ ਜੰਮੀ ਪਈ ਆ ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ ਉਹ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਾਲਣ ਲੱਗ ਰਹੀਆਂ ਨੇ ਐਡੀਆਂ ਐਡੀਆਂ ਬਿਲਡਿੰਗਾਂ ਮੈਂ ਕਹਿੰਦਾ PGI ਤੋਂ ਵੱਡਾ ਇਹ PGI ਤੋਂ ਵੱਡਾ ਕਾਲਜ ਹੈ ਇਹ ਹਾਂ ਤੇ ਆਹ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ ਇਹ ਪੋਲੀਟੈਕਨਿਕ ਵਿੰਗ ਸੀਗਾ ਤੇ ਇਹਦੀ ਆਹ ਜਿਹੜੀ ਆਹ ਕੁੜੀਆਂ ਨੂੰ ਨਾ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਕਿਸੇ ਟਾਈਮ ਕਿਵੇਂ ਧੂੜ ਜੰਮੀ ਪਈ ਹੈ ਬਈ ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਹੁਣ ਅੰਦਰ ਦੇਖ ਲੈ ਵੀ ਤਾਂ ਬੋਲਦੇ ਨੇ ਪੁਲਿਸ ਇੱਥੇ ਪੁਲਿਸ ਮੁਲਾਜ਼ਮ ਅੰਦਰ ਗਏ ਬੈਠੇ ਨੇ ਮੈਨੂੰ ਇਹ ਨਹੀਂ ਸਮਝੇਗੀ
ਆ ਦੇਖੋ ਬਈ ਕਿਵੇਂ ਗਰਦ ਜੰਮੀ ਪਈ ਹੈ ਇਹਨਾਂ ਦੇ ਕਿਹੜੇ ਹਿਸਾਬ ਨਾਲ ਉਹ ਉਹ ਬੁੱਤ ਲੱਗਿਆ ਹੋਇਆ ਅੱਗੇ ਹਨਾ ਉਹ ਬਾਬਾ ਹੀਰਾ ਸਿੰਘ ਭੱਠਲ ਦਾ ਬੁੱਤ ਹੈ ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਭੱਠਲ ਰੱਖਣ ਕਰਕੇ ਇਹ ਕਾਲਜ ਬਲੀ ਬਲੀ ਜੜ ਗਿਆ ਸਰਕਾਰਾਂ ਦੀ ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ ਟੀਚਰ ਕੋਈ ਨੀ ਸੀ ਬੱਚਾ ਇੱਥੇ 700-800 ਹੈਗਾ ਸੀ ਪਰ ਉਦੋਂ ਬਾਅਦ ਬੱਚੇ ਵੀ ਆਣੋ ਹਟ ਗਏ ਇਹਨੂੰ ਮਤਲਬ ਕਾਲਜ ਨੂੰ ਸਾਹਮਣੇ ਦਿਖਾਓ ਬਾਬਾ ਹੀਰਾ ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ ਇਹਨੂੰ ਬਣਾਉਣ ਚ ਵੀ ਕਾਂਗਰਸ ਦਾ ਹੱਥ ਰਿਹਾ ਬਾਬਾ ਹੀਰਾ ਸਿੰਘ ਭੱਠਲ ਰਜਿੰਦਰ ਕੌਰ ਭੱਠਲ ਦੇ ਪਰਿਵਾਰ ਚ ਇਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 ਚ ਜਨਮ ਹੈ 1984 ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰਤਾ ਸੈਨਾਨੀ ਰਹੇ ਨੇ ਤੁਹਾਨੂੰ ਇਹ ਵੀ ਦੱਸਦਾ ਮੈਂ ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ ਜੇਲ੍ਹਾਂ ਵੀ ਕੱਟੀਆਂ ਨੇ ਇਹਨਾਂ ਨੇ ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਭੱਠਲ ਕਾਲਜ ਪਰ ਭੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ ਚ ਇਹ ਨਾ ਹੋਵੇ ਵੀ ਭੱਠਲ ਨੇ ਏਡਾ ਕਾਲਜ ਬਣਾਤਾ ਹੁਣ ਲਹਿਰੇ ਹਲਕੇ ਚ ਲੋਕ ਇਹ ਕਹਿੰਦੇ ਨੇ ਭੱਠਲ ਦੀ ਕੋਈ ਦੇਣ ਨਹੀਂ ਆ ਇੱਕ ਦੇਣ ਸੀ ਇਹ ਇਹ ਕੈਪਟਨ ਨੇ ਖਤਮ ਕਰਤੀ ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ ਇੱਧਰਲਾ ਇਲਾਕਾ ਲਾ ਲਓ ਆ ਸੁਨਾਮ ਤਹਿਸੀਲ ਮੂਨਕ ਤਹਿਸੀਲ ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ ਤੇ ਹੁਣ ਅੱਗੇ ਮੂਨਕ ਤਹਿਸੀਲ ਏਦੂ ਹੋਰ ਅੱਗੇ ਬਣ ਗਈ ਇਹ ਲਹਿਰੇ ਦਾ ਇਲਾਕਾ ਸੈਂਟਰ ਚ ਆ ਗਿਆ ਮੂਨਕ ਤੇ ਸੁਨਾਮ ਦੇ ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿੱਥੇ ਹਜ਼ਾਰਾਂ ਦੀ ਸੰਖਿਆ ਚ ਬੱਚੇ ਬਾਹਰ ਦੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ ਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਟੀਚਰ ਨਹੀਂ ਤਨਖਾਹਾਂ ਨਹੀਂ ਦਿੱਤੀਆਂ ਇੱਥੋਂ ਟੀਚਰ ਗੱਲ ਫਰਾਹੇ ਲੈ ਕੇ ਮਰਨ ਲੱਗੇ ਦੂਜਾ ਨੰਬਰ ਇੱਕ ਹੋਰ ਹੋ ਗਿਆ ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ ਕਿ ਜੇ ਬੰਦਾ ਇਹ ਪੂਰੀ ਪੂਰੀ ਮੰਨ ਲਓ ਉਹਨੇ ਐਮ ਟੈਕ ਕਰਨੀ ਹੈ ਐਮ ਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ ਅਗਲਾ ਕਹਿੰਦਾ 3 ਲੱਖ ਹੋਰ ਪਾਓ ਕੈਨੇਡਾ ਜਾਓ 18 ਲੱਖ ਰੁਪਏ ਚ ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨੀ ਨੌਕਰੀ ਮਿਲੂ ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮ ਟੈਕ ਕਰ ਲੈਂਦੇ ਨੇ 15-15 ਹਜ਼ਾਰ ਤੇ ਨੌਕਰੀ ਲੱਗ ਗਏ ਮੈਂ ਦੇਖੇ ਨੇ ਮੁੰਡੇ ਬਿਲਕੁਲ ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮ ਟੈਕ ਕਰਨ ਤੇ 3 ਲੱਖ ਹੋਰ ਪਾਓ 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ ਜੇ ਜਦੋਂ ਇਸ ਕਾਲਜ ਜਵਾਕ ਪੜ੍ਹ ਰਹੇ ਸੀਗੇ 2022 ਤੋਂ ਬੱਚਾ ਪੜ੍ਹ ਰਿਹਾ ਸੀ ਉਹ ਇਕਦਮ ਨਹੀਂ ਘਟੇ ਹਰ ਸਾਲ ਘਟਦੇ 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 ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ ਆਹ ਦੇਖੋ ਅਲੱਗ ਆਹ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ ਇਹ ਇੰਜੀਨੀਅਰ ਵਿੰਗ ਹੈ ਉਹ ਪੋਲੀਟੈਕਨੀਕਲ ਵਿੰਗ ਸੀਗਾ ਇਹ ਇੰਜੀਨੀਅਰਿੰਗ ਦਾ ਵਿੰਗ ਹੈ ਕਿੱਡੀਆਂ ਵੱਡੀਆਂ ਬਿਲਡਿੰਗਾਂ ਬਈ ਹਨਾ ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ ਚਿੜੀਆਂ ਰਹਿਣ ਲੱਗੀਆਂ ਘੁੱਗੀਆਂ ਨੇ ਆਲਣੇ ਪਾਲੇ ਯਾਰ ਇਹ ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ ਬਿਲਕੁਲ ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36 ਮਹੀਨੇ ਹੋ ਗਏ ਟੀਚਰ ਇੱਥੇ ਗੱਲ ਫਰਾਹੇ ਲੈ ਕੇ ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਈ ਨੌਜਵਾਨੀ ਬਾਹਰ ਜਾਈ ਜਾਂਦੀ ਹੈ ਨਾ ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ ਬਿਲਕੁਲ ਨੌਜਵਾਨੀ ਵੀ ਨਹੀਂ ਇੱਥੇ ਟਿਕ ਰਹੀ ਸਾਹਮਣੇ ਦੇਖੋ ਏਸੀ ਦੇਖ ਲਓ ਬਾਈ ਹਨਾ ਏਸੀ ਲੱਗੇ ਨੇ ਗੰਦਗੀ ਨਾਲ ਭਰਿਆ ਸਾਰਾ ਕੁਝ ਕਾਰਨ ਕੀ ਹੈ ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ ਬੱਚੇ ਬਾਹਰ ਨੂੰ ਭੱਜ ਰਹੇ ਨੇ ਉਹ ਕਿਉਂ ਭੱਜਣੇ ਸ਼ੁਰੂ ਹੋਏ ਇੱਥੇ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮ ਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮ ਟੈਕ ਕਰਦਾ ਨਾ ਉਦੋਂ ਤੱਕ 12-15 ਲੱਖ ਰੁਪਏ ਲਾ ਦਿੰਦਾ ਔਰ ਫਿਰ ਵੀ ਉਸ ਤੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ ਸਿਰਫ 15-18 ਹਜ਼ਾਰ ਤੇ 20 ਹਜ਼ਾਰ ਤੇ ਔਰ ਉਹ ਵੀ ਪਤਾ ਨਹੀਂ ਸਾਹਮਣੇ ਕੰਟੀਨ ਦੇਖ ਰਹੇ ਹੋ ਬਈ ਕਿਸੇ ਟਾਈਮ ਇੱਥੇ ਮੁੰਡੇ ਹਨ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ ਮੈਂ ਕਹਿੰਦਾ ਕੈਫੇਟੇਰੀਆ ਸੀ ਇਹ ਪੂਰਾ ਵਧੀਆ ਕੈਫੇਟੇਰੀਆ ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ ਪਿੱਪਲ ਉੱਗ ਚੁੱਕੇ ਨੇ ਬਈ ਯਾਰ ਅੱਜ ਜਿਵੇਂ ਆਪਾਂ ਕਹਿ ਦਈਏ ਨਾ ਹਾਲਾਤ ਕਿਤੇ ਕਤਲ ਹੋ ਜਾਂਦਾ ਸੀ ਨਾ ਜੇ ਕਿਸੇ ਪਰਿਵਾਰ 'ਚ ਕਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਇਦਾਂ ਦਾ ਹੁੰਦਾ ਸੀ ਅੱਜ ਜਿੱਦਾਂ ਨਾ ਇਸ ਘਰ ਦਾ ਹਾਲ ਇਸ ਵਿੱਦਿਆ ਦੇ ਮੰਦਿਰ ਦਾ ਹਾਲ ਹੋਇਆ ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ
ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ। ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ, ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ ਕਿ ਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ ਜਾਂ ਕੋਈ ਹੋਰ ਕਾਰਨ ਹੈ, ਸਪਸ਼ਟ ਕਰਨਾ ਚਾਹੀਦਾ। ਹੁਣ ਬਜਟ ਆਇਆ ਸੀਗਾ, ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ, ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ, ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ, ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ ਤੇ ਨਵੀਂ ਸਰਕਾਰ ਬਣੀ ਆ, ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ ਮਰ ਗਈਆਂ, ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾਤੀ ਵੀ ਉਹਨਾਂ ਦੀ, ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ। ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰ ਦੇ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾ ਤੋਂ ਹੋਈ ਸੀ। ਔਰ ਹੋਰ ਦੇਖੋ ਹੁਣ MP ਇਲੈਕਸ਼ਨ ਹੋ ਕੇ ਹਟੀ ਹੈ, ਪਹਿਲਾਂ ਲਹਿਰੇ ਤੋਂ ਵੋਟਾਂ ਘੱਟਦੀਆਂ ਹੁੰਦੀਆਂ ਸੀਗੀਆਂ, ਇੱਥੇ MLA ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ, ਔਰ ਹੁਣ MP ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ, 2,2500 ਵੋਟ ਵਧੀਆ ਸਿਮਰਜੀਤ ਸਿੰਘ ਵਧੀਆ ਵਧੀਆ ਬਿਲਕੁਲ। ਫਿਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ, ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਚ ਫਿਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ। ਅਪੀਲ ਹੀ ਕਰ ਸਕਦਾ, ਕਈ ਭਰਾ ਕਹਿ ਦਿੰਦੇ ਬਈ ਇਹ ਤਾਂ ਨੀ ਭਗਵੰਤ ਮਾਨ ਨੇ ਕਰਤਾ, ਬਈ ਭਗਵੰਤ ਮਾਨ ਨੇ ਨਹੀਂ ਕੀਤਾ ਮੰਨਦਿਆਂ, ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ ਹਨਾ, ਪੱਠਾ ਬਿਠਾਤਾ, ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਈ ਹੁਣ ਸੱਤਾ ਦੇ ਵਿੱਚ ਹੈ ਉਹ, ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ। ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਮਿਲੂਗੀ, ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ, ਹੁਣ ਕੈਪਟਨ ਨੂੰ ਕੌਣ ਕਹੂਗਾ, ਰੀੜ ਦੀ ਹੱਡੀ ਤੜਾਈ ਬੈਠਾ ਹੋ ਉਹਨੂੰ ਕੌਣ ਕਹੂ ਜਾ ਕੇ। ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ, ਕਿ ਜੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ, ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 ਏਕੜ ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਗਾਗਾ ਦਾ, ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ, ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ, ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ, ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰਿੰਗ ਕਰਕੇ, ਆਹ ਭੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ ਉੱਥੇ ਮਕੈਨਿਕ ਲੱਗੇ ਹੋਏ ਨੇ, 50-50, 45-45 ਹਜ਼ਾਰ ਤਨਖਾਹ ਲੈਂਦੇ ਨੇ, ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ ਤੇ ਲੱਗ ਗਏ, ਪਰ ਹੁਣ ਕਾਰਨ ਕੀ ਹੈ, ਹੁਣ ਜਾਂ ਤਾਂ ਪ੍ਰਾਈਵੇਟ ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ, ਰਿੰਕ 'ਚ ਜਾਣਗੇ, ਗੋਬਿੰਦਗੜ੍ਹ ਜਾਣਗੇ, ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਤਾਂ ਉੱਥੇ 25-30 ਲੱਖ ਤੋਂ ਘੱਟ ਨਹੀਂ ਹੁੰਦੀ MTech, ਜਦੋਂ ਤੱਕ ਬੱਚਾ 12ਵੀਂ ਤੋਂ ਬਾਅਦ MTech ਕਰੂਗਾ, ਇਸ ਕਰਕੇ ਅਗਲਾ ਸੋਚਦਾ ਯਾਰ 18 ਲੱਖ ਲਾ ਕੇ ਕੈਨੇਡਾ ਜਾਂਦੇ ਹਾਂ, ਇੱਥੇ ਫੇਰ ਨਹੀਂ ਰੋਜ਼ੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ, ਕਿਸੇ ਟਾਈਮ ਬਈ ਇੱਥੇ ਖਾੜੇ ਲੱਗਦੇ ਹੋਣੇ ਆ ਸਟੇਜ ਤੇ, ਹਨਾ ਆ ਸਟੇਜ ਤੇ ਜੀ, ਆ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਣੇ, ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡ, ਤੁਸੀਂ ਮੰਨ ਕੇ ਚੱਲੋ ਵੀ ਜਿੱਥੇ 2,000-2,500 ਅੱਜ ਤੁਹਾਨੂੰ ਆਹ ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ, ਪਰ ਅੱਜ ਟੈਂਟਾਂ ਨੇ ਆਪਣੀਆਂ ਚਾਦਰਾਂ ਪਾ ਲਈਆਂ, ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਅਤੇ ਇਹਨਾਂ ਕਾਲਜਾਂ ਦੇ, ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ, ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਇਹ ਕਾਲਜਾਂ ਨਾਲ ਬਲੀ ਚਾੜਤਾ, ਅਤੇ ਅੱਜ ਆਹ ਦੇਖ ਸਕਦੇ ਤੁਸੀਂ ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ, ਵਾਲੀਬਾਲ ਖੇਡਣਾ ਸੀ, ਕ੍ਰਿਕਟ ਖੇਡਣਾ ਸੀ, ਹੈ ਨਾ, ਹਾਕੀ ਖੇਡਣਾ ਸੀ, ਸਰ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ, ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ, GNE ਦੇਖੋ ਬਹੁਤ ਵਧੀਆ ਕਾਲਜ ਹੈ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, GNE ਤੋਂ ਬਾਅਦ ਦੂਜੇ ਨੰਬਰ 'ਤੇ ਇਹ ਕਾਲਜ ਸੀ, ਕਿਉਂਕਿ 20-25 ਏਕੜ 'ਚ ਫੈਲਿਆ ਹੋਇਆ, ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ, ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ, ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ, 5 ਮੈਸਾਂ ਸੀ, 5 ਜਗ੍ਹਾ ਖਾਣਾ ਬਣਦਾ ਸੀ, ਬੱਚਿਆਂ ਨੂੰ ਅੰਦਰ ਹੋਸਟਲ 'ਚ ਨਾ ਉਹ ਮਤਲਬ ਕਮਰਾ ਨਹੀਂ ਮਿਲਦਾ ਸੀ, ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ, ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 PG ਚੱਲਦਾ ਸੀ, ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ, ਆਹ ਕਾਲਜ ਤਾਂ ਖਤਮ ਹੋਇਆ ਹੋਇਆ, ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ, ਬਿਲਕੁਲ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ, ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ, ਆਹ ਬਾਹਰੇ ਕਿਉਂਕਿ ਇੱਥੋਂ ਇੱਥੇ ਕੀ ਹੁੰਦਾ ਬਈ ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ, ਬਿਹਾਰ ਮਹਾਰਾਸ਼ਟਰ, ਹੈ ਨਾ, ਇੱਥੇ ਮੁੰਡੇ ਹੁੰਦੇ ਸੀ ਅਤੇ ਖਾਂਦੇ ਪੀਂਦੇ ਸੀ, ਖੜ੍ਹਦੇ ਸੀ, ਹੈ ਨਾ, ਅਤੇ ਪਰ ਅੱਜ ਬਾਈ ਵਿਹਲਾ ਪਿਆ ਅਤੇ ਆ ਕੱਖ ਹੋ ਗਏ, ਮੈਂ ਕਹਿੰਦਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ, ਨਹੀਂ ਚਲਾ ਸਕਦੀ, ਬਜਟ ਨਹੀਂ ਤੁਹਾਡੇ ਕੋਲ ਪੈਸੇ, ਪਰ ਆਹ ਦਰੱਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਉ, ਇਹਨਾਂ ਤੋਂ ਕੀ ਬੁਰਾ ਹੋ ਗਿਆ, ਆਹ ਸੁੱਕਣੇ ਸ਼ੁਰੂ ਹੋ ਗਏ, ਵੱਢਣ ਲੋਕ ਆਉਂਦੇ ਨੇ ਯਾਰ ਰਾਤ ਨੂੰ, ਇੱਥੇ ਕੋਈ ਰੱਖ ਹੀ ਨਹੀਂ, ਆਹ ਦੇਖੋ ਆਹ ਸਾਰੇ ਵੱਢੇ ਹੋਏ ਨੇ, ਇਹਨਾਂ ਵੱਢ ਕੇ ਲੈ ਗਿਆ, ਕੋਈ ਵੱਢ ਕੇ ਲੈ ਗਿਆ, ਬਾਅਦ 'ਚ ਫੁੱਟੇ ਹੋਏ ਨੇ, ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ, ਆਹ ਬਸ ਇਹ ਦੁਬਾਰਾ ਉੱਗੇ ਹੋਏ ਨੇ, ਹੋਰ ਕੋਈ ਇੱਦਾਂ ਨਹੀਂ ਹੈਗਾ,
ਇੱਕ ਹੋਰ ਤੁਹਾਨੂੰ ਦੱਸਦਾ ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ ਮੈਂ ਹੈਰਾਨ ਆ ਯਾਰ 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨਹੀਂ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ ਹਾਂ ਦੇਖ ਲਓ ਉਹਨਾਂ ਦੀ ਰੋਜੀ ਰੋਟੀ ਠੱਪ ਹੋ ਗਈ ਉਹਨਾਂ ਦੇ ਬੱਚੇ ਭੁੱਖੇ ਮਰਨਗੇ ਉਹਨਾਂ ਦੀ ਕੋਈ ਨਹੀਂ ਜਾਤ ਪੁੱਛ ਰਿਹਾ ਜਦੋਂ ਉਹਨਾਂ ਦੀ ਗੱਲਬਾਤ ਕਰਦੇ ਆ ਆਪਾਂ ਚੱਲ ਕੇ ਇੱਕ ਕਲਰਕ ਜਦੋਂ ਖੁਦ ਮਤਲਬ ਇੱਥੇ ਸੁਸਾਇਡ ਕਰ ਜੇ ਤਨਖਾਹ ਨਾ ਮਿਲਣ ਕਰਕੇ 36 ਮਹੀਨੇ ਹੋ ਗਏ ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫਿਰ ਵੀ ਕੰਨ ਤੇ ਉਹ ਜੂਨਿਸ਼ ਸਰਕਦੀ ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ ਪਰ ਹੁਣ ਲੱਗਦਾ ਵੀ ਜੇ ਉਮੀਦ ਹੈ ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ ਇਹ ਸਿੱਖਿਆ ਦਾ ਆਧਾਰ ਹੈ ਇੱਧਰ ਜੇ ਧਿਆਨ ਦਿੱਤਾ ਜਾਵੇ ਨਾ ਜੇ ਹੋਰ ਕੁਛ ਨਹੀਂ ਤਾਂ 20-25 ਕਿੱਲਿਆਂ 'ਚ ਫੈਲਿਆ ਹੋਇਆ ਇੱਥੇ ਕੋਈ ਹਸਪਤਾਲ ਹੀ ਖੋਲ ਦੋ PGI ਵਰਗਾ ਹਾਂ ਹਸਪਤਾਲ ਖੋਲ ਸਕਦਾ ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ ਅਸੀਂ ਸਾਂਭ ਸਕਦੇ ਅਸੀਂ ਨਹੀਂ ਟੀਚਰ ਦੇ ਸਕਦੇ ਡਾਕਟਰ ਤਾਂ ਦੇ ਦੋਗੇ PGI ਤੋਂ ਵੱਡੀ ਜਗ੍ਹਾ ਪਈ ਇਹੀ ਬਿਲਡਿੰਗ ਕੰਮ ਆ ਜਾਓ ਇਹਨੂੰ ਸਵਾਰ ਕੇ ਨਾ ਸਾਰੀ ਬਿਲਡਿੰਗ ਕੰਮ ਆ ਸਕਦੀ ਹੈ ਨਹੀਂ ਇਹ ਪਤਾ ਕੀ ਖੰਡਰ ਬਣ ਜੂਗੀ ਇੱਥੇ ਨਸ਼ੇ ਕਰਨਗੇ ਮੰਡੀਰ ਆ ਕੇ ਔਰ ਫਿਰ ਕੀ ਹੁੰਦਾ ਜੀ ਫਿਰ ਇੱਥੇ ਕੱਲ ਨੂੰ ਕੋਈ ਏਦਾਂ ਦੀ ਘਟਨਾ ਵੀ ਵਾਪਰ ਸਕਦੇ ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ ਕਿਹਨੂੰ ਪਤਾ ਲੱਗੂਗਾ ਕਿਸੇ ਨੂੰ ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ ਕੁਛ ਵੀ ਹੋ ਸਕਦਾ ਇੱਥੇ ਯਾਰ ਗੋਲੀਆਂ ਪਈਆਂ ਨੇ ਮੈਂ ਕਹਿੰਦਾ ਇੰਨੇ ਏਡੇ AC ਲੱਗੇ ਪਏ ਨੇ ਐਡੀਆਂ ਬਿਲਡਿੰਗਾਂ ਨੇ ਸਾਹਮਣੇ ਐਡੀਆਂ ਬੱਸਾਂ ਖੜੀਆਂ ਨੇ ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ ਪ੍ਰਾਈਵੇਟ ਬੱਸਾਂ ਖੜਾਉਂਦੇ ਨੇ ਇੱਥੇ ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਕਬਜ਼ਾ ਹੀ ਹੋ ਜੇ ਕਿਸੇ ਕਬਜ਼ਾ ਹੀ ਹੋ ਜਾਊਗਾ ਬਿਲਕੁਲ 25 ਕਿੱਲਿਆਂ ਦੀ ਜਗ੍ਹਾ ਇਹ ਪਰ ਜੇ ਸਰਕਾਰ ਚਾਹਵੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਸੀ ਮੇਰੇ ਅੱਖੀ ਦੇਖੀ ਗੱਲ ਹੈ ਅੱਜ ਤੋਂ 6-7 ਸਾਲ 7-8 ਸਾਲ ਦੀ ਗੱਲ ਹੈ ਕੰਪਨੀਆਂ ਆਉਂਦੀਆਂ ਇੱਥੋਂ ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਆ ਉਹਨਾਂ ਦਾ ਟਾਈਮ ਹੁੰਦਾ ਕੰਪਨੀਆਂ ਬਾਹਰੋਂ ਆਉਂਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ ਔਰ ਉਹਨਾਂ ਨੂੰ ਸਾਲ ਦਾ ਕਿਸੇ ਨੂੰ 8 ਲੱਖ ਦਾ ਕਿਸੇ ਨੂੰ 10 ਲੱਖ ਦਾ ਕਿਸੇ ਨੂੰ ਸਾਲ ਦਾ 12 ਲੱਖ ਦਾ ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ ਵੀ ਤੁਸੀਂ M.Tech ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ ਆਨਸਰ ਨੌਕਰੀ ਲਓ ਬਿਲਕੁਲ ਆਹ ਹਾਲ ਸੀ ਇਹ ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ ਬਾਬਾ ਹੀਰਾ ਸਿੰਘ ਪੱਠਲ ਕਾਲਜ ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ ਅਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆ ਨੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ ਕੀ ਕਾਰਨ ਹੈ ਮੇਨ ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ ਅਸੀਂ ਖੜ੍ਹੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਪੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋ ਗਈ ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ ਇਹਨਾਂ ਕਾਲਜਾਂ ਨੂੰ ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਏ ਹਾਂ ਕਾਲਜ ਦੇ ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ ਤੇ ਕੱਲੇ ਪੰਜਾਬ ਦੇ ਨਹੀਂ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ ਹਰਿਆਣਾ ਹਿਮਾਚਲ ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ ਜਿਵੇਂ GNE ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਹੈ ਜਿਹੜਾ ਲੁਧਿਆਣੇ ਵਾਲਾ GNE ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ ਬਾਬਾ ਹੀਰਾ ਸਿੰਘ ਪੱਠਲ ਬੀਬੀ ਰਜਿੰਦਰ ਕੌਰ ਪੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ ਇਹਨੇ ਪੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਪੱਠਲ ਜੇ ਕਾਲਜ ਚੱਲਦਾ ਤਾਂ ਪੱਠਲ ਪਰਿਵਾਰ ਦਾ ਨਾਮ ਚੱਲਦਾ ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ ਅੱਛਾ
ਬਾਈ ਜੀ ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ ਇਸੇ ਟੈਕਨੀਕਲ ਕਾਲਜ ਚ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ ਥੱਲੇ ਉਹਨੂੰ ਨੀ ਸਾਰੇ ਸਟਾਫ ਨੂੰ ਬੰਦਾ ਗਲ ਚ ਫਰਾਹਾ ਗਲ ਫਰਾਹਾ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਇਡ ਕਰ ਗਿਆ ਸੀ ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ ਜਿੱਥੇ ਇੱਥੇ ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ ਕੁੜੀਆਂ ਇੱਥੇ ਪੜ੍ਹਦੀਆਂ ਸੀ ਖੇਡਦੀਆਂ ਸੀ ਸਾਹਮਣੇ ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ ਉਹ ਏਸੀ ਲੱਗਿਆ ਜਿੱਥੇ ਉਹ ਦਿਖਾਓ ਸਾਰਿਆਂ ਨੂੰ ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ ਮਤਲਬ ਜਿਹੜੇ ਇੱਥੇ ਪੜ੍ਹਾਉਣ ਵਾਲਾ ਸਟਾਫ ਸੀ ਨਾ ਉਹਨਾਂ ਵਾਸਤੇ ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ ਪਰ ਅੱਜ ਕੀ ਬਣ ਗਿਆ ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ ਟੀਚਰਾਂ ਦਾ ਬੁਰਾ ਹਾਲ ਹੋ ਗਿਆ ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਤੇ ਬੈਠੇ ਨੇ ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ ਇੱਕ ਬਾਈ ਦਵਿੰਦਰਪਾਲ ਹੁੰਦਾ ਸੀ ਕਲਰਕ ਉਹ ਸੁਸਾਇਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ ਬੜਾ ਰੌਲਾ ਚੱਲਿਆ ਇਸ ਕਾਲਜ ਦਾ ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ ਖਿੜਕੀਆਂ ਖੜਕਦੀਆਂ ਨੇ ਯਾਰ ਹਨਾ ਖੜਕਦੇ ਨੇ ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ ਐ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕਰੀਆਂ ਨੇ ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਬਾਹਰ ਨਾ ਜਾਵੇ ਉਹ ਛੱਕੂ ਉਹ ਪੜ੍ਹਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ ਪੈਦਾ ਤਾਂ ਇਹਨਾਂ ਕਾਲਜਾਂ 'ਚ ਹੋਣਾ ਪੜ੍ਹਿਆ ਲਿਖਿਆ ਵਰਗ ਤੇ ਤੁਸੀਂ ਕਾਲਜ ਐਡੇ ਐਡੇ ਕਾਲਜ ਸਰਕਾਰੀ ਕਾਲਜ ਇਹ 20 ਏਕੜ ਦੇ ਵਿੱਚ ਬਣਿਆ ਹੋਇਆ ਕਾਲਜ ਹੈ 20 ਏਕੜ ਦੇ ਵਿੱਚ ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ GNE ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ ਇਹ ਲਹਿਰੇ ਗਾਗੇ ਦਾ ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ਤੇ ਬਣਾਇਆ ਸੀ ਪਰ ਕਾਂਗਰਸ ਸਰਕਾਰ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਦੇ ਕਰਦੇ ਇਹ ਹੀਰਾ ਸਿੰਘ ਭੱਠਲ ਕਾਲਜ ਨੂੰ ਹੀ ਖਤਮ ਕਰਤਾ ਕਾਲਜ ਹੀ ਖਤਮ ਕਰਤਾ ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਟੀਚਰ ਭੱਜ ਗਏ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ ਮਹਾਰਾਸ਼ਟਰ ਤੋਂ ਬੱਚੇ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ ਅੰਦਰ 5-5 ਮੈਸਾਂ ਚੱਲਦੀਆਂ ਸੀ 5 ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ ਹਾਂ ਉਹ ਨਹੀਂ ਪੂਰਾ ਹੁੰਦਾ ਸੀ ਬੱਚੇ ਬਾਹਰ ਨਾ PG ਲੈ ਕੇ ਰਹਿੰਦੇ ਸੀਗੇ ਤੇ ਹੁਣ ਇੱਥੇ ਕੀ ਹੈ ਨਵਾਂ ਦਾਖਲੇ ਬੰਦ ਨੇ ਕੋਈ ਬੱਚਾ ਨਵਾਂ ਨਹੀਂ ਆ ਰਿਹਾ ਇੱਥੇ ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ ਹਨਾ ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਕਿ ਐਡਮਿਸ਼ਨ ਨਹੀਂ ਮਿਲਦੀ ਸੀ ਐਡਮਿਸ਼ਨ ਲੈਣੀ ਔਖੀ ਸੀ ਇੱਥੇ ਦਾਖਲਾ ਲੈਣਾ ਔਖਾ ਸੀ ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਈਏ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ ਜੋ ਪਹਿਲਾਂ ਪੇਪਰ ਦੇਣਾ ਪੈਂਦਾ ਫੇਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ 'ਚ ਨੰਬਰ ਆ ਜਾਂਦਾ ਨਾ ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀਓ ਮਿਲੀ ਲਓ ਮੈਂ ਵੱਡਾ ਇੰਜੀਨੀਅਰ ਬਣ ਗਿਆ ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ ਉਹ ਲਿਖਿਆ ਹੋਇਆ ਦੇਖੋ ਇਹ ਸਟਾਫ ਕਲੋਨੀ ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ ਜਿਹੜਾ ਸਰਕਾਰੀ ਟੀਚਰ ਸੀਗੇ ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ ਇੱਥੇ AC ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ ਸੁਸਾਇਡ ਕਰਕੇ ਮਰਨ ਲੱਗੇ ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਇਡ ਕੀਤਾ ਸੀਗਾ ਬਿਲਕੁਲ ਉਹ ਦਫ਼ਤਰ 'ਚ ਕੀਤਾ ਸੀ ਉਹ ਉੱਥੇ ਸੁਸਾਇਡ ਕੀਤਾ ਸੀਗਾ ਮੁੰਡੇ ਨੇ ਤਨਖਾਹ ਉਹਨੂੰ ਮਿਲੀ ਨਹੀਂ ਆਹ ਹੁਣ ਕਬਜ਼ਾ ਦੇਖ ਲਓ ਕਿਹੜਾ ਹੋ ਗਿਆ ਆ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ ਇਹ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ ਤੁਸੀਂ ਬਾਈ ਆਹ ਪੌਦੇ ਸੁੱਕੀ ਜਾਂਦੇ ਆ ਹਨਾ ਦਰਖਤ ਸੁੱਕੀ ਜਾਂਦੇ ਆ ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖਦੇ ਨਾ ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ ਅਕਾਲੀਆਂ ਦੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ ਹੁਣ ਆਪਾਂ ਬੇਨਤੀ ਕਰਦੇ ਹਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਸਰਕਾਰ 2 ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ ਐਜੂਕੇਸ਼ਨ ਤੇ ਮੈਡੀਕਲ ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਰ ਹੈ ਮਾਲਵੇ ਦਾ ਜੇ ਆਪਾਂ ਕਹੀਏ ਤਾਂ ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ ਜਿਹੜਾ ਜਿਹੜਾ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ 2000 2500 ਬੱਚਾ
ਇੱਥੋਂ ਇੰਜੀਨੀਅਰ ਕਰਕੇ ਨਿਕਲਦਾ ਸੀ ਤੇ ਆ ਹੁਣ ਇੱਥੇ ਦਾਖਲੇ ਬੰਦ ਨੇ ਸੁਣ ਸਰੈ ਪਈ ਆ ਬਈਏ ਬਿਲਕੁਲ ਹੀ ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ ਪੀਣ ਨਹੀਂ ਤਨਖਾਹ ਹੀ ਨਹੀਂ ਦਿੰਦੇ ਤਨਖਾਹ ਦਿੱਤੀ ਨਹੀਂ ਕਿਸੇ ਨੂੰ ਲੋਕ ਇਹ ਸਮਝ ਲਓ ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਈਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ ਕਿਉਂ 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾ ਮਾਰਨ ਲੱਗ ਜਾਂਦਾ ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ ਆਹ ਦੇਖ ਸਕਦੇ ਹੋ ਬਈ ਹਾਲਾਤ ਹਨਾ ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ ਆਹ ਸਾਰਾ ਗਰਾਊਂਡ ਖਾਲੀ ਹੈ ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ ਤੇ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ ਆਹ ਪਾਰਕਿੰਗ ਏਰੀਆ ਉਹ ਦੇਖੋ ਪਿੱਛੇ ਦੇਖੋ ਆਹ ਦੇਖੋ ਕੀ ਬਣਿਆ ਪਿਆ ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ ਇੱਥੋਂ ਨੀ ਨਾ ਕੋਈ ਦੇਖੋ ਮੁੰਡੇ ਟੱਪਦੇ ਬਾਈ ਜਿਹੜੇ ਨਸ਼ੇ ਪੱਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਲੈ ਥੋੜੇ ਉੱਪਰ ਕਰਕੇ ਦਿਖਾ ਦੋ ਖਾਲੀ ਪਿਆ ਏਡਾ ਵੱਡਾ ਕਾਲਜ ਆਹ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਨਾਲ ਇੱਕ ਗੱਲ ਹੋਰ ਬਾਈ ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ ਉਹਦਾ ਹਲਕਾ ਵੀ ਹੈ ਪਹਿਲੀ ਵਾਰੀ ਹਾਂ ਜਦੋਂ ਪੀਪੀ 'ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲੇ ਆਪਣੇ ਮਨਪ੍ਰੀਤ ਬਾਦਲ ਨਾਲ ਪਹਿਲੀ ਚੋਣ ਵਿਧਾਇਕੀ ਦਾ ਪੈਰ ਪਹਿਲਾ ਜਿਵੇਂ ਆਪਾਂ ਕਹਿ ਦਿੰਦੇ ਨਾ ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ ਤੇ ਭਗਵੰਤ ਮਾਨ ਨੂੰ ਚਾਹੀਦਾ ਕਿ ਆਹ ਜਿਹੜਾ ਮਤਲਬ ਬਰਾਨ ਹੁੰਦਾ ਜਾਂਦਾ ਭੂਤ ਬੰਗਲਾ ਬਣਦਾ ਜਾ ਰਿਹਾ ਉਹ ਐਡਾ ਵੱਡਾ ਕਾਲਜ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ ਜੇਕਰ ਇਹ ਕਾਲਜ ਚੱਲਦਾ ਤਾਂ ਸਾਡੇ ਬੱਚੇ ਬਾਹਰੋਂ ਜਾਣੋਂ ਘੱਟ ਸਕਦੇ ਆ ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ ਆ ਗਰਾਊਂਡ ਸੀ ਦੇਖੋ ਕਿਵੇਂ ਖੰਜਰ ਬਣ ਕੇ ਰਹਿ ਗਏ ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆ ਨਹੀਂ ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ ਬਾਬਾ ਹੀਰਾ ਸਿੰਘ ਭੱਠਲਿਆਂ ਟੈਕਨੀਕਲ ਕਾਲਜ ਦੀ ਆਹ ਤੁਹਾਨੂੰ ਬੱਸਾਂ ਦਿਖਾਉਂਦੇ ਹਾਂ ਬਾਈ ਬੱਸਾਂ 'ਤੇ ਕਿਵੇਂ ਧੂੜ ਜੰਮੀ ਪਈ ਆ ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ ਓਏ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਾਲਣ ਲੱਗ ਰਹੀਆਂ ਨੇ ਐਡੀ ਐਡੀਆਂ ਬਿਲਡਿੰਗਾਂ ਮੈਂ ਕਹਿੰਦਾ PGI ਤੋਂ ਵੱਡਾ ਇਹ PGI ਤੋਂ ਵੱਡਾ ਕਾਲਜ ਹੈ ਇਹ ਹਾਂ ਤੇ ਆਹ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ ਇਹ ਪੋਲੀਟੈਕਨਿਕ ਵਿੰਗ ਸੀਗਾ ਤੇ ਇਹਦੀ ਆਹ ਜਿਹੜੀ ਆਹ ਕੁੜੀਆਂ ਨੂੰ ਨਾ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਕਿਸੇ ਟਾਈਮ ਕਿਵੇਂ ਧੂੜ ਜੰਮੀ ਪਈ ਹੈ ਬਾਈ ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਹੁਣ ਅੰਦਰ ਦੇਖ ਲੈ ਵੀ ਤਾਂ ਬੋਲਦੇ ਨੇ ਪੁਲਿਸ ਇੱਥੇ ਪੁਲਿਸ ਮੁਲਾਜ਼ਮ ਅੰਦਰ ਗਏ ਬੈਠੇ ਨੇ ਮੈਨੂੰ ਇਹ ਨਹੀਂ ਸਮਝੇਗੀ ਆਹ ਦੇਖੋ ਬਾਈ ਕਿਵੇਂ ਗਰਦ ਜੰਮੀ ਪਈ ਹੈ ਇਹਨਾਂ ਦੇ ਕਿਹੜੇ ਹਿਸਾਬ ਨਾਲ ਉਹ ਬੁੱਤ ਲੱਗਿਆ ਹੋਇਆ ਅੱਗੇ ਹਨਾ ਉਹ ਬਾਬਾ ਹੀਰਾ ਸਿੰਘ ਭੱਠਲ ਦਾ ਬੁੱਤ ਹੈ ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਭੱਠਲ ਰੱਖਣ ਕਰਕੇ ਇਹ ਕਾਲਜ ਬਲੀ ਬਲੀ ਜੜ ਗਿਆ ਸਰਕਾਰਾਂ ਦੀ ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ ਟੀਚਰ ਕੋਈ ਨਹੀਂ ਸੀ ਬੱਚਾ ਇੱਥੇ 700-800 ਹੈਗਾ ਸੀ ਪਰ ਉਦੋਂ ਬਾਅਦ ਬੱਚੇ ਵੀ ਆਉਣ ਵਾਲੇ ਗਏ ਇਹਨੂੰ ਮਤਲਬ ਕਾਲਜ ਨੂੰ ਸਾਹਮਣੇ ਦਿਖਾਓ ਬਾਬਾ ਹੀਰਾ ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ ਇਹਨੂੰ ਬਣਾਉਣ 'ਚ ਵੀ ਕਾਂਗਰਸ ਦਾ ਹੱਥ ਰਿਹਾ ਬਾਬਾ ਹੀਰਾ ਸਿੰਘ ਭੱਠਲ ਰਜਿੰਦਰ ਕੌਰ ਭੱਠਲ ਦੇ ਪਰਿਵਾਰ 'ਚ ਇਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 ਜਨਮ ਹੈ 1984 'ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰ ਦਾ ਸੈਨਾਨੀ ਰਹੇ ਨੇ ਤੁਹਾਨੂੰ ਇਹ ਵੀ ਦੱਸਦਾ ਮੈਂ ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ ਜੇਲ੍ਹਾਂ ਵੀ ਕੱਟੀਆਂ ਨੇ ਇਹਨਾਂ ਨੇ ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਭੱਠਲ ਕਾਲਜ ਪਰ ਭੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ 'ਚ ਇਹ ਨਾ ਹੋਵੇ ਵੀ ਭੱਠਲ ਨੇ ਐਡਾ ਕਾਲਜ ਬਣਾਤਾ ਹੁਣ ਲਹਿਰੇ ਹਲਕੇ 'ਚ ਲੋਕ ਇਹ ਕਹਿ ਦਿੰਦੇ ਨੇ ਭੱਠਲ ਦੀ ਕੋਈ ਦੇਣ ਨਹੀਂ ਆ ਇੱਕ ਦੇਣ ਸੀ ਇਹ ਕੈਪਟਨ ਨੇ ਖਤਮ ਕਰਤੀ ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ ਇੱਧਰਲਾ ਇਲਾਕਾ ਲਾ ਲਓ ਆਹ ਸੁਨਾਮ ਤਹਿਸੀਲ ਮੂਨਕ ਤਹਿਸੀਲ ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ ਤੇ ਹੁਣ ਅੱਗੇ ਉਹ ਮੂਨਕ ਤਹਿਸੀਲ ਐਦੂ ਹੋਰ ਅੱਗੇ ਬਣ ਗਈ ਇਹ ਲਹਿਰੇ ਦਾ ਇਲਾਕਾ ਸੈਂਟਰ 'ਚ ਆ ਗਿਆ ਮੂਨਕ ਅਤੇ ਸੁਨਾਮ ਦੇ ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿੱਥੇ ਹਜ਼ਾਰਾਂ ਦੀ ਸੰਖਿਆ 'ਚ ਬੱਚੇ ਬਾਹਰ ਦੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ ਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ ਕਿਉਂ ਨਹੀਂ ਲੈ ਰਹੇ ਟੀਚਰ ਨਹੀਂ ਤਨਖਾਹਾਂ ਨਹੀਂ ਦਿੱਤੀਆਂ ਇੱਥੋਂ ਟੀਚਰ ਗੱਲ ਫਰਾਹੇ ਲੈ ਕੇ ਮਰਨ ਲੱਗੇ ਦੂਜਾ ਨੰਬਰ ਇੱਕ ਹੋਰ ਹੋ ਗਿਆ ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ
ਕਿ ਜੇ ਬੰਦਾ ਇਹ ਪੂਰੀ ਪੂਰੀ ਮੰਨ ਲਓ ਉਹਨੇ ਐਮਟੈਕ ਕਰਨੀ ਹੈ, ਐਮਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ। ਅਗਲਾ ਕਹਿੰਦਾ 3 ਲੱਖ ਹੋਰ ਪਾਓ, ਕੈਨੇਡਾ ਜਾਓ 18 ਲੱਖ ਰੁਪਏ ਚ, ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨੀ ਨੌਕਰੀ ਮਿਲੂ। ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮਟੈਕ ਕਰ ਲੈਂਦੇ ਨੇ, 15-15 ਹਜ਼ਾਰ ਤੇ ਨੌਕਰੀ ਲੱਗ ਗਏ, ਮੈਂ ਦੇਖੇ ਨੇ ਮੁੰਡੇ। ਬਿਲਕੁਲ। ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮਟੈਕ ਕਰਨ ਤੇ, 3 ਲੱਖ ਹੋਰ ਪਾਓ, 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ। ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ। ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ? ਜੇ ਜਦੋਂ ਇਸ ਕਾਲਜ ਚ ਜਵਾਕ ਪੜ੍ਹ ਰਹੇ ਸੀਗੇ, 2022 ਤੋਂ ਬੱਚਾ ਪੜ੍ਹ ਰਿਹਾ ਸੀਗਾ, ਉਹ ਇਕਦਮ ਨੀ ਘਟੇ, ਹਰ ਸਾਲ ਘਟਦੇ 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 ਘਟਦੇ, ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ। ਆਹ ਦੇਖੋ ਅਲੱਗ ਗੱਲ ਹੈ, ਆਹ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ, ਇਹ ਇੰਜੀਨੀਅਰ ਵਿੰਗ ਹੈ, ਉਹ ਪੋਲੀਟੈਕਨੀਕਲ ਵਿੰਗ ਸੀਗਾ, ਇਹ ਇੰਜੀਨੀਅਰਿੰਗ ਦਾ ਵਿੰਗ ਹੈ। ਕਿੱਡੀਆਂ ਵੱਡੀਆਂ ਬਿਲਡਿੰਗਾਂ ਬਈ ਹਨਾ, ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ, ਚਿੜੀਆਂ ਰਹਿਣ ਲੱਗੀਆਂ, ਘੁੱਗੀਆਂ ਨੇ ਆਲਣੇ ਪਾਲੇ ਯਾਰ, ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ। ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ, ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ, ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ, ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ। ਬਿਲਕੁਲ। ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36-36 ਮਹੀਨੇ ਹੋ ਗਏ, ਟੀਚਰ ਇੱਥੇ ਗੱਲ ਫਰਾਹੇ ਲੈ ਕੇ। ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਾਈ, ਨੌਜਵਾਨੀ ਬਾਹਰ ਜਾਈ ਜਾਂਦੀ ਹੈ ਹਨਾ, ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ। ਬਿਲਕੁਲ। ਨੌਜਵਾਨੀ ਵੀ ਨੀ ਇੱਥੇ ਟਿਕ ਰਹੀ, ਸਾਹਮਣੇ ਦੇਖੋ ਏਸੀ ਦੇਖ ਲਓ ਬਾਈ ਹਨਾ, ਏਸੀ ਲੱਗੇ ਨੇ, ਗੰਦਗੀ ਨਾਲ ਭਰਿਆ ਸਾਰਾ ਕੁਝ, ਕਾਰਨ ਕੀ ਹੈ? ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਬੱਚੇ ਬਾਹਰ ਨੂੰ ਭੱਜ ਰਹੇ ਨੇ, ਉਹ ਕਿਉਂ ਭੱਜਣੇ ਸ਼ੁਰੂ ਹੋਏ? ਇੱਥੇ ਪੜ੍ਹਾਈ ਮਹਿੰਗੀ ਹੋ ਗਈ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮਟੈਕ ਕਰਦਾ ਨਾ ਉਦੋਂ ਤੱਕ 12-15 ਲੱਖ ਰੁਪਇਆ ਲਾ ਦਿੰਦਾ, ਔਰ ਫਿਰ ਵੀ ਉਸ ਤੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ, ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ, ਸਿਰਫ 15-18 ਹਜ਼ਾਰ ਦੇ 20 ਹਜ਼ਾਰ ਦੇ, ਔਰ ਉਹ ਵੀ ਪਤਾ ਨਹੀਂ। ਸਾਹਮਣੇ ਕੰਟੀਨ ਦੇਖ ਰਹੇ ਹੋ ਬਾਈ, ਕਿਸੇ ਟਾਈਮ ਇੱਥੇ ਮੁੰਡੇ ਹਨਾ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ। ਮੈਂ ਕਹਿੰਦਾ ਕੈਫਟੀਰੀਆ ਸੀ ਇਹ, ਪੂਰਾ ਵਧੀਆ ਕੈਫਟੀਰੀਆ, ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ, ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ, ਪਿੱਪਲ ਉੱਗ ਚੁੱਕੇ ਨੇ ਬਈ ਯਾਰ। ਅੱਜ ਜਿਵੇਂ ਆਪਾਂ ਕਹਿ ਦਈਏ ਨਾ ਹਾਲਾਤ, ਕਿਤੇ ਕਤਲ ਹੋ ਜਾਂਦਾ ਸੀ ਨਾ ਜੇ ਕਿਸੇ ਪਰਿਵਾਰ ਚ ਕਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਇਦਾਂ ਦਾ ਹੁੰਦਾ ਸੀ, ਅੱਜ ਜਿੱਦਾਂ ਇਸ ਘਰ ਦਾ ਹਾਲ, ਇਸ ਵਿਦਿਆ ਦੇ ਮੰਦਿਰ ਦਾ ਹਾਲ ਹੋਇਆ। ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ, ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ, ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ, ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ ਕਿ ਇਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ ਜਾਂ ਕੋਈ ਹੋਰ ਕਾਰਨ ਹੈ? ਸਪਸ਼ਟ ਕਰਨਾ ਚਾਹੀਦਾ। ਹੁਣ ਬਜਟ ਆਇਆ ਸੀਗਾ, ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ, ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ, ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ, ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ, ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ 'ਤੇ ਨਵੀਂ ਸਰਕਾਰ ਬਣੀ ਆ, ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ, ਮਰ ਗਈਆਂ, ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾਤੀ ਵੀ ਉਹਨਾਂ ਦੀ, ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ। ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰ ਦੇ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾ ਤੋਂ ਹੋਈ ਸੀ, ਔਰ ਹੋਰ ਦੇਖੋ ਹੁਣ MP ਇਲੈਕਸ਼ਨ ਹੋ ਕੇ ਹਟੀ ਹੈ, ਪਹਿਲਾਂ ਲਹਿਰੇ ਤੋਂ ਵੋਟਾਂ ਘਟਦੀਆਂ ਹੁੰਦੀਆਂ ਸੀਗੀਆਂ, ਇੱਥੇ MLA ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ, ਔਰ ਹੁਣ MP ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ, 2,2500 ਵੋਟ ਵਧੀਆ ਸਿਮਰਜੀਤ ਸਿੰਘ ਮਾਨ, ਵਧੀਆ ਵਧੀਆ ਬਿਲਕੁਲ। ਫਿਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ, ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਚ ਫਿਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ। ਚਲੋ ਆਪਾਂ ਅਪੀਲ ਹੀ ਕਰ ਸਕਦੇ, ਕਈ ਭਰਾ ਕਹਿ ਜਾਂਦੇ ਬਈ ਇਹ ਤਾਂ ਨਹੀਂ ਭਗਵੰਤ ਮਾਨ ਨੇ ਕਰਤਾ, ਬਾਈ ਭਗਵੰਤ ਮਾਨ ਨੇ ਨਹੀਂ ਕੀਤਾ, ਮੰਨਦੇ ਆ, ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ ਹਨਾ, ਪੱਠਾ ਬਿਠਾਤਾ, ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਈ ਹੁਣ ਸੱਤਾ ਦੇ ਵਿੱਚ ਹੈ ਉਹ, ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ। ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਮਿਲੂਗੀ, ਹਾਂ ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ, ਕੈਪਟਨ ਨੂੰ ਕੌਣ ਕਹੂਗਾ, ਰੀੜ ਦੀ ਹੱਡੀ ਤੜਾਈ ਬੈਠਾ ਹੋ ਉਹਨੂੰ ਕੌਣ ਕਹੂ ਜਾ ਕੇ? ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ। ਬਿਲਕੁਲ। ਕਿਤੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ, ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 ਏਕੜ ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਲਹਿਰਾ ਗਾਗਾ ਦਾ, ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ
ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰਿੰਗ ਕਰਕੇ ਆਹ ਭੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ ਉੱਥੇ ਮਕੈਨਿਕ ਲੱਗੇ ਹੋਏ ਨੇ 50-50, 45-45 ਹਜ਼ਾਰ ਤਨਖਾਹ ਲੈਂਦੇ ਨੇ ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ 'ਤੇ ਲੱਗ ਗਏ ਪਰ ਹੁਣ ਕਾਰਨ ਕੀ ਹੈ ਹੁਣ ਜਾਂ ਤਾਂ ਪ੍ਰਾਈਵੇਟ ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ ਰਿੰਕ 'ਚ ਜਾਣਗੇ ਗੋਬਿੰਦਗੜ੍ਹ ਜਾਣਗੇ ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਤਾਂ ਉੱਥੇ 25-30 ਲੱਖ ਤੋਂ ਘੱਟ ਨਹੀਂ ਹੁੰਦੀ ਐਮਟੈਕ ਜਦੋਂ ਤੱਕ ਬੱਚਾ 12ਵੀਂ ਤੋਂ ਬਾਅਦ ਐਮਟੈਕ ਕਰੂਗਾ ਇਸ ਕਰਕੇ ਅਗਲਾ ਸੋਚਦਾ ਯਾਰ 18 ਲੱਖ ਲਾ ਕੇ ਕੈਨੇਡਾ ਜਾਂਦੇ ਹਾਂ ਇੱਥੇ ਫੇਰ ਨਹੀਂ ਰੋਜ਼ੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਕਿਸੇ ਟਾਈਮ ਬਈ ਇੱਥੇ ਖਾੜੇ ਲੱਗਦੇ ਹੋਣੇ ਆਹ ਸਟੇਜ ਤੇ ਹਨਾ ਆਹ ਸਟੇਜ ਤੇ ਜੀ ਆਹ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਏ ਹੋਣੇ ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡ ਤੁਸੀਂ ਮੰਨ ਕੇ ਚੱਲੋ ਵੀ ਜਿੱਥੇ 2025-2200 ਤੇ ਅੱਜ ਤੁਹਾਨੂੰ ਆਹ ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ ਪਰ ਅੱਜ ਟੈਂਟਾਂ ਨੇ ਆਪਣੀਆਂ ਚਾਦਰਾਂ ਪਾ ਲੀਆਂ ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਅਤੇ ਇਹਨਾਂ ਕਾਲਜਾਂ ਦੇ ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਬਈ ਇਹ ਕਾਲਜਾਂ ਨਾਲ ਬਲੀ ਚਾੜਤਾ ਅਤੇ ਅੱਜ ਆਹ ਦੇਖ ਸਕਦੇ ਹੋ ਤੁਸੀਂ ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ ਵਾਲੀਬਾਲ ਖੇਡਣਾ ਸੀ ਕ੍ਰਿਕਟ ਖੇਡਣਾ ਸੀ ਹੈ ਨਾ ਹਾਕੀ ਖੇਡਣਾ ਸੀ ਸਰ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ GNE ਦੇਖੋ ਬਹੁਤ ਵਧੀਆ ਕਾਲਜ ਹੈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ GNE ਤੋਂ ਬਾਅਦ ਦੂਜੇ ਨੰਬਰ ਤੇ ਇਹ ਕਾਲਜ ਸੀ ਕਿਉਂਕਿ 20-25 ਏਕੜ ਜੇ ਫੈਲਿਆ ਹੋਇਆ ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ 5 ਮੈਸਾਂ ਸੀ 5 ਜਗ੍ਹਾ ਖਾਣਾ ਬਣਦਾ ਸੀ ਬੱਚਿਆਂ ਨੂੰ ਅੰਦਰ ਹੋਸਟਲ 'ਚ ਨਾ ਉਹ ਮਤਲਬ ਕਮਰਾ ਨਹੀਂ ਮਿਲਦਾ ਸੀ ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 PG ਚੱਲਦਾ ਸੀ ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ ਆਹ ਕਾਲਜ ਤਾਂ ਖਤਮ ਹੋਇਆ ਹੋਇਆ ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ ਬਿਲਕੁਲ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ ਆਹ ਬਾਹਰੇ ਕਿਉਂਕਿ ਇੱਥੋਂ ਇੱਥੇ ਕੀ ਹੁੰਦਾ ਬਾਈ ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ ਬਿਹਾਰ ਮਹਾਰਾਸ਼ਟਰ ਹੈ ਨਾ ਇੱਥੇ ਮੁੰਡੇ ਹੁੰਦੇ ਸੀ ਅਤੇ ਖਾਂਦੇ ਪੀਂਦੇ ਸੀ ਖੜਦੇ ਸੀ ਹੈ ਨਾ ਅਤੇ ਪਰ ਅੱਜ ਬਾਈ ਵਿਹਲਾ ਪਿਆ ਅਤੇ ਆ ਕੱਖ ਹੋ ਗਏ ਮੈਂ ਕਹਿੰਦਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ ਨਹੀਂ ਚਲਾ ਸਕਦੀ ਬਜਟ ਨਹੀਂ ਤੁਹਾਡੇ ਕੋਲ ਪੈਸੇ ਪਰ ਆਹ ਦਰੱਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਉ ਇਹਨਾਂ ਤੋਂ ਕੀ ਬੁਰਾ ਹੋ ਗਿਆ ਆਹ ਸੁੱਕਣੇ ਸ਼ੁਰੂ ਹੋ ਗਏ ਵੱਢਣ ਲੋਕ ਆਉਂਦੇ ਨੇ ਯਾਰ ਰਾਤ ਨੂੰ ਇੱਥੇ ਕੋਈ ਰੱਖ ਹੀ ਨਹੀਂ ਆਹ ਦੇਖੋ ਆਹ ਸਾਰੇ ਵੱਡੇ ਹੋਏ ਨੇ ਇੰਨਾ ਵੱਢ ਕੇ ਲੈ ਗਿਆ ਕੋਈ ਵੱਢ ਕੇ ਲੈ ਗਿਆ ਬਾਅਦ 'ਚ ਫੁੱਟੇ ਹੋਏ ਨੇ ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ ਆਹ ਬਸ ਇਹ ਦੁਬਾਰਾ ਉੱਗੇ ਹੋਏ ਨੇ ਹੋਰ ਕੋਈ ਇੱਦਾਂ ਨਹੀਂ ਹੈਗਾ ਇੱਕ ਹੋਰ ਤੁਹਾਨੂੰ ਦੱਸਦਾ ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ ਮੈਂ ਹੈਰਾਨ ਆ ਯਾਰ 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨਹੀਂ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ ਹਾਂ ਦੇਖ ਲਓ ਉਹਨਾਂ ਦੀ ਰੋਜ਼ੀ ਰੋਟੀ ਠੱਪ ਹੋ ਗਈ ਉਹਨਾਂ ਦੇ ਬੱਚੇ ਭੁੱਖੇ ਮਰਨਗੇ ਉਹਨਾਂ ਦੀ ਕੋਈ ਨਹੀਂ ਜਾਤ ਪੁੱਛ ਰਿਹਾ ਜਦੋਂ ਖੁਦ ਗੱਲਬਾਤ ਕਰਦੇ ਆ ਆਪਾਂ ਚੱਲ ਕੇ ਇੱਕ ਕਲਰਕ ਜਦੋਂ ਖੁਦ ਮਤਲਬ ਇੱਥੇ ਸੁਸਾਈਡ ਕਰ ਜੇ ਤਨਖਾਹ ਨਾ ਮਿਲਣ ਕਰਕੇ 36 ਮਹੀਨੇ ਹੋ ਗਏ ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫਿਰ ਵੀ ਕੰਨ ਤੇ ਉਹ ਜੂਨਿਸ਼ ਸਰਕਦੀ ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ ਪਰ ਹੁਣ ਲੱਗਦਾ ਵੀ ਜੇ ਉਮੀਦ ਹੈ ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ ਇਹ ਸਿੱਖਿਆ ਦਾ ਆਧਾਰ ਹੈ ਇੱਧਰ ਜੇ ਧਿਆਨ ਦਿੱਤਾ ਜਾਵੇ ਨਾ ਜੇ ਹੋਰ ਕੁਛ ਨਹੀਂ ਤਾਂ 20-25 ਕਿੱਲਿਆਂ 'ਚ ਫੈਲਿਆ ਹੋਇਆ ਹੈ ਇੱਥੇ ਕੋਈ ਹਸਪਤਾਲ ਹੀ ਖੋਲ੍ਹ ਦਿਉ PGI ਵਰਗਾ ਹਾਂ ਹਸਪਤਾਲ ਖੋਲ੍ਹ ਸਕਦਾ ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ ਅਸੀਂ ਸਾਂਭ ਸਕਦੇ ਅਸੀਂ ਨਹੀਂ ਟੀਚਰ ਦੇ ਸਕਦੇ ਡਾਕਟਰ ਤਾਂ ਦੇ ਦੋਗੇ PGI ਤੋਂ ਵੱਡੀ ਜਗ੍ਹਾ ਪਈ ਇਹੀ ਬਿਲਡਿੰਗ ਕੰਮ ਆ ਜੋ ਇਹਨੂੰ ਸਵਾਰ ਕੇ ਨਾ ਸਾਰੀ ਬਿਲਡਿੰਗ ਕੰਮ ਆ ਸਕਦੀ ਹੈ ਨਹੀਂ ਇਹ ਪਤਾ ਕੀ ਇਹ ਖੰਡਰ ਬਣ ਜੂਗੀ ਇੱਥੇ ਨਸ਼ੇ ਕਰਨਗੇ ਮੰਡੀਰ ਆ ਕੇ ਔਰ ਫਿਰ ਕੀ ਹੁੰਦਾ ਜੀ ਫਿਰ ਇੱਥੇ ਕੱਲ ਨੂੰ ਕੋਈ ਇਦਾਂ ਦੀ ਘਟਨਾ ਵੀ ਵਾਪਰ ਸਕਦੇ ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ ਕਿਹਨੂੰ ਪਤਾ ਲੱਗੂਗਾ ਕੋਈ ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ ਕੁਛ ਵੀ ਹੋ ਸਕਦਾ ਇੱਥੇ ਸਰ ਬਿਲਡਿੰਗਾਂ ਪਈਆਂ ਨੇ ਮੈਂ ਕਹਿੰਦਾ ਇੰਨੇ ਐਡੇ AC ਲੱਗੇ ਪਏ ਨੇ ਐਡੀਆਂ ਐਡੀਆਂ ਬਿਲਡਿੰਗਾਂ ਨੇ ਸਾਹਮਣੇ ਐਡੀਆਂ ਐਡੀਆਂ ਬੱਸਾਂ ਖੜੀਆਂ ਨੇ ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ ਪ੍ਰਾਈਵੇਟ ਬੱਸਾਂ ਖੜਾਉਂਦੇ ਨੇ ਇੱਥੇ ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਕਬਜ਼ਾ ਹੀ ਹੋ ਜੇ ਕਿਸੇ ਕਬਜ਼ਾ ਹੀ ਹੋ ਜਾਊਗਾ ਬਿਲਕੁਲ 25 ਕਿੱਲਿਆਂ ਦੀ ਜਗ੍ਹਾ ਇਹ ਪਰ ਜੇ ਸਰਕਾਰ ਚਾਹੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਹੁੰਦੀਆਂ ਸੀ ਮੇਰੇ ਅੱਖੀ ਦੇਖੀ ਗੱਲ ਹੈ ਅੱਜ ਤੋਂ 7-8 ਸਾਲ ਦੀ ਗੱਲ ਹੈ ਕੰਪਨੀਆਂ ਆਉਂਦੀਆਂ ਇੱਥੋਂ ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ
ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਉਹਨਾਂ ਦਾ ਟਾਈਮ ਹੁੰਦਾ, ਕੰਪਨੀਆਂ ਬਾਹਰੋਂ ਆਉਂਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ ਔਰ ਉਹਨਾਂ ਨੂੰ ਸਾਲ ਦਾ ਕਿਸੇ ਨੂੰ 8 ਲੱਖ ਦਾ, ਕਿਸੇ ਨੂੰ 10 ਲੱਖ ਦਾ, ਕਿਸੇ ਨੂੰ ਸਾਲ ਦਾ 12 ਲੱਖ ਦਾ ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ ਵੀ ਤੁਸੀਂ ਐਮ ਟੈਕ ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ, ਆਣ ਸਾਰ ਨੌਕਰੀ ਲਓ। ਬਿਲਕੁਲ ਆਹ ਹਾਲ ਸੀ। ਇਹ ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ ਬਾਬਾ ਹੀਰਾ ਸਿੰਘ ਪੱਠਲ ਕਾਲਜ ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ। ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ। ਅਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ। ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆ ਨੇ। ਆਪਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੈ ਮੇਨ? ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ। ਅਸੀਂ ਖੜ੍ਹੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਪੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ, ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋ ਗਈ, ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ ਹੈ, ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ, ਕਿਹਨੇ ਖਤਮ ਕੀਤਾ ਇਹਨਾਂ ਕਾਲਜਾਂ ਨੂੰ। ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ, ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਏ ਹਾਂ ਕਾਲਜ ਦੇ। ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ। ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ, ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ, ਤੇ ਕੱਲੇ ਪੰਜਾਬ ਦੇ ਨੀ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ, ਹਰਿਆਣਾ, ਹਿਮਾਚਲ, ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ। ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ, ਜਿਵੇਂ GNE ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਜਿਹੜਾ ਲੁਧਿਆਣੇ ਦਾ, GNE ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ। ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ, ਬਾਬਾ ਹੀਰਾ ਸਿੰਘ ਪੱਠਲ, ਬੀਬੀ ਰਜਿੰਦਰ ਕੌਰ ਪੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ। ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ, ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ, ਇਹਨੇ ਪੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਪੱਠਲ। ਜੇ ਕਾਲਜ ਚੱਲਦਾ ਤਾਂ ਪੱਠਲ ਪਰਿਵਾਰ ਦਾ ਨਾਮ ਚੱਲਦਾ। ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ, ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ। ਅੱਛਾ ਬਾਈ ਜੀ, ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ, ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ, ਇਸੇ ਟੈਕਨੀਕਲ ਕਾਲਜ ਚ, ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ, ਇਕੱਲੇ ਉਹਨੂੰ ਨੀ ਸਾਰੇ ਸਟਾਫ ਨੂੰ, ਬੰਦਾ ਗਲ ਚ ਗਲ ਫਰਾਹਾ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਈਡ ਕਰ ਗਿਆ ਸੀ। ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ, 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ, ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ, ਕੁੜੀਆਂ ਇੱਥੇ ਪੜ੍ਹਦੀਆਂ ਸੀ, ਖੇਡਦੀਆਂ ਸੀ। ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ, ਉਹ AC ਲੱਗਿਆ ਜਿੱਥੇ, ਉਹ ਦਿਖਾਓ ਸਾਰਿਆਂ ਨੂੰ। ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ, ਮਤਲਬ ਜਿਹੜੇ ਇੱਥੇ ਪੜ੍ਹਾਉਣ ਵਾਲਾ ਸਟਾਫ ਸੀ ਨਾ ਉਹਨਾਂ ਵਾਸਤੇ, ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ। ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ, ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ। ਪਰ ਅੱਜ ਕੀ ਬਣ ਗਿਆ, ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ, ਟੀਚਰਾਂ ਦਾ ਬੁਰਾ ਹਾਲ ਹੋ ਗਿਆ। ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ, ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ। ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਤੇ ਬੈਠੇ ਨੇ, ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ। ਇੱਕ ਬਾਈ ਦਵਿੰਦਰਪਾਲ ਹੁੰਦਾ ਸੀ ਕਲਰਕ, ਉਹ ਸੁਸਾਇਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ। ਬੜਾ ਰੌਲਾ ਚੱਲਿਆ ਇਸ ਕਾਲਜ ਦਾ। ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ, ਖਿੜਕੀਆਂ ਖੜਕਦੀਆਂ ਨੇ ਯਾਰ, ਹਨਾ ਖਿੜਕੀਆਂ ਖੜਕਦੇ ਨੇ। ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ, ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ, ਐ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕਰੀਆਂ ਨੇ, ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ। ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ? ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ,
ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਬਾਹਰ ਨਾ ਜਾਵੇ। ਉਹ ਛੱਕੂ ਉਹ ਪੜ੍ਹਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ, ਪੈਦਾ ਤਾਂ ਇਹਨਾਂ ਕਾਲਜਾਂ ਤੋਂ ਹੋਣਾ ਪੜ੍ਹਿਆ ਲਿਖਿਆ ਵਰਗ। ਤੇ ਤੁਸੀਂ ਕਾਲਜ ਐਡੇ ਐਡੇ ਕਾਲਜ ਸਰਕਾਰੀ ਕਾਲਜ, ਇਹ 20 ਏਕੜ ਦੇ ਵਿੱਚ ਬਣਿਆ ਹੋਇਆ ਕਾਲਜ ਹੈ 20 ਏਕੜ ਦੇ ਵਿੱਚ, ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ GNE ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ ਇਹ ਲਹਿਰੇ ਗਾਗੇ ਦਾ ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ਤੇ ਬਣਾਇਆ ਸੀ। ਪਰ ਕਾਂਗਰਸ ਸਰਕਾਰ ਨੇ, ਕੈਪਟਨ ਨਹੀਂ, ਭੱਠਲ ਨੂੰ ਖਤਮ ਕਰਦੇ ਕਰਦੇ ਉਹ ਇਹ ਹੀਰਾ ਸਿੰਘ ਭੱਠਲ ਕਾਲਜ ਨੂੰ ਵੀ ਖਤਮ ਕਰਤਾ, ਕਾਲਜ ਹੀ ਖਤਮ ਕਰਤਾ। ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ, ਟੀਚਰ ਭੱਜ ਗਏ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ, ਮਹਾਰਾਸ਼ਟਰ ਤੋਂ ਬੱਚੇ, ਬਿਹਾਰ ਤੋਂ, ਉੱਤਰ ਪ੍ਰਦੇਸ਼ ਤੋਂ, ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ। ਅੰਦਰ ਪੰਜ ਮੈਸਾਂ ਚੱਲਦੀਆਂ ਸੀ, ਪੰਜ ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ, ਉਹ ਨਹੀਂ ਪੂਰਾ ਹੁੰਦਾ ਸੀ। ਬੱਚੇ ਬਾਹਰ ਨਾ PG ਲੈ ਕੇ ਰਹਿੰਦੇ ਸੀਗੇ, ਤੇ ਹੁਣ ਇੱਥੇ ਕੀ ਹੈ, ਨਵਾਂ ਦਾਖਲੇ ਬੰਦ ਨੇ, ਕੋਈ ਬੱਚਾ ਨਵਾਂ ਨਹੀਂ ਆ ਰਿਹਾ ਇੱਥੇ, ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ। ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ, ਹਨਾ, ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਕਿ ਐਡਮਿਸ਼ਨ ਨਹੀਂ ਮਿਲਦੀ ਸੀ, ਐਡਮਿਸ਼ਨ ਲੈਣੀ ਔਖੀ ਸੀ, ਇੱਥੇ ਦਾਖਲਾ ਲੈਣਾ ਔਖਾ ਸੀ। ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਦੇ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ, ਜਵਾਕ ਪਹਿਲਾਂ ਪੇਪਰ ਦੇਣਾ ਪੈਂਦਾ, ਫੇਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ 'ਚ ਨੰਬਰ ਆ ਜਾਂਦਾ ਨਾ, ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀ ਲਓ, ਮੈਂ ਵੱਡਾ ਇੰਜੀਨੀਅਰ ਬਣ ਗਿਆ। ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ, ਉਹ ਲਿਖਿਆ ਹੋਇਆ ਦੇਖੋ, ਇਹ ਹੈ ਸਟਾਫ ਕਲੋਨੀ। ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ, ਜਿਹੜਾ ਸਰਕਾਰੀ ਟੀਚਰ ਸੀਗੇ, ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ। ਇੱਥੇ AC ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ, ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ, ਸੁਸਾਈਡ ਕਰਕੇ ਮਰਨ ਲੱਗੇ। ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਈਡ ਕੀਤਾ ਸੀਗਾ, ਬਿਲਕੁਲ ਉਹ ਦਫ਼ਤਰ 'ਚ ਕੀਤਾ ਸੀ, ਉਹ ਉੱਥੇ ਸੁਸਾਈਡ ਕੀਤਾ ਸੀਗਾ ਮੁੰਡੇ ਨੇ, ਤਨਖਾਹ ਉਹਨੂੰ ਮਿਲੀ ਨਹੀਂ। ਆਹ ਹੁਣ ਕਬਜ਼ਾ ਦੇਖ ਲਓ ਹੋ ਗਿਆ, ਆਹ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ, ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ, ਇਹ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ ਤੁਸੀਂ ਬਾਈ। ਆਹ ਪੌਦੇ ਸੁੱਕੀ ਜਾਂਦੇ ਆ, ਹਨਾ, ਦਰਖਤ ਸੁੱਕੀ ਜਾਂਦੇ ਆ, ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖ ਦੇ ਨਾ। ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ, ਅਕਾਲੀਆਂ ਦੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ। ਹੁਣ ਆਪਾਂ ਬੇਨਤੀ ਕਰਦੇ ਹਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ, ਮਾਨ ਸਾਹਿਬ ਤੁਹਾਡੀ ਸਰਕਾਰ ਦੋ ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ, ਐਜੂਕੇਸ਼ਨ ਤੇ ਮੈਡੀਕਲ, ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ। ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਿਰ ਹੈ ਮਾਲਵੇ ਦਾ, ਜੇ ਆਪਾਂ ਕਹੀਏ ਤਾਂ। ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ, ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਿਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ, ਜਿਹੜਾ ਜਿਹੜਾ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ। 2,2500 ਬੱਚਾ ਇੱਥੋਂ ਇੰਜੀਨੀਅਰ ਕਰਕੇ ਨਿਕਲਦਾ ਸੀ, ਤੇ ਹੁਣ ਇੱਥੇ ਦਾਖਲੇ ਬੰਦ ਨੇ। ਸੁਨਸਰਾਂ ਪਈ ਆ ਬਈ, ਬਿਲਕੁਲ ਹੀ। ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ PN ਨਹੀਂ, ਤਨਖਾਹ ਹੀ ਨਹੀਂ ਦਿੰਦੇ, ਤਨਖਾਹ ਦਿੱਤੀ ਨਹੀਂ ਕਿਸੇ ਨੂੰ। ਲੋਕ ਇਹ ਸਮਝ ਲਓ, ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਈਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ। ਕਿਉਂ? 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ, ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾਂ ਮਾਰਨ ਲੱਗ ਜਾਂਦਾ। ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ। ਆਹ ਦੇਖ ਸਕਦੇ ਹੋ ਬਈ ਹਾਲਾਤ, ਹਨਾ, ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ। ਆਹ ਦੇਖੋ, ਆਹ ਸਾਰਾ ਗਰਾਊਂਡ ਖਾਲੀ ਹੈ, ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ। ਤੇ ਆਹ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ, ਆਹ ਪਾਰਕਿੰਗ ਏਰੀਆ ਉਹ ਦੇਖੋ, ਪਿੱਛੇ ਦੇਖੋ, ਆਹ ਦੇਖੋ ਕੀ ਬਣਿਆ ਪਿਆ, ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ। ਇੱਥੋਂ ਨੀ ਨਾ ਕੋਈ, ਦੇਖੋ ਮੁੰਡੇ ਟੱਪਦੇ ਬਾਈ, ਇੱਥੇ ਨਸ਼ੇ ਪੱਤੇ, ਹਾਂ, ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਇਹ। ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਆ, ਲੈ ਥੋੜੇ ਉੱਪਰ ਕਰਕੇ ਦਿਖਾ ਦੋ। ਆਹ ਖਾਲੀ ਪਿਆ ਐਡਾ ਵੱਡਾ ਕਾਲਜ। ਆਹ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ, ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ, ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ। ਨਾਲ ਇੱਕ ਗੱਲ ਹੋਰ ਬਾਈ, ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ, ਉਹਦਾ ਹਲਕਾ ਵੀ ਹੈ ਪਹਿਲੀ ਵਾਰੀ। ਹਾਂ, ਜਦੋਂ PP 'ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲੇ ਆਪਣੇ ਮਨਪ੍ਰੀਤ ਬਾਦਲ ਨਾਲ, ਪਹਿਲੀ ਚੋਣ ਵਿਧਾਇਕੀ ਦਾ ਪੈਰ, ਪਹਿਲਾ ਜਿਵੇਂ ਆਪਾਂ ਕਹਿ ਦਿੰਦੇ ਨਾ, ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ, ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ। ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਆਹ ਜਿਹੜਾ ਮਤਲਬ ਬ੍ਰਾਂਡ ਹੁੰਦਾ ਜਾਂਦਾ, ਭੂਤ ਬੰਗਲਾ ਬਣਦਾ ਜਾ ਰਿਹਾ, ਉਹ ਐਡਾ ਵੱਡਾ ਕਾਲਜ। ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ, ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ। ਜੇਕਰ ਇਹ ਕਾਲਜ ਚੱਲਦਾ ਹੈ ਤਾਂ ਸਾਡੇ ਬੱਚੇ ਬਾਹਰੋਂ ਜਾਣੋਂ ਘੱਟ ਸਕਦੇ ਆ। ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ, ਆ ਗਰਾਊਂਡ ਸੀ, ਦੇਖੋ ਕਿਵੇਂ ਖੰਜਰ ਬਣ ਕੇ ਰਹਿ ਗਏ, ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆ ਨਹੀਂ। ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ, ਬਾਬਾ ਹੀਰਾ ਸਿੰਘ ਭੱਠਲ ਟੈਕਨੀਕਲ ਕਾਲਜ ਦੀ। ਆਹ ਤੁਹਾਨੂੰ ਬੱਸਾਂ ਦਿਖਾਉਣੇ ਆ ਬਾਈ।
ਬੱਸਾਂ ਤੇ ਕਿਵੇਂ ਧੂੜ ਜਮੀ ਪਈ ਆ, ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਹੋਵੇ। ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ, ਓਏ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਲਣ ਲੱਗ ਰਹੀਆਂ ਨੇ, ਐਡੀ ਐਡੀਆਂ ਬਿਲਡਿੰਗਾਂ। ਮੈਂ ਕਹਿੰਦਾ PGI ਤੋਂ ਵੱਡਾ ਇਹ, PGI ਤੋਂ ਵੱਡਾ ਕਾਲਜ ਇਹ। ਹਾਂ ਤੇ ਆ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ, ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ। ਇਹ ਪੋਲੀਟੈਕਨਿਕ ਵਿੰਗ ਸੀਗਾ ਤੇ ਇਹਦੀ ਆ ਜਿਹੜੀ ਆਹ ਕੁੜੀਆਂ ਨੂੰ ਨਾ ਪਿੰਡਾਂ ਚੋਂ ਬੱਸਾਂ ਲੈ ਕੇ ਆਉਂਦੀਆਂ ਹੁੰਦੀਆਂ ਸੀ ਕਿਸੇ ਟਾਈਮ। ਕਿਵੇਂ ਇਹਨਾਂ ਨੇ ਧੂੜ ਜਮੀ ਪਈ ਹੈ ਬਈ, ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ ਚੋਂ ਬੱਸਾਂ ਲੈ ਕੇ ਆਉਂਦੀਆਂ ਹੁੰਦੀਆਂ ਸੀ। ਹੁਣ ਅੰਦਰ ਦੇਖ ਲੈ ਵੀ ਤਾਂ ਬੋਲਦੇ ਨੇ ਪੁਲਿਸ, ਇੱਥੇ ਪੁਲਿਸ ਮੁਲਾਜ਼ਮ ਅੰਦਰ ਕਿਵੇਂ ਬੈਠੇ ਨੇ ਮੈਨੂੰ ਇਹ ਨਹੀਂ ਸਮਝੇਗੀ। ਆਹ ਦੇਖੋ ਬਈ ਕਿਵੇਂ ਗਰਦ ਜਮੀ ਪਈ ਹੈ ਇਹਨਾਂ ਦੇ, ਕਿਹੜੇ ਹਿਸਾਬ ਨਾਲ ਉਹ ਬੁੱਤ ਲੱਗਿਆ ਹੋਇਆ ਅੱਗੇ ਹਨਾ। ਉਹ ਬਾਬਾ ਹੀਰਾ ਸਿੰਘ ਭੱਠਲ ਦਾ ਬੁੱਤ ਹੈ, ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਭੱਠਲ ਰੱਖਣ ਕਰਕੇ ਇਹ ਕਾਲਜ ਬਲੀ ਬਲੀ ਜੜ ਗਿਆ ਸਰਕਾਰਾਂ ਦੀ। ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ। ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ, ਟੀਚਰ ਕੋਈ ਨਹੀਂ ਸੀ, ਬੱਚਾ ਇੱਥੇ 700-800 ਹੈਗਾ ਸੀ, ਪਰ ਉਦੋਂ ਬਾਅਦ ਬੱਚੇ ਵੀ ਆਣੋ ਹਟ ਗਏ। ਇਹਨੂੰ ਮਤਲਬ ਕਾਲਜ ਨੂੰ ਸਾਹਮਣੇ ਦਿਖਾਓ ਬਾਬਾ ਹੀਰਾ, ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ, ਇਹਨੂੰ ਬਣਾਉਣ 'ਚ ਵੀ ਕਾਂਗਰਸ ਦਾ ਹੱਥ ਰਿਹਾ। ਬਾਬਾ ਹੀਰਾ ਸਿੰਘ ਭੱਠਲ ਰਜਿੰਦਰ ਕੌਰ ਭੱਠਲ ਦੇ ਪਰਿਵਾਰ 'ਚ ਇਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 'ਚ ਜਨਮ ਹੈ, 1984 'ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰਤਾ ਸੈਨਾਨੀ ਰਹੇ ਨੇ। ਤੁਹਾਨੂੰ ਇਹ ਵੀ ਦੱਸਦਾ ਮੈਂ, ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ, ਜੇਲ੍ਹਾਂ ਵੀ ਕੱਟੀਆਂ ਨੇ ਇਹਨਾਂ ਨੇ। ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਭੱਠਲ ਕਾਲਜ, ਪਰ ਭੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ 'ਚ ਇਹ ਨਾ ਹੋਵੇ ਵੀ ਭੱਠਲ ਨੇ ਐਡਾ ਕਾਲਜ ਬਣਾਤਾ। ਹੁਣ ਲਹਿਰੇ ਹਲਕੇ 'ਚ ਲੋਕ ਇਹ ਕਹਿ ਦਿੰਦੇ ਭੱਠਲ ਦੀ ਕੋਈ ਦੇਣ ਨਹੀਂ, ਆ ਇੱਕ ਦੇਣ ਸੀ ਇਹ ਕੈਪਟਨ ਨੇ ਖਤਮ ਕਰਤੀ। ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ, ਇੱਧਰਲਾ ਇਲਾਕਾ ਲਾ ਲਓ, ਆਹ ਸੁਨਾਮ ਤਹਿਸੀਲ ਮੂਨਕ ਤਹਿਸੀਲ ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ। ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ, ਤੇ ਹੁਣ ਅੱਗੇ ਉਹ ਮੂਨਕ ਤਹਿਸੀਲ ਇੱਦੂ ਹੋਰ ਅੱਗੇ ਬਣ ਗਈ। ਇਹ ਲਹਿਰੇ ਦਾ ਇਲਾਕਾ ਸੈਂਟਰ 'ਚ ਆ ਗਿਆ ਮੂਨਕ ਅਤੇ ਸੁਨਾਮ ਦੇ ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ ਇੰਜੀਨੀਅਰਿੰਗ ਕਾਲਜ ਜਿੱਥੇ ਹਜ਼ਾਰਾਂ ਦੀ ਸੰਖਿਆ 'ਚ ਬੱਚੇ ਬਾਹਰ ਦੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ ਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ, ਕਿਉਂ ਨਹੀਂ ਲੈ ਰਹੇ? ਟੀਚਰ ਨਹੀਂ, ਤਨਖਾਹਾਂ ਨਹੀਂ ਦਿੱਤੀਆਂ, ਇੱਥੋਂ ਟੀਚਰ ਗੱਲ ਫਰਾਹੇ ਲੈ ਕੇ ਮਰਨ ਲੱਗੇ। ਦੂਜਾ ਨੰਬਰ ਇੱਕ ਹੋਰ ਹੋ ਗਿਆ, ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ ਕਿ ਜੇ ਬੰਦਾ ਇਹ ਪੂਰੀ ਪੂਰੀ ਮੰਨ ਲਓ ਉਹਨੇ ਐਮਟੈਕ ਕਰਨੀ ਹੈ, ਐਮਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ, ਅਗਲਾ ਕਹਿੰਦਾ 3 ਲੱਖ ਹੋਰ ਪਾਓ ਕੈਨੇਡਾ ਜਾਓ 18 ਲੱਖ ਰੁਪਏ 'ਚ, ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨਹੀਂ ਨੌਕਰੀ ਮਿਲੂ। ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮਟੈਕ ਕਰ ਲੈਂਦੇ ਨੇ 15-15 ਹਜ਼ਾਰ ਤੇ ਨੌਕਰੀ ਲੱਗ ਗਏ, ਮੈਂ ਦੇਖੇ ਨੇ ਮੁੰਡੇ। ਬਿਲਕੁਲ, ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮਟੈਕ ਕਰਨ ਤੇ, 3 ਲੱਖ ਹੋਰ ਪਾਓ 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ। ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ। ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ? ਜੇ ਜਦੋਂ ਇਸ ਕਾਲਜ 'ਚ ਜਵਾਕ ਪੜ੍ਹ ਰਹੇ ਸੀਗੇ, 2022 ਤੋਂ ਬੱਚਾ ਪੜ੍ਹ ਰਿਹਾ ਸੀਗਾ, ਉਹ ਇਕਦਮ ਨਹੀਂ ਘਟੇ, ਹਰ ਸਾਲ ਘਟਦੇ ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ। ਆਹ ਦੇਖੋ ਅਲੱਗ ਆਹ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ, ਇਹ ਇੰਜੀਨੀਅਰ ਵਿੰਗ ਹੈ, ਉਹ ਪੋਲੀਟੈਕਨੀਕਲ ਵਿੰਗ ਸੀਗਾ, ਇਹ ਇੰਜੀਨੀਅਰਿੰਗ ਦਾ ਵਿੰਗ ਹੈ। ਕਿੱਡੀਆਂ ਵੱਡੀਆਂ ਬਿਲਡਿੰਗਾਂ ਬਈ ਹਨਾ, ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ, ਚਿੜੀਆਂ ਰਹਿਣ ਲੱਗੀਆਂ, ਘੁੱਗੀਆਂ ਨੇ ਆਲ ਨੇ ਪਾਲੇ ਯਾਰ, ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ। ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ, ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ, ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ। ਬਿਲਕੁਲ, ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36-36 ਮਹੀਨੇ ਹੋ ਗਏ, ਟੀਚਰ ਇੱਥੇ ਗੱਲ ਫਰਾਹੇ ਲੈ ਕੇ। ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਈ, ਨੌਜਵਾਨੀ ਬਾਹਰ ਜਾਈ ਜਾਂਦੀ ਹੈ ਨਾ, ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ। ਬਿਲਕੁਲ, ਨੌਜਵਾਨੀ ਵੀ ਨਹੀਂ ਇੱਥੇ ਟਿਕ ਰਹੀ। ਆ ਸਾਹਮਣੇ ਦੇਖੋ AC ਦੇਖ ਲਓ ਬਈ, ਹਨਾ AC ਲੱਗੇ ਨੇ, ਗੰਦਗੀ ਨਾਲ ਭਰਿਆ ਸਾਰਾ ਕੁਝ। ਕਾਰਨ ਕੀ ਹੈ? ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਬੱਚੇ ਬਾਹਰ ਨੂੰ ਭੱਜ ਰਹੇ ਨੇ,
ਉਹ ਕਿਉਂ ਭੱਜਣੇ ਸ਼ੁਰੂ ਹੋਏ? ਇੱਥੇ ਪੜ੍ਹਾਈ ਮਹਿੰਗੀ ਹੋ ਗਈ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮਟੈਕ ਕਰਦਾ ਨਾ ਉਦੋਂ ਤੱਕ 12-15 ਲੱਖ ਰੁਪਏ ਲਾ ਦਿੰਦਾ, ਔਰ ਫਿਰ ਵੀ ਉਦੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ, ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ ਸਿਰਫ 15-18 ਹਜ਼ਾਰ ਦੇ 20 ਹਜ਼ਾਰ ਦੇ, ਔਰ ਉਹ ਵੀ ਪਤਾ ਨੀ। ਸਾਹਮਣੇ ਕੰਟੀਨ ਦੇਖ ਰਹੇ ਹੋ ਬਾਈ, ਕਿਸੇ ਟਾਈਮ ਇੱਥੇ ਮੁੰਡੇ ਹਨਾ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ। ਮੈਂ ਕਹਿੰਦਾ ਕੈਫੇਟੇਰੀਆ ਸੀ ਇਹ, ਪੂਰਾ ਵਧੀਆ ਕੈਫੇਟੇਰੀਆ, ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ, ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ, ਪਿੱਪਲ ਉੱਗ ਚੁੱਕੇ ਨੇ ਬਾਈ ਯਾਰ। ਅੱਜ ਅੱਜ ਜਿਵੇਂ ਆਪਾਂ ਕਹਿ ਦਈਏ ਨਾ ਹਾਲਾਤ ਕਿਤੇ ਕਾਤਲ ਹੋ ਜਾਂਦਾ ਸੀ ਨਾ, ਜੇ ਕਿਸੇ ਪਰਿਵਾਰ ਚ ਕਾਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਾਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਏਦਾਂ ਦਾ ਹੁੰਦਾ ਸੀ। ਅੱਜ ਜਿੱਦਾਂ ਇਸ ਘਰ ਦਾ ਹਾਲ, ਇਸ ਵਿਦਿਆ ਦੇ ਮੰਦਿਰ ਦਾ ਹਾਲ ਹੋਇਆ, ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ। ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ, ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ, ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ ਕਿ ਇਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਹੈ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ, ਜਾਂ ਕੋਈ ਹੋਰ ਕਾਰਨ ਹੈ? ਸਪਸ਼ਟ ਕਰਨਾ ਚਾਹੀਦਾ। ਹੁਣ ਬਜਟ ਆਇਆ ਸੀਗਾ, ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ, ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ, ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ ਹੈ ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ, ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ 'ਤੇ ਨਵੀਂ ਸਰਕਾਰ ਬਣੀ ਹੈ, ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ ਮਰ ਗਈਆਂ, ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾਤੀ ਵੀ ਉਹਨਾਂ ਦੀ, ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ। ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰ ਦੇ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾ ਤੋਂ ਹੋਈ ਸੀ, ਔਰ ਹੋਰ ਦੇਖੋ ਹੁਣ MP ਇਲੈਕਸ਼ਨ ਹੋ ਕੇ ਹਟੀ ਹੈ, ਪਹਿਲਾਂ ਲਹਿਰੇ ਤੋਂ ਵੋਟਾਂ ਘੱਟਦੀਆਂ ਹੁੰਦੀਆਂ ਸੀਗੀਆਂ, ਇੱਥੇ MLA ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ, ਔਰ ਹੁਣ MP ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ, 2,2500 ਵੋਟ ਵਧੀਆ ਸਿਮਰਜੀਤ ਸਿੰਘ, ਵਧੀਆ ਵਧੀਆ ਬਿਲਕੁਲ। ਫਿਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ, ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਤੇ ਫਿਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ। ਚਲੋ ਆਪਾਂ ਅਪੀਲ ਹੀ ਕਰ ਸਕਦੇ, ਕਈ ਭਰਾ ਕਹਿ ਦਿੰਦੇ ਬਈ ਇਹ ਤਾਂ ਨਹੀਂ ਭਗਵੰਤ ਮਾਨ ਨੇ ਕਰਤਾ, ਬਾਈ ਭਗਵੰਤ ਮਾਨ ਨੇ ਨਹੀਂ ਕੀਤਾ, ਮੰਨਦੇ ਆ ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ ਹਨਾ, ਪੱਠਾ ਬਿਠਾਤਾ, ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਈ ਹੁਣ ਸੱਤਾ ਦੇ ਵਿੱਚ ਹੈ ਉਹ, ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ, ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਮਿਲੂਗੀ, ਹਾਂ ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ, ਹੁਣ ਕੈਪਟਨ ਨੂੰ ਕੌਣ ਕਹੂਗਾ, ਰੀੜ ਦੀ ਹੱਡੀ ਤੜਾਈ ਬੈਠਾ ਹੋ ਉਹਨੂੰ ਕੌਣ ਕਹੂ ਜਾ ਕੇ? ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ, ਕਿ ਜੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ, ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 ਏਕੜ ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਗਾਗਾ ਦਾ, ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ, ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ, ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ, ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰਿੰਗ ਕਰਕੇ, ਆਹ ਭੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ, ਉੱਥੇ ਮਕੈਨਿਕ ਲੱਗੇ ਹੋਏ ਨੇ, 50-50, 45-45 ਹਜ਼ਾਰ ਤਨਖਾਹ ਲੈਂਦੇ ਨੇ, ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ 'ਤੇ ਲੱਗ ਗਏ, ਪਰ ਹੁਣ ਕਾਰਨ ਕੀ ਹੈ? ਹੁਣ ਜਾਂ ਤਾਂ ਪ੍ਰਾਈਵੇਟ ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ? ਰਿੰਕ 'ਚ ਜਾਣਗੇ, ਗੋਬਿੰਦਗੜ੍ਹ ਜਾਣਗੇ, ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰ ਕਰਨੀ ਹੈ ਤਾਂ ਉੱਥੇ 25-30 ਲੱਖ ਤੋਂ ਘੱਟ ਨਹੀਂ ਹੁੰਦੀ ਐਮਟੈਕ, ਜਦੋਂ ਤੱਕ ਬੱਚਾ 12ਵੀਂ ਤੋਂ ਬਾਅਦ ਐਮਟੈਕ ਕਰੂਗਾ, ਇਸ ਕਰਕੇ ਅਗਲਾ ਸੋਚਦਾ ਯਾਰ 18 ਲੱਖ ਲਾ ਕੇ ਕੈਨੇਡਾ ਜਾਂਦੇ ਹਾਂ, ਇੱਥੇ ਫੇਰ ਨਹੀਂ ਰੋਜੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ, ਕਿਸੇ ਟਾਈਮ ਬਾਈ ਇੱਥੇ ਖਾੜੇ ਲੱਗਦੇ ਹੋਣੇ ਆ ਸਟੇਜ ਤੇ ਹਨਾ, ਆ ਸਟੇਜ ਤੇ ਜੀ, ਆ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਏ ਹੋਣੇ, ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡ, ਤੁਸੀਂ ਮੰਨ ਕੇ ਚੱਲੋ ਵੀ ਜਿੱਥੇ ਤੇ ਤੁਸੀਂ ਤੇ ਅੱਜ ਤੁਹਾਨੂੰ ਆਹ ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ, ਪਰ ਅੱਜ ਇਹ ਟੈਂਟਾਂ ਨੇ ਆਪਣੀਆਂ ਚਾਦਰਾਂ ਪਾ ਲਈਆਂ, ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਤੇ ਇਹਨਾਂ ਕਾਲਜਾਂ ਦੇ, ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ, ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਇਹ ਕਾਲਜ ਨਾ ਬਲੀ ਚਾੜਤਾ, ਤੇ ਅੱਜ ਆਹ ਦੇਖ ਸਕਦੇ ਹੋ ਤੁਸੀਂ ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ, ਵਾਲੀਬਾਲ ਖੇਡਣਾ ਸੀ, ਕ੍ਰਿਕਟ ਖੇਡਣਾ ਸੀ, ਹਨਾ ਹਾਕੀ ਖੇਡਣਾ ਸੀ, ਸਰ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ, ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ, GNE ਦੇਖੋ ਬਹੁਤ ਵਧੀਆ ਕਾਲਜ ਹੈ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, GNE ਤੋਂ ਬਾਅਦ ਦੂਜੇ ਨੰਬਰ 'ਤੇ ਇਹ ਕਾਲਜ ਸੀ, ਕਿਉਂਕਿ 20-25 ਏਕੜ 'ਚ ਫੈਲਿਆ ਹੋਇਆ, ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ, ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ, ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ, 5 ਮੈਸਾਂ ਸੀ, 5 ਜਗ੍ਹਾ ਖਾਣਾ ਬਣਦਾ ਸੀ,
ਬੱਚਿਆਂ ਨੂੰ ਅੰਦਰ ਹੋਸਟਲ ਚ ਨਾ ਮਤਲਬ ਕਮਰਾ ਨੀ ਮਿਲਦਾ ਸੀ, ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ। ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 ਪੀਜੀ ਚੱਲਦਾ ਸੀ। ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ। ਆਹ ਕਾਲਜ ਤਾਂ ਖਤਮ ਹੋਇਆ ਹੋਇਆ, ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ। ਬਿਲਕੁਲ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ, ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ ਆਹ ਬਾਹਰੇ, ਕਿਉਂਕਿ ਇੱਥੋਂ ਇੱਥੋਂ ਇੱਥੇ ਕੀ ਹੁੰਦਾ ਬਾਈ ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ ਬਿਹਾਰ ਮਹਾਰਾਸ਼ਟਰ ਹੈ ਨਾ, ਇੱਥੇ ਇੱਥੇ ਮੁੰਡੇ ਹੁੰਦੇ ਸੀ ਅਤੇ ਖਾਂਦੇ ਪੀਂਦੇ ਸੀ ਖੜ੍ਹਦੇ ਸੀ ਹੈ ਨਾ, ਅਤੇ ਪਰ ਅੱਜ ਬਾਈ ਵਿਹਲਾ ਪਿਆ ਅਤੇ ਆ ਕੱਖ ਹੋ ਗਏ। ਮੈਂ ਕਹਿਣਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ, ਨਹੀਂ ਚਲਾ ਸਕਦੀ ਬਸ ਨਹੀਂ ਤੁਹਾਡੇ ਕੋਲ ਪੈਸੇ, ਪਰ ਆਹ ਦਰੱਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਉ, ਇਹਨਾਂ ਤੋਂ ਕੀ ਬੁਰਾ ਹੋ ਗਿਆ। ਆਹ ਸੁੱਕਣੇ ਸ਼ੁਰੂ ਹੋ ਗਏ, ਵੱਢਣ ਲੋਕ ਆਉਂਦੇ ਨੇ ਯਾਰ ਰਾਤ ਨੂੰ, ਇੱਥੇ ਕੋਈ ਰਾਖੀ ਨਹੀਂ। ਆਹ ਦੇਖੋ ਆਹ ਸਾਰੇ ਵੱਢੇ ਹੋਏ ਨੇ, ਵੱਢ ਕੇ ਲੈ ਗਿਆ ਕੋਈ, ਵੱਢ ਕੇ ਲੈ ਗਿਆ, ਬਾਅਦ ਚ ਫੁੱਟੇ ਹੋਏ ਨੇ ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ। ਆਹ ਬਸ ਇਹ ਦੁਬਾਰਾ ਉੱਗੇ ਹੋਏ ਨੇ, ਹੋਰ ਕੋਈ ਏਦਾਂ ਨੀ ਹੈਗਾ। ਇੱਕ ਹੋਰ ਤੁਹਾਨੂੰ ਦੱਸਦਾ, ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ, ਮੈਂ ਹੈਰਾਨ ਆ ਯਾਰ, 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹ, ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨੀ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ। ਹਾਂ ਦੇਖ ਲਓ, ਉਹਨਾਂ ਦੀ ਰੋਜ਼ੀ ਰੋਟੀ ਠੱਪ ਹੋ ਗਈ, ਉਹਨਾਂ ਦੇ ਬੱਚੇ ਭੁੱਖੇ ਮਰਨਗੇ, ਉਹਨਾਂ ਦੀ ਕੋਈ ਨੀ ਜਾਤ ਪੁੱਛ ਰਿਹਾ। ਜਦੋਂ ਉਹਨਾਂ ਦੀ ਗੱਲਬਾਤ ਕਰਦੇ ਆਪਾਂ ਚੱਲ ਕੇ, ਇੱਕ ਕਲਰਕ ਜਦੋਂ ਖੁਦ ਮਤਲਬ ਇੱਥੇ ਸੁਸਾਇਡ ਕਰ ਜੇ ਤਨਖਾਹ ਨਾ ਮਿਲਣ ਕਰਕੇ, 36 ਮਹੀਨੇ ਹੋ ਗਏ, ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫਿਰ ਵੀ ਕੰਨ ਤੇ ਉਹ ਜੂਨੀ ਸਰਕਦੀ। ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ, ਪਰ ਹੁਣ ਲੱਗਦਾ ਵੀ ਜੇ ਉਮੀਦ ਹੈ, ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ, ਇਹ ਸਿੱਖਿਆ ਦਾ ਆਧਾਰ ਹੈ, ਇੱਧਰ ਜੇ ਧਿਆਨ ਦਿੱਤਾ ਜਾਵੇ ਨਾ, ਜੇ ਹੋਰ ਕੁਛ ਨਹੀਂ ਤਾਂ 20-25 ਕਿੱਲਿਆਂ 'ਚ ਫੈਲਿਆ ਹੋਇਆ, ਇੱਥੇ ਕੋਈ ਹਸਪਤਾਲ ਹੀ ਖੋਲ੍ਹ ਦਿਉ PGI ਵਰਗਾ। ਹਾਂ ਹਸਪਤਾਲ ਖੋਲ੍ਹ ਸਕਦਾ ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ, ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ ਅਸੀਂ ਸਾਂਭ ਸਕਦੇ, ਅਸੀਂ ਨਹੀਂ ਟੀਚਰ ਦੇ ਸਕਦੇ, ਡਾਕਟਰ ਤਾਂ ਦੇ ਦੋਗੇ, PGI ਤੋਂ ਵੱਡੀ ਜਗ੍ਹਾ ਪਈ ਇਹੀ ਬਿਲਡਿੰਗ ਕੰਮ ਆ ਜੋ ਇਹਨੂੰ ਸਵਾਰ ਕੇ, ਸਾਰੀ ਬਿਲਡਿੰਗ ਕੰਮ ਆ ਸਕਦੀ ਹੈ। ਨਹੀਂ ਇਹ ਪਤਾ ਕੀ, ਇਹ ਖੰਡਰ ਬਣ ਜੂਗੀ, ਇੱਥੇ ਨਸ਼ੇ ਕਰਨਗੇ ਮੰਡੀਰ ਆ ਕੇ, ਔਰ ਫਿਰ ਕੀ ਹੁੰਦਾ ਜੀ, ਫਿਰ ਇੱਥੇ ਕੱਲ ਨੂੰ ਕੋਈ ਏਦਾਂ ਦੀ ਘਟਨਾ ਵੀ ਵਾਪਰ ਸਕਦੇ, ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ, ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ, ਕਿਹਨੂੰ ਪਤਾ ਲੱਗੂ ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ, ਕੁਛ ਵੀ ਹੋ ਸਕਦਾ ਇੱਥੇ ਯਾਰ, ਬਿਲਡਿੰਗਾਂ ਪਈਆਂ ਨੇ। ਮੈਂ ਕਹਿੰਦਾ ਇੰਨੇ ਏਡੇ AC ਲੱਗੇ ਪਏ ਨੇ, ਐਡੀਆਂ ਐਡੀਆਂ ਬਿਲਡਿੰਗਾਂ ਨੇ, ਸਾਹਮਣੇ ਐਡੀਆਂ ਐਡੀਆਂ ਬੱਸਾਂ ਖੜੀਆਂ ਨੇ, ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ, ਪ੍ਰਾਈਵੇਟ ਬੱਸਾਂ ਖੜਾਉਂਦੇ ਨੇ ਇੱਥੇ, ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ, ਕਬਜ਼ਾ ਹੀ ਹੋ ਜੇ ਕਿਸੇ, ਕਬਜ਼ਾ ਹੀ ਹੋ ਜੂਗਾ ਬਿਲਕੁਲ, 25 ਕਿੱਲਿਆਂ ਦੀ ਜਗ੍ਹਾ ਇਹ। ਪਰ ਜੇ ਸਰਕਾਰ ਚਾਹਵੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ। ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ, ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ, ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਸੀ, ਮੇਰੇ ਅੱਖੀ ਦੇਖੀ ਗੱਲ ਹੈ, ਅੱਜ ਤੋਂ 7-8 ਸਾਲ ਦੀ ਗੱਲ ਹੈ, ਕੰਪਨੀਆਂ ਆਉਂਦੀਆਂ ਇੱਥੋਂ ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ, ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ, ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਆ ਉਹਨਾਂ ਦਾ ਟਾਈਮ ਹੁੰਦਾ, ਕੰਪਨੀਆਂ ਬਾਹਰੋਂ ਆਉਂਦੀਆਂ, ਵੱਡੀਆਂ ਵੱਡੀਆਂ ਕੰਪਨੀਆਂ ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ, ਔਰ ਉਹਨਾਂ ਨੂੰ ਸਾਲ ਦਾ ਕਿਸੇ ਨੂੰ 8 ਲੱਖ ਦਾ, ਕਿਸੇ ਨੂੰ 10 ਲੱਖ ਦਾ, ਕਿਸੇ ਨੂੰ ਸਾਲ ਦਾ 12 ਲੱਖ ਦਾ, ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ ਵੀ ਤੁਸੀਂ MTech ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ, ਆਉਣ ਸਾਰ ਨੌਕਰੀ ਲਓ। ਬਿਲਕੁਲ ਆਹ ਹਾਲ ਸੀ ਇਹ। ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ ਬਾਬਾ ਹੀਰਾ ਸਿੰਘ ਪੱਠਲ ਕਾਲਜ, ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ। ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ, ਅਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ। ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ, ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆਂ ਨੇ। ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੈ ਮੇਨ, ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ। ਅਸੀਂ ਖੜ੍ਹੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਪੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ, ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋ ਗਈ, ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ, ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ, ਕਿਹਨੇ ਖਤਮ ਕੀਤਾ ਇਹਨਾਂ ਕਾਲਜਾਂ ਨੂੰ। ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ, ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਈਆਂ ਕਾਲਜ ਦੇ। ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ। ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ, ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ,
ਤੇ ਕੱਲੇ ਪੰਜਾਬ ਦੇ ਨਹੀਂ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ ਹਰਿਆਣਾ ਹਿਮਾਚਲ ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ ਜਿਵੇਂ ਜੀ ਐਨ ਈ ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਆ ਜਿਹੜਾ ਲੁਧਿਆਣੇ ਵਾਲਾ ਜੀ ਐਨ ਈ ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ ਬਾਬਾ ਹੀਰਾ ਸਿੰਘ ਭੱਠਲ ਬੀਬੀ ਰਜਿੰਦਰ ਕੌਰ ਭੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ ਇਹਨੇ ਭੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਭੱਠਲ ਜੇ ਕਾਲਜ ਚੱਲਦਾ ਤਾਂ ਭੱਠਲ ਪਰਿਵਾਰ ਦਾ ਨਾਮ ਚੱਲਦਾ ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ ਅੱਛਾ ਬਾਈ ਜੀ ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ ਇਸੇ ਟੈਕਨੀਕਲ ਕਾਲਜ ਚ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ ਇਕੱਲੇ ਉਹਨੂੰ ਨੀ ਸਾਰੇ ਸਟਾਫ ਨੂੰ ਬੰਦਾ ਗਲ ਚ ਗਲ ਫਰਾਹਾ ਲੈ ਕੇ ਪੱਖੇ ਨਾਲ ਲਮਕ ਕੇ ਦਫ਼ਤਰ ਚ ਹੀ ਸੁਸਾਈਡ ਕਰ ਗਿਆ ਸੀ ਪਰ ਸਰਕਾਰਾਂ ਦੇ ਕੰਨਾਂ ਦੇ ਫੇਰ ਨੀ ਜੂ ਸਰਕੀ 3 ਸਾਲ ਤੋਂ ਧਰਨਾ ਲੱਗ ਰਿਹਾ ਬਾਹਰ ਨੌਜਵਾਨ ਮੁੰਡੇ ਕੁੜੀਆਂ ਜਿੱਥੇ ਕਿ ਆ ਗਰਾਊਂਡਾਂ ਦੇ ਵਿੱਚ ਸਾਡੇ ਨੌਜਵਾਨ ਖੇਡਦੇ ਹੁੰਦੇ ਸੀ ਕੁੜੀਆਂ ਇੱਥੇ ਪੜ੍ਹਦੀਆਂ ਸੀ ਖੇਡਦੀਆਂ ਸੀ ਸਾਹਮਣੇ ਜਿਹੜੀ ਬਿਲਡਿੰਗ ਬਣੀ ਹੈ ਨਾ ਉਹ ਏਸੀ ਲੱਗਿਆ ਜਿੱਥੇ ਉਹ ਦਿਖਾਓ ਸਾਰਿਆਂ ਨੂੰ ਉੱਥੇ ਸਰਕਾਰੀ ਟੀਚਰਾਂ ਦੇ ਰਹਿਣ ਵਾਸਤੇ ਕੁਆਟਰ ਬਣੇ ਸੀ ਮਤਲਬ ਜਿਹੜੇ ਇੱਥੇ ਪੜ੍ਹਾਉਣ ਵਾਲਾ ਸਟਾਫ ਸੀ ਨਾ ਉਹਨਾਂ ਵਾਸਤੇ ਉਹਨਾਂ ਦੇ ਰਹਿਣ ਵਾਸਤੇ ਇੱਥੇ ਮਤਲਬ ਕੁਆਟਰ ਬਣੇ ਸੀਗੇ ਸਾਹਮਣੇ ਇਹ ਕਲੋਨੀ ਸੀ ਇੱਕ ਤਰ੍ਹਾਂ ਨਾਲ ਇੱਥੇ ਜਿਹੜੇ ਰਹਿੰਦੇ ਸੀਗੇ ਸਰਕਾਰੀ ਟੀਚਰ ਪਰ ਅੱਜ ਕੀ ਬਣ ਗਿਆ ਸਰਕਾਰ ਦੀਆਂ ਅਣਗਹਿਲੀਆਂ ਦੇ ਕਾਰਨ ਸਰਕਾਰ ਤਨਖਾਹ ਨਹੀਂ ਦਿੱਤੀਆਂ ਸਰਕਾਰ ਨੇ ਟੀਚਰਾਂ ਦਾ ਬੁਰਾ ਹਾਲ ਹੋ ਗਿਆ ਟੀਚਰਾਂ ਦੇ ਬੁਰਾ ਹਾਲ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਥੇ ਕੀ ਹੁੰਦਾ ਜਿਹੜੇ ਬੱਚੇ 2000 ਦੇ ਕਰੀਬ ਇੱਥੇ ਪੜ੍ਹਦਾ ਸੀਗਾ ਉਹ ਹਟਣਾ ਸ਼ੁਰੂ ਹੋ ਗਿਆ ਅੱਜ ਹਾਲਾਤ ਇਹ ਹੈ ਵੀ ਜਿੰਨੇ ਕੁ ਟੀਚਰ ਨੇ ਉਹ ਬਾਹਰ ਧਰਨੇ ਤੇ ਬੈਠੇ ਨੇ ਤਨਖਾਹ ਨਹੀਂ ਮਿਲ ਰਹੀ 3 ਸਾਲਾਂ ਤੋਂ ਇੱਕ ਬਾਈ ਦਵਿੰਦਰਪਾਲ ਹੁੰਦਾ ਸੀ ਕਲਰਕ ਉਹ ਸੁਸਾਈਡ ਕਰ ਗਿਆ ਸੀਗਾ ਪਿਛਲੇ ਮਤਲਬ ਇਲੈਕਸ਼ਨ ਤੋਂ ਪਹਿਲਾਂ ਬੜਾ ਰੌਲਾ ਚੱਲਿਆ ਇਸ ਕਾਲਜ ਦਾ ਆਹ ਕਲੋਨੀਆਂ ਹੁਣ ਸੁੰਨੀਆਂ ਹੋ ਗਈਆਂ ਬਾਈ ਖਿੜਕੀਆਂ ਖੜਕਦੀਆਂ ਨੇ ਯਾਰ ਹਨਾ ਖਿੜਕੀਆਂ ਖੜਕਦੇ ਨੇ ਕੀ ਹਾਲਾਤ ਹੋ ਗਏ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ ਖਿੜਕੀਆਂ ਜਿੱਥੇ ਕਿ ਇੱਥੇ ਟੀਚਰ ਰਹਿੰਦੇ ਹੁੰਦੇ ਸੀ ਐ ਇੱਥੇ ਦੇਖ ਸਕਦੇ ਤੁਸੀਂ ਖਿੜਕੀਆਂ ਕਿਵੇਂ ਖੜਕਰੀਆਂ ਨੇ ਕੀ ਹਾਲਾਤ ਦੱਸ ਰਹੇ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਇਹ ਖਿੜਕੀਆਂ ਕੀ ਦੱਸ ਰਹੀਆਂ ਨੇ ਬਾਈ ਯਾਰ ਇਹ ਖਿੜਕੀਆਂ ਇਹ ਦੱਸ ਰਹੀਆਂ ਨੇ ਕਿ ਸਾਡੀ ਜਿਹੜੇ ਰਾਜਨੀਤਿਕ ਲੋਕ ਨੇ ਨਾ ਕਿੱਥੇ ਤਾਂ ਕਹਿੰਦੇ ਨੇ ਬ੍ਰੇਨ ਡਰੇਨ ਕਰਨ ਤੋਂ ਅਸੀਂ ਰੋਕਣਾ ਕਿ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਬਾਹਰ ਨਾ ਜਾਵੇ ਉਹ ਛੱਕੂ ਉਹ ਪੜ੍ਹਿਆ ਲਿਖਿਆ ਵਰਗ ਪੈਦਾ ਕਿੱਥੋਂ ਹੁੰਦਾ ਪੈਦਾ ਤਾਂ ਇਹਨਾਂ ਕਾਲਜਾਂ 'ਚ ਹੋਣਾ ਪੜ੍ਹਿਆ ਲਿਖਿਆ ਵਰਗ ਤੇ ਤੁਸੀਂ ਕਾਲਜ ਐਡੇ ਐਡੇ ਕਾਲਜ ਸਰਕਾਰੀ ਕਾਲਜ ਇਹ 20 ਏਕੜ ਦੇ ਵਿੱਚ ਬਣਿਆ ਹੋਇਆ ਕਾਲਜ ਹੈ 20 ਏਕੜ ਦੇ ਵਿੱਚ ਜਿਹੜਾ ਕਿ ਮਾਲਵੇ ਦਾ ਲੁਧਿਆਣੇ ਕਾਲਜ ਤੋਂ ਬਾਅਦ ਜੀ ਐਨ ਈ ਕਾਲਜ ਤੋਂ ਬਾਅਦ ਸਭ ਤੋਂ ਵੱਡਾ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ ਹੈ ਲਹਿਰੇ ਗਾਗੇ ਦਾ ਬਾਬਾ ਹੀਰਾ ਸਿੰਘ ਭੱਠਲ ਦੇ ਨਾਂ ਤੇ ਬਣਾਇਆ ਸੀ ਪਰ ਕਾਂਗਰਸ ਸਰਕਾਰ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਦੇ ਕਰਦੇ ਇਹ ਹੀਰਾ ਸਿੰਘ ਭੱਠਲ ਕਾਲਜ ਨੂੰ ਹੀ ਖਤਮ ਕਰਤਾ ਕਾਲਜ ਹੀ ਖਤਮ ਕਰਤਾ ਟੀਚਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਟੀਚਰ ਭੱਜ ਗਏ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ ਮਹਾਰਾਸ਼ਟਰ ਤੋਂ ਬੱਚੇ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤੱਕ ਦੇ ਜਵਾਕ ਇੱਥੇ ਪੜ੍ਹਦੇ ਸੀ ਅੰਦਰ ਪੰਜ ਮੈਸਾਂ ਚੱਲਦੀਆਂ ਸੀ 5 ਜਗ੍ਹਾ ਖਾਣਾ ਬਣਦਾ ਹੁੰਦਾ ਸੀਗਾ ਹਾਂ ਉਹ ਨਹੀਂ ਪੂਰਾ ਹੁੰਦਾ ਸੀ ਬੱਚੇ ਬਾਹਰ ਨਾ ਪੀਜੀ ਲੈ ਕੇ ਰਹਿੰਦੇ ਸੀਗੇ ਤੇ ਹੁਣ ਇੱਥੇ ਕੀ ਹੈ ਨਵਾਂ ਦਾਖਲੇ ਬੰਦ ਨੇ ਕੋਈ ਬੱਚਾ ਨਵਾਂ ਨਹੀਂ ਆ ਰਿਹਾ ਇੱਥੇ ਸਿਰਫ ਜਿਹੜੇ ਪੁਰਾਣੇ ਰਹਿੰਦੇ ਸੀਗੇ 150 ਉਹਨਾਂ ਦੇ ਪੇਪਰ ਨੇ ਕਿਸੇ ਟਾਈਮ ਤੂਤੀ ਬੋਲਦੀ ਹੁੰਦੀ ਸੀ ਮਤਲਬ ਇਸ ਕਾਲਜ ਦੀ ਹੈ ਨਾ ਕਿਸੇ ਸਮੇਂ ਤਾਂ ਇੱਥੇ ਮਤਲਬ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਕਿ ਐਡਮਿਸ਼ਨ ਨਹੀਂ ਮਿਲਦੀ ਸੀ ਐਡਮਿਸ਼ਨ ਲੈਣੀ ਔਖੀ ਸੀ ਇੱਥੇ ਦਾਖਲਾ ਲੈਣਾ ਔਖਾ ਸੀ ਇੱਕ ਐਗਜ਼ਾਮ ਹੁੰਦਾ ਸੀਗਾ ਜਿਹਨੂੰ ਆਪਾਂ ਕਹਿ ਦਈਏ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਸੀਗਾ ਜੋ ਪਹਿਲਾਂ ਪੇਪਰ ਦੇਣਾ ਪੈਂਦਾ ਫੇਰ ਉਹਦੇ 'ਚ ਨੰਬਰ ਆਉਂਦਾ ਵੀ ਹਾਂਜੀ ਮੇਰਾ ਜਿਹਦਾ ਬਾਬਾ ਹੀਰਾ ਸਿੰਘ ਭੱਠਲ ਪੋਲੀਟੈਕਨੀਕਲ ਇੰਜੀਨੀਅਰਿੰਗ ਕਾਲਜ 'ਚ ਨੰਬਰ ਆ ਜਾਂਦਾ ਨਾ ਉਹ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਤਾਂ ਹੁਣ ਸਰਕਾਰੀ ਨੌਕਰੀ ਮਿਲੀਓ ਮਿਲੀ ਲਓ ਮੈਂ ਵੱਡਾ ਇੰਜੀਨੀਅਰ ਬਣ ਗਿਆ ਤੇ ਅੱਜ ਇਸ ਕਾਲਜ ਨੂੰ ਸਾਹਮਣੇ ਤੁਸੀਂ ਦਿਖਾਓ ਉਹ ਲਿਖਿਆ ਹੋਇਆ ਦੇਖੋ ਇਹ ਸਟਾਫ ਕਲੋਨੀ ਇੱਧਰ ਮਤਲਬ ਜਿਹੜਾ ਸਟਾਫ ਸੀਗਾ ਇੱਥੇ ਜਿਹੜਾ ਸਰਕਾਰੀ ਟੀਚਰ ਸੀਗੇ ਉਹ ਰਹਿੰਦੇ ਹੁੰਦੇ ਸੀਗੇ ਇਸ ਕਲੋਨੀ ਦੇ ਵਿੱਚ ਇੱਥੇ ਏਸੀ ਲਾ ਕੇ ਬਕਾਇਦਾ ਸਟਾਫ ਨੂੰ ਕਲੋਨੀ ਦਿੱਤੀ ਸੀ ਪਰ ਅਗਲਿਆਂ ਨੂੰ ਜਦੋਂ ਤਨਖਾਹ ਹੀ ਨਹੀਂ ਦਿੱਤੀਆਂ
ਸੁਸਾਈਡ ਕਰਕੇ ਮਰਨ ਲੱਗੇ ਉਹ ਸਾਹਮਣੇ ਦਫ਼ਤਰ ਹੈ ਜਿੱਥੇ ਉਹ ਮੁੰਡੇ ਨੇ ਸੁਸਾਈਡ ਕੀਤਾ ਸੀਗਾ ਬਿਲਕੁਲ ਉਹ ਦਫ਼ਤਰ ਚ ਕੀਤਾ ਸੀ ਉਹ ਉੱਥੇ ਸੁਸਾਈਡ ਕੀਤਾ ਸੀਗਾ ਮੁੰਡੇ ਨੇ ਤਨਖਾਹ ਉਹਨੂੰ ਮਿਲੀ ਨੀ ਆਹ ਹੁਣ ਕਬਜ਼ਾ ਦੇਖ ਲਓ ਕਿਹੜਾ ਹੋ ਗਿਆ ਆਹ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਖੜੀਆਂ ਨੇ ਸਰਕਾਰੀ ਕਾਲਜ ਦੇ ਵਿੱਚ ਹੌਲੀ ਹੌਲੀ ਇਹਨਾਂ ਨੇ ਵੇਚ ਦੇਣਾ ਇਹ ਵੇਚ ਦੇਣਾ 20 ਦੇ 20 ਕਿੱਲੇ ਵੇਚ ਦੇਣੇ ਨੇ ਤੁਸੀਂ ਬਾਈ ਆਹ ਪੌਦੇ ਸੁੱਕੀ ਜਾਂਦੇ ਆ ਹਨਾ ਦਰਖਤ ਸੁੱਕੀ ਜਾਂਦੇ ਆ ਸਰਕਾਰ ਘੱਟੋ ਘੱਟ ਵਾਤਾਵਰਨ ਨੂੰ ਬਚਾਉਣ ਦੇ ਲਈ ਇਹਨਾਂ ਵਿੱਚ ਤਾਂ ਯਾਰ ਕੋਈ ਬੰਦਾ ਰੱਖ ਦੇ ਨਾ ਆਹ ਦੇਖ ਲਓ ਤੁਸੀਂ ਕੱਖ ਕਿਵੇਂ ਉੱਗੇ ਪਏ ਅਕਾਲੀਆਂ ਤੇ ਕਾਂਗਰਸ ਨੇ ਤਾਂ ਇਹਦੀ ਕੋਈ ਸਾਰ ਨਹੀਂ ਲਈ ਹੁਣ ਆਪਾਂ ਬੇਨਤੀ ਕਰਦੇ ਆ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਸਰਕਾਰ ਦੋ ਚੀਜ਼ਾਂ ਨੂੰ ਲੈ ਕੇ ਸੱਤਾ 'ਚ ਆਈ ਹੈ ਐਜੂਕੇਸ਼ਨ ਤੇ ਮੈਡੀਕਲ ਸਿਹਤ ਸੇਵਾਵਾਂ ਤੇ ਸਿੱਖਿਆ ਨੂੰ ਲੈ ਕੇ ਆਹ ਸਿੱਖਿਆ ਦਾ ਸਭ ਤੋਂ ਵੱਡਾ ਮੰਦਿਰ ਹੈ ਮਾਲਵੇ ਦਾ ਜੇ ਆਪਾਂ ਕਹੀਏ ਤਾਂ ਆਹ ਜਿਹੜਾ ਸੰਗਰੂਰ ਜ਼ਿਲ੍ਹਾ ਤੁਹਾਡਾ ਆਪਣਾ ਜ਼ਿਲ੍ਹਾ ਤੁਹਾਡੇ ਆਪਣੇ ਜ਼ਿਲ੍ਹੇ 'ਚ ਐਡਾ ਵਿੱਦਿਆ ਦਾ ਮੰਦਿਰ ਨਹੀਂ ਕੋਈ ਹੋਊਗਾ 20 ਕਿੱਲਿਆਂ ਦੇ ਵਿੱਚ ਜਿਹੜਾ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾ ਕੇ ਇੱਥੋਂ ਪੈਦਾ ਕਰਦਾ ਸੀ 2,2500 ਬੱਚਾ ਇੱਥੋਂ ਇੰਜੀਨੀਅਰ ਕਰਕੇ ਨਿਕਲਦਾ ਸੀ ਤੇ ਹੁਣ ਇੱਥੇ ਦਾਖਲੇ ਬੰਦ ਨੇ ਸੁਣ ਸਰਾਂ ਪਈ ਆ ਬਈਏ ਬਿਲਕੁਲ ਮੈਂ ਕਹਿੰਦਾ ਪੌਦਿਆਂ 'ਚ ਪਾਣੀ ਪਾਉਣ ਵਾਸਤੇ ਪੀਣ ਨਹੀਂ ਤਨਖਾਹ ਹੀ ਨਹੀਂ ਦਿੰਦੇ ਤਨਖਾਹ ਦਿੱਤੀ ਨਹੀਂ ਕਿਸੇ ਨੂੰ ਲੋਕ ਇਹ ਸਮਝ ਲਓ ਦਵਿੰਦਰਪਾਲ ਸਿੰਘ ਨਾਂ ਦਾ ਕਲਰਕ ਸੁਸਾਈਡ ਕਰਕੇ ਆਹਾ ਲੈ ਕੇ ਇਸੇ ਕਾਲਜ 'ਚ ਮਰ ਗਿਆ ਕਿਉਂ 36 ਮਹੀਨੇ ਹੋ ਗਏ ਸੀ ਵਿਚਾਰੇ ਨੂੰ ਤਨਖਾਹ ਨਹੀਂ ਮਿਲੀ ਇੱਥੇ ਕਿਸੇ ਨੂੰ 1 ਮਹੀਨਾ ਨਾ ਪੈਸੇ ਨਾ ਮਿਲਣ ਤਾਂ ਅਗਲਾ ਚੀਕਾ ਮਾਰਨ ਲੱਗ ਜਾਂਦਾ ਇਹ ਸਰਕਾਰੀ ਕਾਲਜ ਹੋਣ ਦੇ ਬਾਵਜੂਦ ਵੀ 36 ਮਹੀਨੇ ਤਨਖਾਹ ਨਹੀਂ ਮਿਲੀ ਸੀ ਆਹ ਦੇਖ ਸਕਦੇ ਹੋ ਬਈ ਹਾਲਾਤ ਹਨਾ ਤੇ ਕਿਵੇਂ ਕਿੱਡੇ ਕਿੱਡੇ ਗਰਾਊਂਡ ਖਾਲੀ ਪਏ ਨੇ ਆਹ ਸਾਰਾ ਗਰਾਊਂਡ ਖਾਲੀ ਹੈ ਕਿੱਡਾ ਵੱਡਾ ਗਰਾਊਂਡ ਹੈ ਜਿਹੜਾ ਖਾਲੀ ਪਿਆ ਤੇ ਇੱਥੇ ਕਿਤੇ ਪਾਰਕਿੰਗ ਹੁੰਦੀ ਸੀ ਬਾਈ ਆਹ ਪਾਰਕਿੰਗ ਏਰੀਆ ਉਹ ਦੇਖੋ ਪਿੱਛੇ ਦੇਖੋ ਆਹ ਦੇਖੋ ਕੀ ਬਣਿਆ ਪਿਆ ਇੱਥੋਂ ਨੇੜੇ ਜਾ ਕੇ ਦਿਖਾਈਏ ਆਪਾਂ ਇੱਥੋਂ ਨੀ ਨਾ ਕੋਈ ਦੇਖੋ ਮੁੰਡੇ ਟੱਪਦੇ ਬਾਈ ਜਿਹੜੇ ਨਸ਼ੇ ਪੱਤੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਇੱਥੋਂ ਦੀ ਮੁੰਡੇ ਚਿੱਟੇ ਪੀਣ ਵਾਲੇ ਟੱਪਦੇ ਆ ਲੈ ਥੋੜੇ ਉੱਪਰ ਕਰਕੇ ਦਿਖਾ ਦੋ ਆਹ ਖਾਲੀ ਪਿਆ ਐਡਾ ਵੱਡਾ ਕਾਲਜ ਆਹ ਜਿਹੜੇ ਕਹਿੰਦੇ ਆ ਨਾ ਵੀ ਸਿਹਤ ਤੇ ਸਿੱਖਿਆ ਤੇ ਅਸੀਂ ਹੁਣ ਧਿਆਨ ਦੇਣਾ ਤੇ ਕੈਪਟਨ ਨੇ ਤਾਂ ਕੀਤਾ ਸੀ ਇਹਨੂੰ ਖਤਮ ਹੁਣ ਦੇਖਦਾ ਵੀ ਭਗਵੰਤ ਮਾਨ ਸਾਹਿਬ ਇਹਨੂੰ ਸ਼ੁਰੂ ਕਰਾਉਂਦੇ ਨੇ ਕਿ ਨਹੀਂ ਕਰਾਉਂਦੇ ਨਾਲ ਇੱਕ ਗੱਲ ਹੋਰ ਬਾਈ ਭਗਵੰਤ ਨੇ ਸਭ ਤੋਂ ਪਹਿਲੀ ਚੋਣ ਲਹਿਰੇ ਤੋਂ ਲੜੀ ਸੀ ਉਹਦਾ ਹਲਕਾ ਵੀ ਹੈ ਪਹਿਲੀ ਵਾਰੀ ਹਾਂ ਜਦੋਂ ਪੀਪੀ 'ਚ ਭਗਵੰਤ ਮਾਨ ਜਦੋਂ ਉਹਦੇ ਨਾਲ ਰਲਿਆ ਆਪਣੇ ਮਨਪ੍ਰੀਤ ਬਾਦਲ ਨਾਲ ਪਹਿਲੀ ਚੋਣ ਵਿਧਾਇਕੀ ਦਾ ਪੈਰ ਪਹਿਲਾ ਜਿਵੇਂ ਆਪਾਂ ਕਹਿ ਦਿੰਦੇ ਨਾ ਪਹਿਲਾ ਡੰਡਾ ਲਹਿਰੇ ਹਲਕੇ ਤੋਂ ਧਰਿਆ ਸੀ ਪਹਿਲੀ ਪੌੜੀ ਦਾ ਮਤਲਬ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਲਹਿਰਾ ਹਲਕਾ ਬਣਿਆ ਸੀ ਭਗਵੰਤ ਮਾਨ ਦੇ ਲਈ ਤੇ ਭਗਵੰਤ ਮਾਨ ਨੂੰ ਚਾਹੀਦਾ ਕਿ ਆਹ ਜਿਹੜਾ ਮਤਲਬ ਬਰਾਨ ਹੁੰਦਾ ਜਾਂਦਾ ਭੂਤ ਬੰਗਲਾ ਬਣਦਾ ਜਾ ਰਿਹਾ ਉਹ ਐਡਾ ਵੱਡਾ ਕਾਲਜ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਇੱਕ ਬਹੁਤ ਹੀ ਵਧੀਆ ਨੌਲੇਜ ਵਾਲੀ ਗੱਲਬਾਤ ਹੈ ਜੇਕਰ ਇਹ ਕਾਲਜ ਚੱਲਦਾ ਤਾਂ ਸਾਡੇ ਬੱਚੇ ਬਾਹਰੋਂ ਜਾਣੋ ਘੱਟ ਸਕਦੇ ਆ ਇੱਥੇ ਬਹੁਤ ਸਿਸਟਮ ਬਹੁਤ ਤਕੜਾ ਸੀ ਆ ਗਰਾਊਂਡ ਸੀ ਦੇਖੋ ਕਿਵੇਂ ਖੰਜੜ ਬਣ ਕੇ ਰਹਿ ਗਏ ਕੋਈ ਪੌਦਿਆਂ 'ਚ ਇੱਥੇ ਪਾਣੀ ਪਾਉਣ ਵਾਲਾ ਪੀਆ ਨਹੀਂ ਅਸੀਂ ਗੱਲ ਕਰ ਰਹੇ ਹਾਂ ਲਹਿਰਾ ਗਾਗਾ ਦੀ ਬਾਬਾ ਹੀਰਾ ਸਿੰਘ ਭੱਠਲਿਆਂ ਟੈਕਨੀਕਲ ਕਾਲਜ ਦੀ ਆਓ ਤੁਹਾਨੂੰ ਬੱਸਾਂ ਦਿਖਾਉਂਦੇ ਹਾਂ ਬਾਈ ਬੱਸਾਂ 'ਤੇ ਕਿਵੇਂ ਧੂੜ ਜੰਮੀ ਪਈ ਆ ਜਿਵੇਂ ਕਿ ਸਰਕਾਰ ਦਾ ਇਸ ਵੱਲ ਧਿਆਨ ਹੀ ਨਾ ਸਰਕਾਰ ਦੀ ਐਡੀ ਵੱਡੀ ਅਣਗਹਿਲੀ ਆ ਉਹ ਦੇਖੋ ਲੱਖਾਂ ਰੁਪਇਆਂ ਦੀਆਂ ਬੱਸਾਂ ਗਾਲਣ ਲੱਗ ਰਹੀਆਂ ਨੇ ਐਡੀ ਐਡੀਆਂ ਬਿਲਡਿੰਗਾਂ ਮੈਂ ਕਹਿੰਦਾ PGI ਤੋਂ ਵੱਡਾ ਇਹ PGI ਤੋਂ ਵੱਡਾ ਕਾਲਜ ਹੈ ਇਹ ਹਾਂ ਤੇ ਆਹ ਸਾਹਮਣੇ ਦੇਖੋ ਉਹ ਲਿਖਿਆ ਹੋਇਆ ਦਿਖਾਓ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੋਲੀਟੈਕਨਿਕ ਵਿੰਗ ਇਹ ਪੋਲੀਟੈਕਨਿਕ ਵਿੰਗ ਸੀਗਾ ਤੇ ਇਹਦੀ ਆਹ ਜਿਹੜੀ ਆਹ ਕੁੜੀਆਂ ਨੂੰ ਨਾ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਕਿਸੇ ਟਾਈਮ ਕਿਵੇਂ ਧੂੜ ਜੰਮੀ ਪਈ ਹੈ ਬਾਈ ਉਹ ਸੀਗਾ ਵੀ ਮਤਲਬ ਨਾ ਕੁੜੀਆਂ ਨੂੰ ਪਿੰਡਾਂ 'ਚੋਂ ਬੱਸਾਂ ਲੈ ਕੇ ਆਉਂਦੀਆਂ ਸੀ ਹੁਣ ਅੰਦਰ ਦੇਖ ਲੈ ਵੀ ਤਾਂ ਬੋਲਦੇ ਨੇ ਪੁਲਿਸ ਇੱਥੇ ਪੁਲਿਸ ਮੁਲਾਜ਼ਮ ਅੰਦਰ ਗਏ ਬੈਠੇ ਨੇ ਮੈਨੂੰ ਇਹ ਨਹੀਂ ਸਮਝੇਗੀ ਆਹ ਦੇਖੋ ਬਾਈ ਕਿਵੇਂ ਗਰਦ ਜੰਮੀ ਪਈ ਹੈ ਇਹਨਾਂ ਦੇ ਕਿਹੜੇ ਹਿਸਾਬ ਨਾਲ ਉਹ ਉਹ ਬੁੱਤ ਲੱਗਿਆ ਹੋਇਆ ਅੱਗੇ ਹਨਾ ਉਹ ਬਾਬਾ ਹੀਰਾ ਸਿੰਘ ਭੱਠਲ ਦਾ ਬੁੱਤ ਹੈ ਬਸ ਇਹਦਾ ਨਾਮ ਨਾ ਬਾਬਾ ਹੀਰਾ ਸਿੰਘ ਭੱਠਲ ਰੱਖਣ ਕਰਕੇ ਇਹ ਕਾਲਜ ਬਲੀ ਬਲੀ ਜੜ ਗਿਆ ਸਰਕਾਰਾਂ ਦੀ ਜੇ ਕਾਂਗਰਸ ਸਰਕਾਰ ਟੀਚਰਾਂ ਨੂੰ ਤਨਖਾਹ ਦੇਈ ਜਾਂਦੀ ਨਾ ਤਾਂ ਇੱਥੋਂ ਟੀਚਰ ਵਧੀਆ ਨਾ ਜਾਂਦੇ ਔਰ ਇੱਥੇ ਬੱਚੇ ਆਈ ਜਾਂਦੇ ਇੱਕ ਦਿਨ ਇੱਦਾਂ ਦਾ ਆ ਗਿਆ ਸੀਗਾ ਟੀਚਰ ਕੋਈ ਨਹੀਂ ਸੀ ਬੱਚਾ ਇੱਥੇ 700-800 ਹੈਗਾ ਸੀ ਪਰ ਉਦੋਂ ਬਾਅਦ ਬੱਚੇ ਵੀ ਆਉਣ ਵਾਲੇ ਗਏ ਇਹਨੂੰ ਮਤਲਬ ਕਾਲਜ ਨੂੰ ਸਾਹਮਣੇ ਦਿਖਾਓ ਬਾਬਾ ਹੀਰਾ ਕਾਲਜ ਨੂੰ ਬਰਬਾਦ ਕਰਨ ਦੇ ਵਿੱਚ ਕਾਂਗਰਸ ਦਾ ਹੱਥ ਰਿਹਾ ਇਹਨੂੰ ਬਣਾਉਣ 'ਚ ਵੀ ਕਾਂਗਰਸ ਦਾ ਹੱਥ ਰਿਹਾ ਬਾਬਾ ਹੀਰਾ ਸਿੰਘ ਭੱਠਲ ਰਜਿੰਦਰ ਕੌਰ ਭੱਠਲ ਦੇ ਪਰਿਵਾਰ 'ਚ ਇਹਦੇ ਪਿਤਾ ਜੀ ਨੇ ਔਰ ਤੁਸੀਂ ਦੇਖ ਲਓ 1885 'ਚ ਜਨਮ ਹੈ 1984 'ਚ ਇਹਨਾਂ ਦੀ ਡੈਥ ਹੁੰਦੀ ਹੈ ਔਰ ਇਹ ਸੁਤੰਤਰ ਦਾ ਸੈਨਾਨੀ ਰਹੇ ਨੇ ਤੁਹਾਨੂੰ ਇਹ ਵੀ ਦੱਸਦਾ ਮੈਂ ਆਜ਼ਾਦੀ ਦੀ ਲੜਾਈ ਮੌਕੇ ਇਹਨਾਂ ਦਾ ਯੋਗਦਾਨ ਰਿਹਾ
ਜੇਲਾਂ ਵੀ ਕੱਟੀਆਂ ਨੇ ਇਹਨਾਂ ਨੇ। ਇਹਨਾਂ ਦੇ ਨਾਂ ਤੇ ਇਹ ਕਾਲਜ ਬਣਿਆ ਸੀ ਬਾਬਾ ਹੀਰਾ ਸਿੰਘ ਭੱਠਲ ਕਾਲਜ, ਪਰ ਭੱਠਲ ਨੂੰ ਖਤਮ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਲਜ ਨੂੰ ਪਹਿਲਾਂ ਖਤਮ ਕਰਨਾ ਸ਼ੁਰੂ ਕੀਤਾ ਵੀ ਇਸ ਇਲਾਕੇ 'ਚ ਇਹ ਨਾ ਹੋਵੇ ਵੀ ਭੱਠਲ ਨੇ ਐਡਾ ਕਾਲਜ ਬਣਾਤਾ। ਹੁਣ ਲਹਿਰੇ ਹਲਕੇ 'ਚ ਲੋਕ ਇਹ ਕਹਿੰਦੇ ਨੇ ਭੱਠਲ ਦੀ ਕੋਈ ਦੇਣ ਨਹੀਂ, ਆ ਇੱਕ ਦੇਣ ਸੀ ਇਹ ਕੈਪਟਨ ਨੇ ਖਤਮ ਕਰਤੀ। ਪਰ ਹੁਣ ਲੋੜ ਹੈ ਸਾਡੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਕਿ ਯਾਰ ਜ਼ਿਲ੍ਹੇ ਸੰਗਰੂਰ ਦੀ ਸ਼ਾਨ ਹੈ ਇਹ, ਇੱਧਰਲਾ ਇਲਾਕਾ ਲਾ ਲਓ, ਆਹ ਸੁਨਾਮ ਤਹਿਸੀਲ, ਮੂਨਕ ਤਹਿਸੀਲ, ਸਭ ਤਾਂ ਪੰਜਾਬ ਤੋਂ ਪਛੜਿਆ ਇਲਾਕਾ ਆਪਾਂ ਕਹਿ ਦਿੰਦੇ ਹਾਂ। ਪਹਿਲਾਂ ਸੁਨਾਮ ਤਹਿਸੀਲ ਨੂੰ ਕਹਿ ਦਿੰਦੇ ਸੀ ਸਭ ਤੋਂ ਪਛੜੀ ਤਹਿਸੀਲ ਹੈ ਪੰਜਾਬ ਦੀ, ਤੇ ਹੁਣ ਅੱਗੇ ਉਹ ਮੂਨਕ ਤਹਿਸੀਲ ਏਦੂ ਹੋਰ ਅੱਗੇ ਬਣ ਗਈ। ਇਹ ਲਹਿਰੇ ਦਾ ਇਲਾਕਾ ਸੈਂਟਰ 'ਚ ਆ ਗਿਆ ਮੂਨਕ ਤੇ ਸੁਨਾਮ ਦੇ, ਔਰ ਐਡਾ ਵੱਡਾ ਪੋਲੀਟੈਕਨੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਜਿੱਥੇ ਹਜ਼ਾਰਾਂ ਦੀ ਸੰਖਿਆ 'ਚ ਬੱਚੇ ਬਾਹਰਲੀਆਂ ਸਟੇਟਾਂ ਤੋਂ ਪੜ੍ਹਨ ਆਉਂਦੇ ਸੀ, ਤੇ ਅੱਜ ਆਪਣੇ ਜਵਾਕ ਇੱਥੇ ਦਾਖਲਾ ਨਹੀਂ ਲੈ ਰਹੇ, ਕਿਉਂ ਨਹੀਂ ਲੈ ਰਹੇ? ਟੀਚਰ ਨਹੀਂ, ਤਨਖਾਹਾਂ ਨਹੀਂ ਦਿੱਤੀਆਂ, ਇੱਥੋਂ ਟੀਚਰ ਗੱਲ ਫਰਾਹੇ ਲੈ ਕੇ ਮਰਨ ਲੱਗੇ। ਦੂਜਾ ਨੰਬਰ ਇੱਕ ਹੋਰ ਹੋ ਗਿਆ, ਇੰਨੀ ਪੜ੍ਹਾਈ ਮਹਿੰਗੀ ਹੋ ਗਈ ਇੰਜੀਨੀਅਰਿੰਗ ਦੀ ਕਿ ਜੇ ਬੰਦਾ ਇਹ ਪੂਰੀ ਪੂਰੀ ਮੰਨ ਲਓ ਉਹਨੇ ਐਮਟੈਕ ਕਰਨੀ ਹੈ, ਐਮਟੈਕ ਕਰਦੇ ਕਰਦੇ ਉਹਦਾ 15 ਲੱਖ ਰੁਪਇਆ ਲੱਗ ਜਾਂਦਾ। ਅਗਲਾ ਕਹਿੰਦਾ 3 ਲੱਖ ਹੋਰ ਪਾਓ, ਕੈਨੇਡਾ ਜਾਓ 18 ਲੱਖ ਰੁਪਏ 'ਚ, ਇੱਥੇ 15 ਲੱਖ ਲਾ ਕੇ ਕੋਈ ਪੱਕਾ ਪਤਾ ਨਹੀਂ ਨੌਕਰੀ ਮਿਲੂ। ਇੰਜੀਨੀਅਰ ਜਿਹੜੇ ਕਰ ਲੈਂਦੇ ਨੇ ਨਾ ਐਮਟੈਕ ਕਰ ਲੈਂਦੇ ਨੇ, 15-15 ਹਜ਼ਾਰ ਤੇ ਨੌਕਰੀ ਲੱਗ ਗਏ, ਮੈਂ ਦੇਖੇ ਨੇ ਮੁੰਡੇ। ਬਿਲਕੁਲ। ਅਗਲਾ ਕਹਿੰਦਾ ਯਾਰ 15 ਲੱਖ ਆਪਾਂ ਲਾਵਾਂਗੇ ਐਮਟੈਕ ਕਰਨ ਤੇ, 3 ਲੱਖ ਹੋਰ ਪਾਓ, 18 ਲੱਖ ਲਾ ਕੇ ਕੈਨੇਡਾ ਜਾਓ ਤੇ ਉੱਥੇ ਜਾ ਕੇ ਘੱਟੋ ਘੱਟ ਹੋਰ ਨਹੀਂ ਤਾਂ ਮਹੀਨੇ ਦਾ 2-3 ਲੱਖ ਕਮਾਵਾਂਗੇ। ਇਹ ਕਾਲਜ ਖਤਮ ਹੋਣ ਪਿੱਛੇ ਜਿੱਥੇ ਸਰਕਾਰਾਂ ਦਾ ਹੱਥ ਹੈ ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਵੀ ਬਰਾਬਰ ਦੀ ਹਿੱਸੇਦਾਰ ਹੈ। ਨੌਜਵਾਨ ਪੀੜ੍ਹੀ ਕਿਵੇਂ ਹਿੱਸੇਦਾਰ ਹੈ? ਜੇ ਜਦੋਂ ਇਸ ਕਾਲਜ 'ਚ ਜਵਾਕ ਪੜ੍ਹ ਰਹੇ ਸੀਗੇ, 2022 ਬੱਚਾ ਪੜ੍ਹ ਰਿਹਾ ਸੀ, ਉਹ ਇਕਦਮ ਨਹੀਂ ਘਟੇ, ਹਰ ਸਾਲ ਘਟਦੇ 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 ਘਟਦੇ, ਜਦੋਂ ਸਰਕਾਰਾਂ ਨੂੰ ਲੱਗਿਆ ਕਿ ਇੱਥੇ ਬੱਚੇ ਘਟ ਗਏ ਨੇ ਤਾਂ ਸਰਕਾਰਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰਤਾ। ਆਹ ਦੇਖੋ ਅਲੱਗ ਆਹ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ, ਇਹ ਇੰਜੀਨੀਅਰ ਵਿੰਗ ਹੈ, ਉਹ ਪੋਲੀਟੈਕਨੀਕਲ ਵਿੰਗ ਸੀਗਾ, ਇਹ ਇੰਜੀਨੀਅਰਿੰਗ ਦਾ ਵਿੰਗ ਹੈ। ਕਿੱਡੀਆਂ ਵੱਡੀਆਂ ਬਿਲਡਿੰਗਾਂ ਬਈ ਹਨਾ, ਜਿੱਥੇ ਕਬੂਤਰ ਰਹਿਣ ਲੱਗ ਗਏ ਹਨਾ, ਚਿੜੀਆਂ ਰਹਿਣ ਲੱਗੀਆਂ, ਘੁੱਗੀਆਂ ਨੇ ਆਲਣੇ ਪਾਲੇ ਯਾਰ, ਇਹ ਮੇਰੇ ਪੰਜਾਬ ਦੇ ਹਾਲਾਤ ਆ ਯਾਰ ਹਨਾ। ਐਡੀਆਂ ਐਡੀਆਂ ਬਿਲਡਿੰਗਾਂ ਜਿਨ੍ਹਾਂ ਤੇ ਅਰਬਾਂ ਰੁਪਇਆ ਲੱਗਿਆ ਹੋਇਆ, ਅਰਬਾਂ ਰੁਪਏ ਬਣਾ ਲਾ ਕੇ ਨਾ ਇਹ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਤਿਆਰ ਹੋਇਆ ਸੀ, ਪਰ ਅੱਜ ਸਰਕਾਰਾਂ ਦੀ ਅਣਗਹਿਲੀ ਦੇ ਕਾਰਨ ਇਹ ਖੰਡਰ ਬਣ ਗਿਆ, ਔਰ ਨਵੇਂ ਸੈਸ਼ਨ ਤੋਂ ਇੱਥੇ ਬੱਚਿਆਂ ਦੇ ਦਾਖਲੇ ਬੰਦ ਨੇ। ਬਿਲਕੁਲ। ਇੱਥੇ ਟੀਚਰਾਂ ਦੀਆਂ ਤਨਖਾਹਾਂ ਮਿਲੀਆਂ ਨੂੰ 36 ਮਹੀਨੇ ਹੋ ਗਏ, ਟੀਚਰ ਇੱਥੇ ਗੱਲ ਫਰਾਹੇ ਲੈ ਕੇ ਮਰੇ। ਨੌਜਵਾਨੀ ਨੂੰ ਕੀ ਸੁਨੇਹਾ ਦੇਵਾਂਗੇ ਬਈ, ਨੌਜਵਾਨੀ ਬਾਹਰ ਜਾਈ ਜਾਂਦੀ ਹੈ ਹਨਾ, ਕਿਉਂਕਿ ਅੱਧਾ ਤਾਂ ਇਹ ਬੰਦ ਤਾਂ ਵੀ ਹੋਇਆ। ਬਿਲਕੁਲ। ਨੌਜਵਾਨੀ ਵੀ ਨਹੀਂ ਇੱਥੇ ਟਿਕ ਰਹੀ, ਸਾਹਮਣੇ ਦੇਖੋ ਏਸੀ ਦੇਖ ਲਓ ਬਾਈ ਹਨਾ, ਏਸੀ ਲੱਗੇ ਨੇ, ਗੰਦਗੀ ਨਾਲ ਭਰਿਆ ਸਾਰਾ ਕੁਝ, ਕਾਰਨ ਕੀ ਹੈ? ਨੌਜਵਾਨੀ ਦਾ ਤਾਂ ਇੱਕੋ ਹੀ ਹੈ ਵੀ ਪੰਜਾਬ ਦਾ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਬੱਚੇ ਬਾਹਰ ਨੂੰ ਭੱਜ ਰਹੇ ਨੇ, ਉਹ ਕਿਉਂ ਭੱਜਣੇ ਸ਼ੁਰੂ ਹੋਏ? ਇੱਥੇ ਪੜ੍ਹਾਈ ਮਹਿੰਗੀ ਹੋ ਗਈ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਐਮਟੈਕ ਕਰਨ ਜਦੋਂ ਬੱਚਾ ਤੱਕ ਜਦੋਂ ਤੱਕ ਬੱਚਾ ਐਮਟੈਕ ਕਰਦਾ ਨਾ ਉਦੋਂ ਤੱਕ 12-15 ਲੱਖ ਰੁਪਇਆ ਲਾ ਦਿੰਦਾ, ਔਰ ਫਿਰ ਵੀ ਉਸ ਤੋਂ ਬਾਅਦ ਪੱਕਾ ਨਹੀਂ ਕੋਈ ਨੌਕਰੀ ਉਹਨੂੰ ਮਿਲੂਗੀ, ਪ੍ਰਾਈਵੇਟ ਕੰਮ ਕਰਨਾ ਪਊਗਾ ਉਹਨੂੰ, ਸਿਰਫ 15-18 ਹਜ਼ਾਰ ਦੇ 20 ਹਜ਼ਾਰ ਦੇ, ਔਰ ਉਹ ਵੀ ਪਤਾ ਨਹੀਂ। ਸਾਹਮਣੇ ਕੰਟੀਨ ਦੇਖ ਰਹੇ ਹੋ ਬਈ, ਕਿਸੇ ਟਾਈਮ ਇੱਥੇ ਮੁੰਡੇ ਹਨਾ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਹਨਾ ਕੋਕਾ ਕੋਲਾ ਚਾਹਾਂ ਪੀਂਦੇ ਹੋਣੇ ਹਨਾ। ਮੈਂ ਕਹਿੰਦਾ ਕੈਫੇਟੇਰੀਆ ਸੀ ਇਹ, ਪੂਰਾ ਵਧੀਆ ਕੈਫੇਟੇਰੀਆ, ਪੈਪਸੀ ਵਾਲਿਆਂ ਦਾ ਰੰਗ ਰੋਗਨ ਕੀਤਾ ਹੋਇਆ, ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀਗੀਆਂ, ਪਿੱਪਲ ਉੱਗ ਚੁੱਕੇ ਨੇ ਬਈ ਯਾਰ। ਅੱਜ ਜਿਵੇਂ ਆਪਾਂ ਕਹਿ ਦਈਏ ਨਾ ਹਾਲਾਤ, ਕਿਤੇ ਕਤਲ ਹੋ ਜਾਂਦਾ ਸੀ ਨਾ ਜੇ ਕਿਸੇ ਪਰਿਵਾਰ 'ਚ ਕਤਲ ਹੋ ਜਾਂਦਾ ਤਾਂ ਜਿਨ੍ਹਾਂ ਦੇ ਕਤਲ ਹੋਇਆ ਹੁੰਦਾ ਉਹਨਾਂ ਦੇ ਘਰ ਦਾ ਹਾਲ ਤੇ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਦੇ ਘਰ ਦਾ ਹਾਲ ਇੱਦਾਂ ਦਾ ਹੁੰਦਾ ਸੀ, ਅੱਜ ਜਿੱਦਾਂ ਇਸ ਘਰ ਦਾ ਹਾਲ, ਇਸ ਵਿੱਦਿਆ ਦੇ ਮੰਦਿਰ ਦਾ ਹਾਲ ਹੋਇਆ। ਹੁਣ ਇਹੀ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੀ ਫਲੀ ਚੜੀ ਹੈ, ਇਹ ਤੋਂ ਪੁਰਾਣੇ ਖੁੱਲੇ ਹੋਏ ਕਾਲਜ ਉਹ ਵੀ ਅਜੇ ਚੱਲ ਰਹੇ ਨੇ, ਔਰ ਇਸ ਤੋਂ ਬਾਅਦ ਖੁੱਲੇ ਹੋਏ ਕਾਲਜ ਵੀ ਚੱਲ ਰਹੇ ਨੇ, ਪਰ ਇਸ ਕਾਲਜ ਨਾਲ ਸਰਕਾਰਾਂ ਦੀ ਕੀ ਦੁਸ਼ਮਣੀ ਰਹੀ ਹੈ ਕਿ ਇਕੱਲਾ ਇਹਦਾ ਨਾਂ ਜਿਹੜਾ ਹੀਰਾ ਸਿੰਘ ਭੱਠਲ ਉਹਦੇ ਕਰਕੇ ਦੁਸ਼ਮਣੀ ਕੱਢੀ ਗਈ ਸਰਕਾਰਾਂ ਵੱਲੋਂ ਜਾਂ ਕੋਈ ਹੋਰ ਕਾਰਨ? ਇਹ ਸਪਸ਼ਟ ਕਰਨਾ ਚਾਹੀਦਾ। ਹੁਣ ਬਜਟ ਆਇਆ ਸੀਗਾ, ਚਾਹੀਦਾ ਇਹ ਸੀਗਾ ਕਿ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਤ ਮੰਤਰੀ ਸੀਗੇ, ਮੁੱਖ ਮੰਤਰੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਸੀਗੇ, ਘੱਟੋ ਘੱਟ ਇਸ ਕਾਲਜ ਦਾ ਜਿਹੜਾ 20 ਕਿੱਲਿਆਂ 'ਚ ਫੈਲਿਆ ਹੋਇਆ ਐਡਾ ਵੱਡਾ ਇੰਜੀਨੀਅਰਿੰਗ ਕਾਲਜ ਇਹਦਾ ਜ਼ਿਕਰ ਆਉਂਦਾ ਕਿ ਅਸੀਂ ਇਹਨੂੰ ਮੁੜ ਸੁਰਜੀਤ ਕਰਾਂਗੇ, ਕਿਉਂਕਿ ਸਿਹਤ ਤੇ ਸਿੱਖਿਆ ਦੇ ਨਾਂ ਤੇ ਨਵੀਂ ਸਰਕਾਰ ਬਣੀ ਆ, ਪਹਿਲਾਂ ਵਾਲੀਆਂ ਸਰਕਾਰਾਂ ਤਾਂ ਡੁੱਬ ਗਈਆਂ, ਮਰ ਗਈਆਂ, ਲੋਕਾਂ ਨੇ ਉਹਨਾਂ ਨੂੰ ਕਾਤ ਦਿਖਾਤੀ ਵੀ ਉਹਨਾਂ ਦੀ, ਤੁਹਾਡੇ ਕਰਕੇ ਸਿੱਖਿਆ ਖਤਮ ਹੋਈ ਹੈ। ਹੁਣ ਚਾਹੀਦਾ ਸੀ ਘੱਟੋ ਘੱਟ ਸਾਡੀ ਨਵੀਂ ਸਰਕਾਰ ਨੂੰ ਕਿ ਇਸ ਕਾਲਜ ਨੂੰ ਮੁੜ ਸੁਰਜੀਤ ਕਰ ਦੇ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ, ਕਿਉਂਕਿ ਤੁਹਾਡੀ ਰਾਜਨੀਤੀ ਦੀ ਸ਼ੁਰੂਆਤ ਲਹਿਰਾਂ ਤੋਂ ਹੋਈ ਸੀ, ਔਰ ਹੋਰ ਦੇਖੋ ਹੁਣ MP ਇਲੈਕਸ਼ਨ ਹੋ ਕੇ ਹਟੀ ਹੈ,
ਪਹਿਲਾਂ ਲਹਿਰੇ ਤੋਂ ਵੋਟਾਂ ਘਟਦੀਆਂ ਹੁੰਦੀਆਂ ਸੀਗੀਆਂ ਇੱਥੇ ਐਮਐਲਏ ਵੀ ਇਸ ਵਾਰ ਆਮ ਆਦਮੀ ਪਾਰਟੀ ਦਾ ਜਿੱਤਿਆ ਲਹਿਰੇ ਤੋਂ ਔਰ ਹੁਣ ਐਮਪੀ ਦੇ ਇਲੈਕਸ਼ਨਾਂ 'ਚ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਵੱਧ ਪਈਆਂ ਨੇ 2,2500 ਵੋਟ ਵਧੀਆ ਸਿਮਰਜੀਤ ਸਿੰਘ ਵਧੀਆ ਵਧੀਆ ਬਿਲਕੁਲ ਫੇਰ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਧਿਆਨ ਦੇਣਾ ਇੱਧਰ ਜੇ ਨਹੀਂ ਧਿਆਨ ਦੇਣਗੇ ਤਾਂ ਆਉਣ ਵਾਲੇ ਟਾਈਮ 'ਚ ਫੇਰ ਲਹਿਰੇ ਵਾਲੇ ਥੱਲ ਕੇ ਮਾਰਨਗੇ ਇਹਨਾਂ ਨੂੰ ਚਲੋ ਆਪਾਂ ਅਪੀਲ ਹੀ ਕਰ ਸਕਦੇ ਕਈ ਭਰਾ ਕਹਿ ਜਾਂਦੇ ਬਈ ਇਹ ਤਾਂ ਨਹੀਂ ਭਗਵੰਤ ਮਾਨ ਨੇ ਕਰਤਾ ਬਈ ਭਗਵੰਤ ਮਾਨ ਨੇ ਨਹੀਂ ਕੀਤਾ ਮੰਨਦਿਆਂ ਇਹ ਕਾਂਗਰਸ ਨੇ ਲਿਆਂਦਾ ਸੀ ਤੇ ਕਾਂਗਰਸ ਨੇ ਇਹਦਾ ਬੇੜਾ ਬਿਠਾਤਾ ਹਨਾ ਪੱਠਾ ਬਿਠਾਤਾ ਪਰ ਭਗਵੰਤ ਨੂੰ ਅਪੀਲ ਕਰ ਸਕਦੇ ਕਿਉਂਕਿ ਬਈ ਹੁਣ ਸੱਤਾ ਦੇ ਵਿੱਚ ਹੈ ਉਹ ਵਿਹਲੇ ਬੰਦੇ ਨੂੰ ਤਾਂ ਕੋਈ ਕਹਿ ਨਹੀਂ ਸਕਦਾ ਸਰਕਾਰ ਨੂੰ ਕਹਿੰਦੇ ਵੀ ਜਵਾਕ ਵੀ ਉਹਦੇ ਕੋਲ ਜਾ ਕੇ ਰੋਂਦਾ ਜਿੱਥੋਂ ਪਤਾ ਹੁੰਦਾ ਵੀ ਕੋਈ ਚੀਜ਼ ਮਿਲੂਗੀ ਹਾਂ ਮਲੰਗ ਬੰਦੇ ਨੂੰ ਤਾਂ ਕੋਈ ਕਹਿੰਦਾ ਹੀ ਨਹੀਂ ਹੁੰਦਾ ਕੈਪਟਨ ਨੂੰ ਕੌਣ ਕਹੂਗਾ ਰੀੜ ਦੀ ਹੱਡੀ ਤੜਾਈ ਬੈਠਾ ਹੋ ਉਹਨੂੰ ਕੌਣ ਕਹੂ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਾਵਰਾਂ ਨੇ ਤੇ ਜਿਹਦੇ ਕੋਲ ਪਾਵਰ ਹੁੰਦੀ ਹੈ ਉਸੇ ਨੂੰ ਲੋਕ ਕਹਿੰਦੇ ਹੁੰਦੇ ਨੇ ਕਿ ਜੇ ਮਾਨ ਸਾਹਿਬ ਕੋਲ ਹੁਣ ਪਾਵਰ ਹੈ ਮਾਨ ਸਾਹਿਬ ਚਾਹੁਣ ਤਾਂ ਇਹ ਜਿਹੜਾ 20 acres ਦੇ ਵਿੱਚ ਫੈਲਿਆ ਹੋਇਆ ਇੰਜੀਨੀਅਰਿੰਗ ਕਾਲਜ ਹੈ ਲਹਿਰਾ ਗਾਗਾ ਦਾ ਇਹ ਮੁੜ ਤੋਂ ਹਰਿਆ ਭਰਿਆ ਤੇ ਇੱਥੇ ਸਟੂਡੈਂਟਾਂ ਦੀ ਗਿਣਤੀ ਵੱਧ ਸਕਦੀ ਹੈ ਔਰ ਪੰਜਾਬ ਦੇ ਜਿਹੜੇ ਜਵਾਕ ਨੇ ਉਹ ਬਾਹਰ ਨੂੰ ਭੱਜ ਰਹੇ ਨੇ ਹੋ ਸਕਦਾ ਉਹ ਇੱਥੇ ਜਿਵੇਂ ਪਹਿਲਾਂ ਮੰਨ ਲਓ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ ਮੈਂ ਇੱਥੋਂ ਦੇਖਿਆ ਕਈ ਬੱਚੇ ਇੰਜੀਨੀਅਰਿੰਗ ਕਰਕੇ ਆਹ ਪੱਠਲ ਪਰਿਵਾਰ ਦੀ ਇੱਕ ਮਰੂਤੀਆਂ ਦੀ ਏਜੰਸੀ ਹੈ ਉੱਥੇ ਮਕੈਨਿਕ ਲੱਗੇ ਹੋਏ ਨੇ 50-50, 45-45 ਹਜ਼ਾਰ ਤਨਖਾਹ ਲੈਂਦੇ ਨੇ ਇੱਥੋਂ ਇੰਜੀਨੀਅਰਿੰਗ ਕੀਤੀ ਉੱਥੇ ਕੰਮ ਤੇ ਲੱਗ ਗਏ ਪਰ ਹੁਣ ਕਾਰਨ ਕੀ ਹੈ ਹੁਣ ਜਾਂ ਤਾਂ ਪ੍ਰਾਈਵੇਟ ਇਸ ਇਲਾਕੇ ਦੇ ਜਵਾਕ ਕਿੱਥੇ ਜਾਣਗੇ ਰਿੰਕ 'ਚ ਜਾਣਗੇ ਗੋਬਿੰਦਗੜ੍ਹ ਜਾਣਗੇ ਉੱਥੇ ਜੇ ਮੰਨ ਲਓ ਕਿਸੇ ਨੇ ਇੰਜੀਨੀਅਰਿੰਗ ਕਰਨੀ ਹੈ ਤਾਂ ਉੱਥੇ 25-30 lakh ਤੋਂ ਘੱਟ ਨਹੀਂ ਹੁੰਦੀ ਐਮਟੈਕ ਜਦੋਂ ਤੱਕ ਬੱਚਾ 12th ਤੋਂ ਬਾਅਦ ਐਮਟੈਕ ਕਰੂਗਾ ਇਸ ਕਰਕੇ ਅਗਲਾ ਸੋਚਦਾ ਯਾਰ 18 lakh ਲਾ ਕੇ ਕੈਨੇਡਾ ਜਾਂਦੇ ਆ ਇੱਥੇ ਫੇਰ ਨਹੀਂ ਰੋਜੀ ਰੋਟੀ ਦਾ ਪੱਕਾ ਪਤਾ ਵੀ ਨੌਕਰੀ ਮਿਲੂਗੀ ਕਿ ਨਹੀਂ ਮਿਲੂਗੀ ਕਿਸੇ ਟਾਈਮ ਬਈ ਇੱਥੇ ਖਾੜੇ ਲੱਗਦੇ ਹੋਣੇ ਆ ਸਟੇਜ ਤੇ ਹਨਾ ਆ ਸਟੇਜ ਤੇ ਜੀ ਆ ਸਟੇਜ ਤੋਂ ਪਤਾ ਨਹੀਂ ਕਿੰਨੇ ਗਾਇਕ ਆਏ ਹੋਣੇ ਜਾਂ ਇੱਥੇ ਪ੍ਰੋਗਰਾਮ ਹੋਏ ਹੋਏ ਹੋਣੇ ਬੜੇ ਪ੍ਰੋਗਰਾਮ ਹੋਏ ਨੇ ਕਿਉਂਕਿ ਇੰਜੀਨੀਅਰਿੰਗ ਕਾਲਜ ਦੇ ਬੜੇ ਸਟੂਡ ਤੁਸੀਂ ਮੰਨ ਕੇ ਚੱਲੋ ਵੀ ਜਿੱਥੇ 2,000-2,500 ਤੇ ਅੱਜ ਤੁਹਾਨੂੰ ਆ ਤਸਵੀਰ ਦਿਖਾ ਦਈਏ ਕਿ ਇਹ ਜਿਹੜਾ ਗਰਾਊਂਡ ਹੈ ਕਦੇ ਖੇਡਣ ਦੇ ਕੰਮ ਆਉਂਦਾ ਸੀ ਪਰ ਅੱਜ ਟੈਂਟਾਂ ਨੇ ਆਪਣੀਆਂ ਚਾਦਰਾਂ ਪਾ ਲੀਆਂ ਇਹ ਹਾਲਾਤ ਹੈ ਸਾਡੇ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਤੇ ਇਹਨਾਂ ਕਾਲਜਾਂ ਦੇ ਜਿਹੜੇ ਕਾਲਜਾਂ ਨੂੰ ਬਲੀ ਚਾੜਤਾ ਸਿਆਸਤ ਨੇ ਕੈਪਟਨ ਨੇ ਭੱਠਲ ਨੂੰ ਖਤਮ ਕਰਨ ਦੇ ਲਈ ਬਈ ਇਹ ਕਾਲਜਾਂ ਨਾਲ ਬਲੀ ਚਾੜਤਾ ਤੇ ਅੱਜ ਆਹ ਦੇਖ ਸਕਦੇ ਤੁਸੀਂ ਕਿਸੇ ਇਸ ਗਰਾਊਂਡ ਦੇ ਵਿੱਚ ਨੌਜਵਾਨਾਂ ਨੇ ਕੁਆਡੀਆਂ ਪਾਉਣੀਆਂ ਸੀ ਵਾਲੀਬਾਲ ਖੇਡਣਾ ਸੀ ਕ੍ਰਿਕਟ ਖੇਡਣਾ ਸੀ ਹਨਾ ਹਾਕੀ ਖੇਡਣਾ ਸੀ ਐਡਾ ਕਾਲਜ ਪੰਜਾਬ 'ਚ ਕੋਈ ਨਹੀਂ ਤੇ ਇੰਜੀਨੀਅਰਿੰਗ ਕਾਲਜ GNE ਤੋਂ ਬਾਅਦ GNE ਦੇਖੋ ਬਹੁਤ ਵਧੀਆ ਕਾਲਜ ਹੈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ GNE ਤੋਂ ਬਾਅਦ ਦੂਜੇ ਨੰਬਰ ਤੇ ਇਹ ਕਾਲਜ ਸੀ ਕਿਉਂਕਿ 20-25 acres ਤੇ ਫੈਲਿਆ ਹੋਇਆ ਹਰ ਇੱਕ ਤਰ੍ਹਾਂ ਦਾ ਅਲੱਗ ਵਿੰਗ ਹੈ ਟੀਚਰਾਂ ਦੇ ਰਹਿਣ ਵਾਸਤੇ ਅਲੱਗ ਕਲੋਨੀ ਸੀ ਬੱਚਿਆਂ ਦੇ ਰਹਿਣ ਵਾਸਤੇ ਇਹਦੇ ਵਿੱਚ ਹੀ ਹੋਸਟਲ ਬਣੇ ਹੋਏ ਸੀ 5 messes ਸੀ 5 ਜਗ੍ਹਾ ਖਾਣਾ ਬਣਦਾ ਸੀ ਬੱਚਿਆਂ ਨੂੰ ਅੰਦਰ ਹੋਸਟਲ 'ਚ ਨਾ ਉਹ ਮਤਲਬ ਕਮਰਾ ਨਹੀਂ ਮਿਲਦਾ ਸੀ ਬੱਚਿਆਂ ਨੂੰ ਬਾਹਰ ਰਹਿਣਾ ਪੈਂਦਾ ਸੀ ਇੱਥੇ ਆਲੇ ਦੁਆਲੇ ਨਾ ਜੀ ਘੱਟੋ ਘੱਟ 100 PG ਚੱਲਦਾ ਸੀ ਆਹ ਆਲੇ ਦੁਆਲੇ ਇੰਨੇ ਢਾਬੇ ਬਣ ਗਏ ਸੀ ਇਸ ਕਾਲਜ ਕਰਕੇ ਆਹ ਕਾਲਜ ਤਾਂ ਖਤਮ ਹੋਇਆ ਹੋਇਆ ਆਹ ਜਿਹੜਾ ਲਹਿਰੇ ਗਾਗੇ ਦਾ ਆਹ ਰੋਡ ਆ ਵੀ ਖਤਮ ਹੋ ਗਿਆ ਬਿਲਕੁਲ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਬਾਈ ਕਿਉਂਕਿ ਆਪਣਾ ਤਾਂ ਏਰੀਆ ਆਪਾਂ ਨੂੰ ਪਤਾ ਹੈ ਨਾ ਆਹ ਬਾਹਰੇ ਕਿਉਂਕਿ ਇੱਥੋਂ ਇੱਥੇ ਕੀ ਹੁੰਦਾ ਬਾਈ ਹਿਮਾਚਲ ਦੇ ਦੂਜੀਆਂ ਸਟੇਟਾਂ ਦੇ ਮੁੰਡੇ ਕੁੜੀਆਂ ਬਿਹਾਰ ਮਹਾਰਾਸ਼ਟਰ ਹਨਾ ਇੱਥੇ ਮੁੰਡੇ ਹੁੰਦੇ ਸੀ ਤੇ ਖਾਂਦੇ ਪੀਂਦੇ ਸੀ ਖੜਦੇ ਸੀ ਹਨਾ ਤੇ ਪਰ ਅੱਜ ਬਾਈ ਵਿਹਲਾ ਪਿਆ ਤੇ ਆ ਕੱਖ ਹੋ ਗਏ ਮੈਂ ਕਹਿੰਦਾ ਵੀ ਸਰਕਾਰ ਚਲੋ ਇਹਨੂੰ ਨਾ ਚਲਾਵੇ ਯਾਰ ਨਹੀਂ ਚਲਾ ਸਕਦੀ ਬਜਟ ਨਹੀਂ ਤੁਹਾਡੇ ਕੋਲ ਪੈਸੇ ਪਰ ਆ ਦਰਖਤਾਂ ਵਾਸਤੇ ਦਾ ਕੋਈ ਬੰਦਾ ਰੱਖ ਦਿਓ ਇਹਨਾਂ ਤੋਂ ਕੀ ਬੁਰਾ ਹੋ ਗਿਆ ਆਹ ਸੁੱਕਣੇ ਸ਼ੁਰੂ ਹੋ ਗਏ ਵੱਢਣ ਲੋਕ ਆਉਂਦੇ ਨੇ ਯਾਰ ਰਾਤ ਨੂੰ ਇੱਥੇ ਕੋਈ ਰਾਖੀ ਨਹੀਂ ਆਹ ਦੇਖੋ ਆਹ ਸਾਰੇ ਵੱਡੇ ਹੋਏ ਨੇ ਇਹਨਾਂ ਵੱਢ ਕੇ ਲੈ ਗਿਆ ਕੋਈ ਵੱਢ ਕੇ ਲੈ ਗਿਆ ਬਾਅਦ 'ਚ ਫੁੱਟੇ ਹੋਏ ਨੇ ਮੀਂਹ ਮੂੰਹ ਦੇ ਪਾਣੀ ਨਾਲ ਹੋ ਗਏ ਆਹ ਬਸ ਇਹ ਦੁਬਾਰਾ ਉੱਗੇ ਹੋਏ ਨੇ ਹੋਰ ਕੋਈ ਏਦਾਂ ਨਹੀਂ ਹੈਗਾ ਇੱਕ ਹੋਰ ਤੁਹਾਨੂੰ ਦੱਸਦਾ ਬਾਹਰ ਨਾ ਜਿਹੜੇ ਧਰਨੇ ਤੇ ਬੈਠੇ ਨੇ ਬੰਦੇ ਮੈਂ ਹੈਰਾਨ ਆ ਯਾਰ 3 ਸਾਲ ਤੋਂ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਉਹਨਾਂ ਦੀ ਕੋਈ ਜਾਤ ਹੀ ਨਹੀਂ ਪੁੱਛ ਰਿਹਾ ਸਰਕਾਰੀ ਮੁਲਾਜ਼ਮਾਂ ਦੀ ਹਾਂ ਦੇਖ ਲਓ ਉਹਨਾਂ ਦੀ ਰੋਜੀ ਰੋਟੀ ਠੱਪ ਹੋ ਗਈ ਉਹਨਾਂ ਦੇ ਬੱਚੇ ਭੁੱਖੇ ਮਰਨਗੇ ਉਹਨਾਂ ਦੀ ਕੋਈ ਨਹੀਂ ਜਾਤ ਪੁੱਛ ਰਿਹਾ ਹਾਂ ਜਦੋਂ ਉਹਨਾਂ ਦੀ ਗੱਲਬਾਤ ਕਰਦੇ ਆ ਆਪਾਂ ਚੱਲ ਕੇ ਇੱਕ ਕਲਰਕ ਜਦੋਂ ਖੁਦ ਮਤਲਬ ਇੱਥੇ ਸੁਸਾਇਡ ਕਰ ਜੇ ਤਨਖਾਹ ਨਾ ਮਿਲਣ ਕਰਕੇ 36 months ਹੋ ਗਏ ਤਾਂ ਇਹ ਹੈਰਾਨੀ ਦੀ ਗੱਲ ਤਾਂ ਇਹ ਹੈ ਸਰਕਾਰਾਂ ਦੇ ਫਿਰ ਵੀ ਕੰਨ ਤੇ ਉਹ ਜੂਨਿਸ਼ ਸਰਕਦੀ ਸਰਕਾਰ ਖਤਮ ਕਰਨ ਵਾਲੀ ਇਹਨੂੰ ਕਾਂਗਰਸ ਸੀ ਪਰ ਹੁਣ ਲੱਗਦਾ ਵੀ ਜੇ ਉਮੀਦ ਹੈ ਕਿਉਂਕਿ ਜਿਵੇਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਵੀ ਅਸੀਂ ਸਿਹਤ ਤੇ ਸਿੱਖਿਆ ਦੋ ਪਾਸੇ ਧਿਆਨ ਦੇਣਾ ਇਹ ਸਿੱਖਿਆ ਦਾ ਆਧਾਰ ਹੈ ਇੱਧਰ ਜੇ ਧਿਆਨ ਦਿੱਤਾ ਜਾਵੇ ਨਾ ਜੇ ਹੋਰ ਕੁਛ ਨਹੀਂ ਤਾਂ 20-25 acres 'ਚ ਫੈਲਿਆ ਹੋਇਆ ਇੱਥੇ ਕੋਈ ਹਸਪਤਾਲ ਹੀ ਖੋਲ ਦਿਓ PGI ਵਰਗਾ ਹਾਂ ਹਸਪਤਾਲ ਖੋਲ ਸਕਦਾ ਜੇ ਤੁਸੀਂ ਐਜੂਕੇਸ਼ਨ ਨਹੀਂ ਚਲਾਉਣੀ ਇਸ ਏਰੀਏ 'ਚ ਇੱਥੋਂ ਤੁਹਾਨੂੰ ਲੱਗਦਾ ਕਿ ਬੱਚੇ ਨਹੀਂ
ਅਸੀਂ ਸਾਂਭ ਸਕਦੇ, ਅਸੀਂ ਨਹੀਂ ਟੀਚਰ ਦੇ ਸਕਦੇ, ਡਾਕਟਰ ਦਾ ਦੇ ਦੋਗਾ, ਪੀਜੀਆਈ ਤੋਂ ਵੱਡੀ ਜਗ੍ਹਾ ਪਈ ਇਹੀ ਬਿਲਡਿੰਗ ਕੰਮ ਆ ਜੋ ਇਹਨੂੰ ਸਵਾਰ ਕੇ ਨਾ, ਸਾਰੀ ਬਿਲਡਿੰਗ ਕੰਮ ਆ ਸਕਦੀ ਹੈ, ਨਹੀਂ ਇਹ ਪਤਾ ਕੀ ਇਹ ਖੰਡਰ ਬਣ ਜੂਗੀ ਇੱਥੇ, ਨਸ਼ੇ ਕਰਨਗੇ ਮੰਡੀਰ ਆ ਕੇ, ਔਰ ਫਿਰ ਫਿਰ ਕੀ ਹੁੰਦਾ ਜੀ, ਫਿਰ ਇੱਥੇ ਕੱਲ ਨੂੰ ਕੋਈ ਏਦਾਂ ਦੀ ਘਟਨਾ ਵੀ ਵਾਪਰ ਸਕਦੇ, ਕਿਉਂ ਐਡੀਆਂ ਐਡੀਆਂ ਬਿਲਡਿੰਗਾਂ ਪਈਆਂ ਨੇ, ਕੋਈ ਗੈਂਗਸਟਰ ਲਿਆ ਕੇ ਕਿਸੇ ਨੂੰ ਚੱਕ ਕੇ ਇੱਥੇ ਕੈਦ ਕਰ ਲੈਣ ਐਡੀਆਂ ਐਡੀਆਂ ਬਿਲਡਿੰਗਾਂ 'ਚ, ਕਿਸੇ ਨੂੰ ਪਤਾ ਲੱਗੂਗਾ ਕੋਈ ਕੋਈ ਟੀਕਾ ਲਾ ਕੇ ਅੰਦਰ ਹੀ ਮਰ ਜੇ ਬਾਈ, ਕੁਛ ਵੀ ਹੋ ਸਕਦਾ ਇੱਥੇ, ਸਰ ਬਿਲਡਿੰਗਾਂ ਪਈਆਂ ਨੇ, ਮੈਂ ਕਹਿੰਦਾ ਇੰਨੇ ਏਡੇ ਏਸੀ ਲੱਗੇ ਪਏ ਨੇ, ਐਡੀਆਂ ਐਡੀਆਂ ਬਿਲਡਿੰਗਾਂ ਨੇ, ਸਾਹਮਣੇ ਐਡੀਆਂ ਐਡੀਆਂ ਬੱਸਾਂ ਖੜੀਆਂ ਨੇ, ਇੱਧਰ ਆ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਬਜ਼ਾ ਕੀਤਾ, ਪ੍ਰਾਈਵੇਟ ਬੱਸਾਂ ਖੜਾਉਂਦੇ ਨੇ ਇੱਥੇ, ਤਾਂ ਇਹ ਨਹੀਂ ਪਤਾ ਵੀ ਇੱਕ ਵਾਰੀ ਕਿਸੇ ਨੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ ਕਬਜ਼ਾ ਹੀ ਹੋ ਜੇ ਕਿਸੇ, ਕਬਜ਼ਾ ਹੀ ਹੋ ਜੂਗਾ ਬਿਲਕੁਲ, 25 ਕਿੱਲਿਆਂ ਦੀ ਜਗ੍ਹਾ ਇਹ, ਪਰ ਜੇ ਸਰਕਾਰ ਚਾਹਵੇ ਤਾਂ ਇੱਥੇ ਦੁਬਾਰਾ ਇਸੇ ਚੀਜ਼ ਨੂੰ ਸੁਰਜੀਤ ਕਰ ਸਕਦੀ ਹੈ, ਹਾਲੇ ਬਹੁਤ ਬੱਚੇ ਨੇ ਜਿਹੜੇ ਇੰਜੀਨੀਅਰ ਕਰਨਾ ਚਾਹੁੰਦੇ ਨੇ, ਬਹੁਤ ਬਹੁਤ ਕੰਪਨੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇੱਥੋਂ, ਬਾਈ ਜੀ ਇੱਥੇ ਨਾ ਕੰਪਨੀਆਂ ਆਉਂਦੀਆਂ ਹੁੰਦੀਆਂ ਸੀ, ਮੇਰੇ ਅੱਖੀ ਦੇਖੀ ਗੱਲ ਹੈ, ਅੱਜ ਤੋਂ 7-8 ਸਾਲ ਦੀ ਗੱਲ ਹੈ, ਕੰਪਨੀਆਂ ਆਉਂਦੀਆਂ ਇੱਥੋਂ ਹਰ ਸਾਲ 200-300 ਬੱਚੇ ਨੂੰ ਇੱਥੋਂ ਹੀ ਨੌਕਰੀ ਦੇ ਕੇ ਚੱਲ ਜਾਂਦੀਆਂ ਸੀਗੀਆਂ, ਜਿਵੇਂ ਹਲੇ ਬੱਚੇ ਪੜ੍ਹ ਰਹੇ ਹੁੰਦੇ ਉਹਨਾਂ ਨੂੰ ਜਦੋਂ ਪੇਪਰ ਆਉਣ ਦਾ ਨੇੜੇ ਆ ਉਹਨਾਂ ਦਾ ਟਾਈਮ ਹੁੰਦਾ, ਕੰਪਨੀਆਂ ਬਾਹਰੋਂ ਆਉਂਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਇੱਥੋਂ ਹੀ ਜਵਾਕਾਂ ਨੂੰ ਸਿਲੈਕਟ ਕਰ ਲੈਂਦੀਆਂ, ਔਰ ਉਹਨਾਂ ਨੂੰ ਸਾਲ ਦਾ ਕਿਸੇ ਨੂੰ 8 ਲੱਖ ਦਾ, ਕਿਸੇ ਨੂੰ 10 ਲੱਖ ਦਾ, ਕਿਸੇ ਨੂੰ ਸਾਲ ਦਾ 12 ਲੱਖ ਦਾ ਐਵੇਂ ਪੈਕੇਜ ਦੇ ਕੇ ਸਿਲੈਕਟ ਕਰਕੇ ਚੱਲ ਜਾਂਦੀਆਂ ਸੀ ਵੀ ਤੁਸੀਂ ਐਮ ਟੈਕ ਕਲੀਅਰ ਕਰਕੇ ਆਪਦੀ ਜਿਹੜੀ ਡਿਗਰੀ ਆ ਉਹ ਪੂਰੀ ਕਰਕੇ ਆਓ, ਆਣ ਸਾਰ ਨੌਕਰੀ ਲਓ, ਬਿਲਕੁਲ ਆਹ ਹਾਲ ਸੀ ਇਹ। ਚਲੋ ਇਹ ਦਿਖਾਇਆ ਬਾਈ ਅੱਜ ਤੁਹਾਨੂੰ ਲਹਿਰਾ ਗਾਗਾ ਦਾ ਬਾਬਾ ਹੀਰਾ ਸਿੰਘ ਪੱਠਲ ਕਾਲਜ ਅਤੇ ਕਿਹਦੀ ਬਲੀ ਚੜ੍ਹਿਆ ਤੁਹਾਨੂੰ ਸਾਰਾ ਕੁਛ ਦੱਸਤਾ, ਕਾਂਗਰਸ ਸਰਕਾਰ ਦੀ ਇਹ ਕਾਲਜ ਬਲੀ ਚੜ੍ਹਿਆ ਅਤੇ ਕਾਂਗਰਸ ਸਰਕਾਰ ਨੇ ਇਹ ਕਾਲਜ ਖਤਮ ਕੀਤਾ, ਅਤੇ ਮੈਂ ਆਮ ਆਦਮੀ ਪਾਰਟੀ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਸ ਹਲਕੇ ਦੇ ਵਿੱਚ ਖੜ੍ਹੇ ਹਾਂ ਜਿੱਥੋਂ ਤੁਸੀਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਕੁੱਦੇ ਸੀ, ਇਸ ਹਲਕੇ 'ਚ ਪਿਛਲੀ ਵਾਰ ਵੀ MLA ਆਮ ਆਦਮੀ ਪਾਰਟੀ ਦਾ ਬਣਾਇਆ ਗਿਆ, ਅਤੇ ਇਸ ਵਾਰ ਜਦੋਂ MP ਦੀਆਂ ਚੋਣਾਂ ਸੀ ਉਦੋਂ ਵੀ ਮਤਲਬ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆ ਨੇ, ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਨੇ, ਕੀ ਕਾਰਨ ਹੈ ਮੇਨ, ਆਓ ਤੁਹਾਨੂੰ ਮੌਜੂਦਾ ਸਥਿਤੀ ਅਸੀਂ ਦੱਸਦੇ ਹਾਂ ਵੀ ਸਰਕਾਰੀ ਕਾਲਜਾਂ ਦੀ ਸਥਿਤੀ ਕੀ ਹੈ। ਅਸੀਂ ਖੜ੍ਹੇ ਹਾਂ ਜੀ ਅੱਜ ਬਾਬਾ ਹੀਰਾ ਸਿੰਘ ਪੱਠਲ ਟੈਕਨੀਕਲ ਕਾਲਜ ਲਹਿਰਾ ਗਾਗਾ ਦੇ ਵਿੱਚ, ਅਤੇ ਆਓ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਕਾਲਜਾਂ ਦੀ ਸਥਿਤੀ ਕੀ ਹੋ ਗਈ, ਇਹਨਾਂ ਕਾਲਜਾਂ ਦੇ ਵਿੱਚ ਕਿਵੇਂ ਘਾਹ ਉੱਗਿਆ ਹੈ, ਕਿਵੇਂ ਇਹਨਾਂ ਕਾਲਜਾਂ ਨੂੰ ਕਿਹਨੇ ਖਤਮ ਕੀਤਾ, ਕਿਹਨੇ ਖਤਮ ਕੀਤਾ ਇਹਨਾਂ ਕਾਲਜਾਂ ਨੂੰ, ਆਓ ਤੁਹਾਨੂੰ ਕਾਲਜ ਦੀ ਸਥਿਤੀ ਦਿਖਾਵਾਂਗੇ ਵੀ ਕਿੰਨਾ ਕਰਕੇ ਇਹ ਕਾਲਜ ਖਤਮ ਹੋਏ ਨੇ, ਕਿੰਨਾ ਦੀਆਂ ਅਣਗਹਿਲੀਆਂ ਰਹੀਆਂ ਨੇ ਅੰਦਰ ਆ ਗਏ ਹਾਂ ਕਾਲਜ ਦੇ। ਅਤੇ ਭਰਾਵੋ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਅਸੀਂ ਤੁਹਾਨੂੰ ਸੱਚ ਦਿਖਾ ਸਕੀਏ। ਆਹ ਦੇਖ ਸਕਦੇ ਹੋ ਜਿੱਥੇ ਕਿ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਕਿਸੇ ਟਾਈਮ, ਜਿੱਥੇ ਕਿ 2000 ਬੱਚਾ ਘੱਟੋ ਘੱਟ ਪੜ੍ਹਦਾ ਸੀ, ਤੇ ਕੱਲੇ ਪੰਜਾਬ ਦੇ ਨੀ ਸਗੋਂ ਇੱਥੇ ਬਈ ਹਨਾ ਬਾਹਰ ਦੇ ਹੋਰ ਵੀ ਬੜਾ, ਹਰਿਆਣਾ ਹਿਮਾਚਲ ਮਹਾਰਾਸ਼ਟਰ ਤੱਕ ਦੇ ਬੱਚੇ ਇੱਥੇ ਇੰਜੀਨੀਅਰਿੰਗ ਕਰਦੇ ਸੀਗੇ। ਇਹ ਪੰਜਾਬ ਦਾ ਪਹਿਲਾ ਵੱਡਾ ਸਰਕਾਰੀ ਕਾਲਜ ਸੀ, ਜਿਵੇਂ GNE ਤੋਂ ਬਾਅਦ ਗੁਰੂ ਨਾਨਕ ਦੇਵ ਕਾਲਜ ਆ ਜਿਹੜਾ ਲੁਧਿਆਣੇ ਵਾਲਾ, GNE ਤੋਂ ਬਾਅਦ ਦੂਜਾ ਵੱਡਾ ਸਰਕਾਰੀ ਕਾਲਜ ਸੀ ਜਿੱਥੇ ਪੋਲੀਟੈਕਨੀਕਲ ਇੰਜੀਨੀਅਰਿੰਗ ਮਤਲਬ ਟੈਕਨੀਕਲ ਸਾਰਾ ਸਿਸਟਮ ਇੱਥੇ ਇਕੱਠਾ, ਔਰ ਬਹੁਤ ਘੱਟ ਫੀਸਾਂ ਦੇ ਸਰਕਾਰੀ ਸੀ। ਪਰ ਇਸ ਕਾਲਜ ਨੂੰ ਬਣਾਇਆ ਵੀ ਕਾਂਗਰਸ ਸਰਕਾਰ ਮੌਕੇ ਗਿਆ ਸੀ, ਬਾਬਾ ਹੀਰਾ ਸਿੰਘ ਪੱਠਲ, ਬੀਬੀ ਰਜਿੰਦਰ ਕੌਰ ਪੱਠਲ ਦੇ ਫਾਦਰ ਸਾਹਿਬ ਉਹਨਾਂ ਦਾ ਨਾਂ ਹੈ। ਪਰ ਜਦੋਂ ਕੈਪਟਨ ਦੀ ਸਰਕਾਰ ਆ ਗਈ, ਕੈਪਟਨ ਅਮਰਿੰਦਰ ਅੱਗੇ ਲੱਗ ਗਿਆ ਕਾਂਗਰਸ ਸਰਕਾਰ ਚ, ਇਹਨੇ ਪੱਠਲ ਨੂੰ ਖਤਮ ਕਰਨ ਦੇ ਤਰੀਕੇ ਨਾਲ ਇਸ ਕਾਲਜ ਦੇ ਅੱਗੇ ਲੱਗਦਾ ਸੀ ਬਾਬਾ ਹੀਰਾ ਸਿੰਘ ਪੱਠਲ। ਜੇ ਕਾਲਜ ਚੱਲਦਾ ਤਾਂ ਪੱਠਲ ਪਰਿਵਾਰ ਦਾ ਨਾਮ ਚੱਲਦਾ। ਤਾਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ, ਉਹਨੇ ਇੱਥੋਂ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੀਆਂ ਤਨਖਾਹਾਂ ਬੰਦ ਕਰਤੀਆਂ। ਅੱਛਾ ਬਾਈ ਜੀ, ਆ ਇੱਕ ਫੋਟੋ ਲੱਗੀ ਆ ਬੰਦੇ ਮੁੰਡੇ ਦੀ, ਕਲਰਕ ਸੀਗਾ ਇਸੇ ਪੋਲੀਟੈਕਨੀਕਲ ਕਾਲਜ ਦੇ ਚ, ਇਸੇ ਟੈਕਨੀਕਲ ਕਾਲਜ ਚ, ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਦਫ਼ਤਰ ਚ ਤਨਖਾਹ ਨਾ ਮਿਲਣ ਕਰਕੇ ਬੰਦਾ, 3 ਸਾਲ ਤੋਂ ਉਹਨੂੰ ਤਨਖਾਹ ਨੀ ਮਿਲੀ ਸੀ, ਉਹਨੂੰ ਨੀ ਸਾਰੇ ਸਟਾਫ ਨੂੰ, ਬੰਦਾ ਗਲ ਚ